ਇਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਪਹਿਲਾਂ ਬਿਰਤਾਂਤ ਹੋਂਦ ਦੇ ਵਿੱਚ ਆਇਆ ਜਾਂ ਆਉਂਦਾ ਅਤੇ ਫਿਰ ਉਹਨਾਂ ਲਿਖਤਾਂ ਦੇ ਆਧਾਰ 'ਤੇ ਜਿਹੜਾ ਹੈ ਹੌਲੀ ਹੌਲੀ ਉਹਦਾ ਸਿਧਾਂਤ ਜਾਂ ਉਹਦਾ ਸ਼ਾਸਤਰ ਜਿਹੜਾ ਹੈ ਉਹ ਬਣਦਾ। ਤਾਂ ਇਹ ਗੱਲ ਬਿਰਤਾਂਤ ਸ਼ਾਸਤਰ 'ਤੇ ਵੀ ਲਾਗੂ ਹੁੰਦੀ ਹੈ। ਚਾਹੇ ਤੁਸੀਂ ਭਾਰਤੀ ਮੱਧਕਾਲ 'ਤੇ ਝਾਤੀ ਮਾਰ ਕੇ ਵੇਖੋ ਅਤੇ ਚਾਹੇ ਪੱਛਮੀ, ਤੁਹਾਨੂੰ ਬਹੁਤ ਬਿਰਤਾਂਤ ਦੀਆਂ ਬਹੁਤ ਸਾਰੀਆਂ ਜਿਹੜੀਆਂ ਕਲਾਸਿਕ ਰਚਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਬਾਰੇ ਜਾਣਕਾਰੀ ਮਿਲਦੀ ਹੈ। ਜੇ ਤੁਸੀਂ ਭਾਰਤ ਦੇ ਪ੍ਰਸੰਗ 'ਚ ਗੱਲ ਕਰੋਗੇ ਤਾਂ ਮਹਾਂਭਾਰਤ, ਰਮਾਇਣ ਅਤੇ ਇਸੇ ਤਰ੍ਹਾਂ ਹੀ ਸਾਡਾ ਜਿਹੜੇ ਸਾਡੀਆਂ ਲੋਕ ਕਹਾਣੀਆਂ, ਇਹ ਸਾਰਾ ਸਾਡਾ ਬਿਰਤਾਂਤ ਦਾ ਜਿਹੜਾ ਹੈ ਦੀ ਸਮੱਗਰੀ ਹੈਗੀ ਆ। ਉਸ ਤੋਂ ਅੱਗੇ ਆ ਕੇ ਫਿਰ ਸਾਖੀਆਂ, ਸਾਡੇ ਕਿੱਸੇ ਆਧੁਨਿਕ ਕਾਲ ਤੱਕ, ਅਤੇ ਇਸੇ ਤਰ੍ਹਾਂ ਹੀ ਜੇ ਤੁਸੀਂ ਮੱਧਕਾਲ ਜਿਹੜਾ ਹੈਗਾ ਪੱਛਮ ਦਾ ਉਹਦੇ ਪ੍ਰਸੰਗ ਦੇ ਵਿੱਚ ਵੇਖੋਗੇ ਤਾਂ ਤੁਹਾਨੂੰ ਬਹੁਤ ਇਸ ਤਰ੍ਹਾਂ ਦੀਆਂ ਰਚਨਾਵਾਂ ਮਿਲਣਗੀਆਂ। ਸਭ ਤੋਂ ਸ਼ੁਰੂਆਤ ਜਿਸ ਤਰ੍ਹਾਂ ਹੋਮਰ ਦੀਆਂ ਰਚਨਾਵਾਂ ਤੋਂ, ਮਹਾਂਕਾਵ ਇਲੀਆਦ ਤੁਸੀਂ ਸੁਣਿਆ ਹੋਣਾ, ਹੋਰ ਬਹੁਤ ਸਾਰੇ ਨਾਂ ਨੇ ਜਿਹੜੇ ਮੈਂ ਉਹਨਾਂ 'ਤੇ ਬਹੁਤਾ ਟਾਈਮ ਨਹੀਂ ਲਾਉਂਦਾ ਕਿਉਂਕਿ ਉਹ ਤੁਸੀਂ ਸਾਰੇ ਕਿਤੋਂ ਵੀ ਵੇਖ ਸਕਦੇ ਹਾਂ ਜਾਂ ਕਿਤੋਂ ਵੀ ਪੜ੍ਹ ਸਕਦੇ ਹਾਂ। ਜਿਵੇਂ ਵਿਰਜਿਲ ਹੈ, ਰੋਮਨ ਮਹਾਂਕਾਵ ਹੈਗਾ, ਇਸੇ ਤਰ੍ਹਾਂ ਮੈਟਾਮੋਰਫੋਸਿਸ ਹੈ, ਇਸੇ ਤਰ੍ਹਾਂ ਹੀ ਸ਼ਾਹਨਾਮਾ ਫਿਰਦੌਸੀ ਹੈ ਅਰਬ ਦੇਸ਼ਾਂ ਦੇ ਵਿੱਚ, ਇਸੇ ਤਰ੍ਹਾਂ ਦਾਂਤੇ ਦਾ ਦੀ ਡਿਵਾਈਨ ਕਮੇਡੀ ਹੈ। ਇਹ ਸਾਰੀਆਂ ਮਹਾਂਕਾਵਕ ਰਚਨਾਵਾਂ ਬਿਰਤਾਂਤ ਦੀਆਂ। ਅਤੇ ਇਸੇ ਤਰ੍ਹਾਂ ਹੀ ਜਿਵੇਂ ਸਾਡੇ ਲੋਕ ਕਥਾਵਾਂ ਹੈ ਨੇ, ਉਸੇ ਤਰ੍ਹਾਂ ਹੀ ਪੱਛਮ ਦੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਹੀ ਟੇਲਸ ਨੇ, ਤਾਂ ਫੇਰੀ ਟੇਲਸ ਵੀ ਨੇ, ਫੋਕ ਟੇਲਸ ਵੀ ਨੇ। ਉਹਨਾਂ ਸਾਰੀਆਂ ਦੇ ਆਧਾਰ 'ਤੇ ਜਿਹੜਾ ਬਿਰਤਾਂਤ ਦਾ ਇੱਕ ਵੱਡਾ ਪਸਾਰਾ ਹੈ, ਉਹਦੇ ਆਧਾਰ 'ਤੇ ਜਿਹੜਾ ਹੈ ਪੱਛਮ ਦੇ ਵਿੱਚ ਔਰ ਭਾਰਤ ਦੇ ਵਿੱਚ ਵੀ ਬਿਰਤਾਂਤ ਸ਼ਾਸਤਰ ਦੀ ਜਿਹੜੀ ਉਸਾਰੀ ਸ਼ੁਰੂ ਹੁੰਦੀ ਹੈ। ਬਿਰਤਾਂਤ ਸ਼ਾਸਤਰ ਬਾਰੇ ਰੋਲਾਂ ਬਾਰਤ ਦੀ ਉਹ ਟਿੱਪਣੀ ਤੁਸੀਂ ਸਾਰਿਆਂ ਨੇ ਸ਼ਾਇਦ ਕਿਤੇ ਨਾ ਕਿਤੇ ਵੇਖੀ ਪੜ੍ਹੀ ਹੋਣੀ ਆ, ਕਿਉਂਕਿ ਉਹ ਸਾਰਿਆਂ ਨੇ ਕੋਟ ਕੀਤੀ ਹੋਈ ਹੈ ਪੰਜਾਬੀ ਵਾਲਿਆਂ ਨੇ ਵੀ। ਉਹ ਕਹਿੰਦਾ ਕਿ ਬਿਰਤਾਂਤ ਜਿਹੜਾ ਹੈਗਾ ਇਹ ਇਸ ਤਰ੍ਹਾਂ ਦੀ ਇੱਕ ਜੁਗਤ ਹੈਗੀ ਹੈ ਕਿ ਸਾਰਾ ਕੁਛ ਹੀ ਉਹ ਕਹਿੰਦਾ ਕਿ ਬਿਰਤਾਂਤ ਦੇ ਵਿੱਚ ਆ ਜਾਂਦਾ, ਯਾਨੀ ਅਖਬਾਰ ਦੀ ਖਬਰ ਨੂੰ ਵੀ ਉਹ ਕਹਿੰਦਾ ਕਿ ਵੀ ਇਹ ਵੀ ਬਿਰਤਾਂਤ ਹੁੰਦੀ ਹੈ। ਇਸੇ ਕਰਕੇ ਤੁਸੀਂ ਦੇਖਿਆ ਹੋਣਾ ਅਖਬਾਰਾਂ ਦੇ ਵਿੱਚ ਲਿਖਿਆ ਹੁੰਦਾ ਕਿ ਵੀ ਮੈਂ ਸਟੋਰੀ ਕਵਰ ਕਰਨ ਜਾ ਰਿਹਾ ਜਾਂ ਮੈਂ ਸਟੋਰੀ ਕੀਤੀ ਆ, ਆਹ ਇਸ ਤਰ੍ਹਾਂ ਦੀ ਸ਼ਬਦਾਵਲੀ ਤੁਸੀਂ ਆਮ ਸੁਣਦੇ ਹਾਂ। ਅਤੇ ਬਲਕਿ ਉਹ ਤਾਂ ਇੱਥੋਂ ਤੱਕ ਕਹਿੰਦਾ ਹੈਗਾ ਰੋਲਾ ਬਾਰਤਾਂ ਕਿ ਚਿੱਤਰਕਾਰੀ ਦੇ ਵਿੱਚ ਵੀ, ਬਲਕਿ ਅਤੇ ਰੋਜ਼ ਨਾਮਚਿਆਂ ਦੇ ਵਿੱਚ ਵੀ ਇੱਕ ਸ਼ਬਦ ਹੈ, ਸ਼ਾਇਦ ਤੁਸੀਂ ਸੁਣਿਆ ਕਿ ਨਹੀਂ ਸੁਣਿਆ, ਅਨਾਲਜ਼। ਇਹਨੂੰ
ਜਿਹੜਾ ਹੈਗਾ ਹੇਡਨ ਵਾਈਟ ਨੇ ਵਰਤਿਆ ਇਸ ਸ਼ਬਦ ਨੂੰ। ਅਨਾਲਜ ਰੋਜ਼ਨਾਮ 'ਚ ਹੁੰਦੇ ਆ ਜਿਹੜੇ ਪਹਿਲਾਂ ਰਾਜੇ ਮਹਾਰਾਜੇ ਜਿਹੜੇ ਉਹਨਾਂ ਦੇ ਅੱਜ ਕੀ ਵਾਪਰਿਆ ਲਿਖੇ ਜਾਂਦੇ ਸੀਗੇ, ਅਤੇ ਉਹ ਕਈ ਵਾਰੀ ਇੱਕ ਦਿਨ ਦੀ ਸਿਰਫ ਇੱਕ ਲਾਈਨ ਲਿਖੀ ਹੁੰਦੀ ਸੀ ਕਿ ਅੱਜ ਆਹ ਹੋਇਆ, ਅੱਜ ਫਲਾਣੇ ਦੀ ਮੌਤ ਹੋ ਗਈ, ਇਸ ਤਰ੍ਹਾਂ ਦੇ। ਉਹ ਕਹਿੰਦਾ ਕਿ ਉਹਨਾਂ ਦੇ ਵਿੱਚ ਵੀ ਇੱਕ ਸਟੋਰੀ ਛੁਪੀ ਪਈ ਹੁੰਦੀ ਆ। ਇਹ ਕਿਉਂਕਿ ਇੱਕ ਲੰਬਾ ਮਾਮਲਾ ਹੈ, ਇਸ ਕਰਕੇ ਇਹਨੂੰ ਆਪਾਂ ਜਿਹੜਾ ਹੈ ਬਹੁਤਾ ਇਹਦੇ 'ਤੇ ਮੈਂ ਕੰਸਟਰੇਟ ਨਹੀਂ ਕਰਦਾ। ਉਹਦਾ ਆਪਣਾ ਇੱਕ ਹਿੱਸਾ ਸੀ ਕਿ ਵੀ ਬਿਰਤਾਂਤ ਬਾਰੇ ਗੱਲਾਂ ਕਰੀਏ, ਪਰ ਬਿਰਤਾਂਤ ਬਾਰੇ ਮੈਂ ਜ਼ਿਆਦੀਆਂ, ਕਿਉਂਕਿ ਇਹ ਆਪਾਂ ਬਿਰਤਾਂਤ ਸ਼ਾਸਤਰ ਬਾਰੇ ਜ਼ਿਆਦਾ ਟਾਈਮ ਲਾਵਾਂਗੇ। ਇਸੇ ਤਰ੍ਹਾਂ ਤੁਸੀਂ ਸਟੇਜਾਂ 'ਤੇ ਮਾਈਮ ਵੇਖਦੇ ਆ ਜਿਹਦੇ 'ਚ ਕਿ ਬੋਲਦੇ ਨਹੀਂ, ਪਰ ਉਹਦੇ 'ਚ ਵੀ ਇੱਕ ਸਟੋਰੀ ਹੁੰਦੀ ਹੈ, ਉਹਦੇ 'ਚ ਵੀ ਇੱਕ ਬਿਰਤਾਂਤ ਹੁੰਦਾ। ਇਸੇ ਤਰ੍ਹਾਂ ਤੁਸੀਂ ਕਥਕਲੀ ਜਾਂ ਇਸ ਤਰ੍ਹਾਂ ਦੇ ਨ੍ਰਿਤ ਵੇਖਦੇ ਹਾਂ, ਜੇ ਤੁਸੀਂ ਉਹਨੂੰ ਧਿਆਨ ਨਾਲ ਵੇਖੋਗੇ ਤਾਂ ਉਹਦੇ ਪਿੱਛੇ ਵੀ ਇੱਕ ਕਹਾਣੀ ਕੰਮ ਕਰ ਰਹੀ ਹੁੰਦੀ ਹੈ, ਜਾਂ ਉਹ ਆਪਣੇ ਨ੍ਰਿਤ ਰਾਹੀਂ ਕਹਾਣੀ ਨੂੰ ਪੇਸ਼ ਕੀਤਾ ਜਾ ਰਿਹਾ ਹੁੰਦਾ। ਤਾਂ ਇਸ ਕਰਕੇ ਰੋਲਾ ਬਾਰਤ ਦੇ ਜਾਂ ਇਹ ਕਥਨ ਜਿਹੜਾ ਹੈਗਾ, ਇਹਦੇ 'ਚ ਬਹੁਤ ਸਾਰੀ ਸੱਚਾਈ ਹੈ ਕਿ ਜਿਹੜੀ ਸਟੋਰੀ ਹੈਗੀ ਹੈ, ਭਾਵੇਂ ਮਹਾਂਕਾਵ ਵਾਂਗ ਤਾਂ ਨਹੀਂ ਜਾਂ ਕਹਾਣੀ ਦੀਆਂ ਵਿਧਾਵਾਂ ਵਾਂਗ ਤਾਂ ਨਹੀਂ, ਪਰ ਉਹਦਾ ਅੰਸ਼ ਜਿਹੜਾ ਹੈ ਉਹ ਤੁਹਾਨੂੰ ਹਰੇਕ ਥਾਂ 'ਤੇ ਮਿਲ ਜੂਗਾ। ਇਸ ਕਰਕੇ ਜਦੋਂ ਉਹਨੇ ਇਹਦੀ ਪਰਿਭਾਸ਼ਾ ਕੀਤੀ ਤਾਂ ਉਹ ਮੈਂ ਦੋ ਲਾਈਨਾਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈਗਾ। ਬਹੁਤ ਵੱਡੀ ਕੋਟੇਸ਼ਨ ਆ, ਪਰ ਉਹਦੀਆਂ ਅੰਤਲੀਆਂ ਦੋ ਲਾਈਨਾਂ। ਉਹ ਕਹਿੰਦਾ ਕਿ ਬਿਰਤਾਂਤ ਅੰਤਰਰਾਸ਼ਟਰੀ ਪ੍ਰਾ ਇਤਿਹਾਸਿਕ ਜਾਣੀ ਟਰਾਂਸ ਹਿਸਟੋਰੀਕਲ ਅਤੇ ਪ੍ਰਾ ਸੱਭਿਆਚਾਰਕ ਹੁੰਦੇ ਹਨ, ਇਹ ਜ਼ਿੰਦਗੀ ਵਾਂਗ ਸਰਬ ਵਿਆਪਕ ਹਨ। ਮਤਲਬ ਬਿਰਤਾਂਤ ਜਿਹੜਾ ਹੈਗਾ ਹਰੇਕ ਕੌਮ ਦੇ ਵਿੱਚ, ਹਰੇਕ ਸਮੇਂ, ਦੁਨੀਆ ਦੇ ਹਰੇਕ ਕੋਨੇ ਦੇ ਵਿੱਚ, ਅਤੇ ਸਰਬ ਵਿਆਪਕ। ਉਹ ਕਹਿੰਦਾ ਵੀ ਜਿਵੇਂ ਰੱਬ ਦੀ ਹੋਂਦ ਆਪਾਂ ਮੰਨਦੇ ਹਾਂ ਕਿ ਸਰਬ ਵਿਆਪਕ ਹੈ, ਉਹ ਕਹਿੰਦਾ ਬਿਰਤਾਂਤ ਵੀ ਇੱਕ ਇਸ ਤਰ੍ਹਾਂ ਦੀ ਜਿਹੜਾ ਰੂਪ ਹੈਗਾ। ਤਾਂ ਜਿਹੜਾ ਜਿਹਦਾ ਇੰਨਾ ਪਸਾਰਾ ਹੈ ਜਿਹੜੇ ਜੁਗਤ ਦਾ ਜਾਂ ਜਿਹੜੇ ਰੂਪ ਦਾ, ਅਤੇ ਕੁਦਰਤੀ ਹੈ ਕਿ ਉਹਦਾ ਜੇ ਸਿਧਾਂਤ ਉਸਾਰ ਨਾ ਹੋਵੇ, ਉਹਦੇ ਪਿੱਛੇ ਵਿਆਕਰਨ ਕੀ ਕੰਮ ਕਰਦੀ ਹੈਗੀ। ਬਿਰਤਾਂਤ ਸ਼ਾਸਤਰ ਤੋਂ ਭਾਵ ਸੌਖੇ ਸ਼ਬਦਾਂ 'ਚ ਇਹੀ ਹੈ ਕਿ ਬਿਰਤਾਂਤ ਦੇ ਪਿੱਛੇ ਵਿਆਕਰਨ ਕੀ ਕੰਮ ਕਰਦੀ ਹੈ, ਉਹਦੇ ਨੇਮ ਕੀ ਨੇ, ਬਿਰਤਾਂਤ ਕਿਵੇਂ ਸਿਰਜਿਆ ਜਾਂਦਾ ਹੈ, ਅਤੇ ਬਿਰਤਾਂਤ ਦੇ ਕਿਹੜੇ ਰੂਪ, ਕਿਹੜੇ ਸਰੂਪ, ਕਿਹੜੇ ਪ੍ਰਕਾਰ 'ਚ ਕਿਹੜੇ ਲੱਛਣ ਹੁੰਦੇ ਹਨ, ਇਸ ਤਰ੍ਹਾਂ ਦਾ। ਤਾਂ ਜਦੋਂ ਭਾਰਤੀ ਕਾਵਿ ਸ਼ਾਸਤਰ 'ਤੇ ਤੁਸੀਂ ਝਾਤ ਮਾਰਦੇ ਹਾਂ ਤਾਂ ਉੱਥੇ ਕਿਸੇ ਨੇ ਸ਼ਬਦ ਨਾ ਬਿਰਤਾਂਤ ਜਾਂ ਬਿਰਤਾਂਤ ਸ਼ਾਸਤਰ ਭਾਵੇਂ ਨਹੀਂ ਵਰਤਿਆ, ਪਰ ਮਹਾਂਕਾਵਾਂ ਦੀ ਜਾਂ ਨਾਟਕਾਂ ਦੀ ਦਾ ਅਧਿਐਨ ਜਿਹੜਾ ਹੈ ਕਰਦੇ ਸਮੇਂ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਦਾ ਸੰਬੰਧ ਬਿਰਤਾਂਤ ਸ਼ਾਸਤਰ ਦੇ ਨਾਲ ਜ਼ਰੂਰ ਹੈ। ਜਿਵੇਂ ਭਰਤ ਮੁਨੀ ਦੇ ਨਾਟਯ ਸ਼ਾਸਤਰ ਤੋਂ ਲੈ ਕੇ ਤੁਸੀਂ ਰੁਦਰਟ ਦੇ ਕਾਵਿ ਅਲੰਕਾਰ 9ਵੀਂ ਸਦੀ ਦੇ ਵਿੱਚ ਜਿਹੜਾ ਰਚਿਆ ਗਿਆ, ਉਹਨਾਂ ਨੇ ਜਿਹੜੀਆਂ ਦ੍ਰਿਸ਼ ਕਾਵਿ ਬਾਰੇ ਗੱਲਾਂ ਕੀਤੀਆਂ, ਸ਼ਰਾਵ ਕਾਵਿ ਬਾਰੇ ਗੱਲਾਂ ਕੀਤੀਆਂ, ਜਿਹੜੇ ਤੁਸੀਂ ਆਪਣੀਆਂ ਛੋਟੀਆਂ ਕਲਾਸਾਂ ਦੇ ਵਿੱਚ ਵੀ, ਐੱਮ ਏ ਦੇ ਵਿੱਚ ਵੀ, ਐੱਮ ਫਿਲ ਦੇ ਵਿੱਚ ਵੀ ਪੜ੍ਹ ਚੁੱਕੇ ਹੋਵੋਗੇ।
ਤਾਂ ਉਹਨਾਂ ਨੇ ਮਹਾਂਕਾਵਿ ਦੇ ਕਥਾਨਕ ਬਾਰੇ ਗੱਲਾਂ ਕੀਤੀਆਂ, ਉਹਦੀ ਭਾਸ਼ਾ ਸ਼ੈਲੀ ਬਾਰੇ ਗੱਲਾਂ ਕੀਤੀਆਂ, ਉਹਦੇ ਪ੍ਰਭਾਵਾਂ ਬਾਰੇ ਗੱਲਾਂ ਕੀਤੀਆਂ ਕਿ ਉਹ ਰਸ ਦਿੰਦੇ ਆ ਕਿ ਕੀ ਕਰਦੇ ਆ, ਸਾਨੂੰ ਉਦਾਤ ਭਾਵਨਾਵਾਂ ਨਾਲ ਜੋੜਦੇ ਆ। ਇਸ ਤਰ੍ਹਾਂ ਥੋੜ੍ਹੇ ਬਹੁਤੇ ਫਰਕ ਦੇ ਨਾਲ ਇਹ ਹੀ ਗੱਲਾਂ ਜਿਹੜੀਆਂ ਹੈਗੀਆਂ ਉਹ ਪੱਛਮੀ ਜਿਹੜਾ ਕਾਵਿ ਸ਼ਾਸਤਰ ਦੇ ਵਿੱਚ ਕੀਤੀਆਂ ਗਈਆਂ। ਉੱਥੇ ਵੀ ਅਜੇ ਤੱਕ ਬਿਰਤਾਂਤ ਸ਼ਾਸਤਰ ਸ਼ਬਦ ਨਹੀਂ ਵਰਤਿਆ, ਬਲਕਿ ਕਾਵਿ ਸ਼ਾਸਤਰ ਦੇ ਅਧੀਨ ਜਿਹੜੀਆਂ ਗੱਲਾਂ ਅਰਸਤੂ ਨੇ ਕੀਤੀਆਂ ਉਹ ਉਹਨਾਂ ਦਾ ਸੰਬੰਧ ਜਿਹੜਾ ਹੈ ਉਹਨਾਂ ਨੂੰ ਬੁਨਿਆਦ ਮੰਨਿਆ ਜਾਂਦਾ ਹੈਗਾ ਬਿਰਤਾਂਤ ਸ਼ਾਸਤਰ ਦੀ। ਇੱਥੇ ਇੱਕ ਗੱਲ ਮੈਂ ਉਹਦੇ 'ਤੇ ਖਾਸ ਤੌਰ 'ਤੇ ਬਲ ਦੇਣਾ ਚਾਹੁੰਦਾ ਕਿ ਅਰਸਤੂ ਨੇ ਮਹਾਂਕਾਵਿ ਬਾਰੇ ਅਤੇ ਦੁਖਾਂਤ ਬਾਰੇ ਖਾਸ ਤੌਰ 'ਤੇ ਜਿਹੜੇ ਉਹਦਾ ਅਧਿਐਨ ਸੀਗਾ। ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਤੁਹਾਨੂੰ ਦੁਖਾਂਤ ਬਾਰੇ ਬਹੁਤ ਕੋਈ ਇਸ ਤਰ੍ਹਾਂ ਦਾ ਅਧਿਐਨ ਨਹੀਂ ਮਿਲਦਾ। ਉਹਦੇ ਪਿੱਛੇ ਮੈਂ ਸਿਰਫ ਇੱਕ ਸੰਕੇਤ ਇਹ ਕਰਨਾ ਚਾਹੁੰਦਾ ਕਿ ਇਹਦੀਆਂ ਇਸ ਗੱਲ ਦੀਆਂ ਜਿਹੜੀਆਂ ਜੜ੍ਹਾਂ ਹੈਗੀਆਂ ਉਹ ਭਾਰਤੀ ਫਲਸਫੇ ਦੇ ਵਿੱਚ ਪਈਆਂ ਹਨ। ਭਾਰਤੀ ਫਲਸਫਾ ਜਿਹੜਾ ਹੈਗਾ ਦੁਖਾਂਤ ਨੂੰ, ਜੀਵਨ ਨੂੰ ਦੁਖਾਂਤ ਵਾਂਗ ਨਹੀਂ ਉਸ ਤਰ੍ਹਾਂ ਵੇਖਦਾ। ਇਹ ਡਾਕਟਰ ਅਤਰ ਸਿੰਘ ਦੀ ਜੇ ਤੁਸੀਂ ਕਿਤਾਬ ਦ੍ਰਿਸ਼ਟੀਕੋਣ ਦੇ ਵਿੱਚ ਉਹਨਾਂ ਨੇ ਇਹਦੇ 'ਤੇ ਲੰਬਾ ਚੌੜਾ ਜਿਹੜਾ ਹੈ ਅਧਿਐਨ ਕਰਕੇ ਲਿਖਿਆ ਸੀ ਕਿ ਭਾਰਤੀ ਜਿਹੜਾ ਫਲਸਫਾ ਹੈ ਇਹ ਕਿਉਂਕਿ ਜੀਵਨ ਨੂੰ ਸਾਈਕਲ ਮੰਨਦਾ ਹੈਗਾ, ਜੀਵਨ ਨੂੰ ਇਸ ਤਰ੍ਹਾਂ ਮੰਨਦਾ ਕਿ ਮਰਨਾ ਕੀ ਹੈਗਾ, ਜਾਮਾ ਬਦਲਣਾ ਹੈ ਸਿਰਫ, ਕਿਉਂਕਿ ਆਤਮਾ ਤਾਂ ਕਦੇ ਮਰਦੀ ਨਹੀਂ ਭਾਰਤੀ ਫਲਸਫਾ ਕਹਿੰਦਾ। ਅਤੇ ਤੁਸੀਂ ਉਹ ਲਾਈਨਾਂ ਜਿਹੜੀਆਂ ਹੈਗੀਆਂ, ਮਰਨੇ 'ਤੇ ਹੀ ਪਾਈਏ ਪੂਰਨ ਪਰਮਾਨੰਦ, ਯਾਨੀ ਮਰਨਾ ਤਾਂ ਸਾਡੇ ਇੱਕ ਤਰ੍ਹਾਂ ਨਾਲ ਕੋਈ ਟ੍ਰੈਜਡੀ ਵਰਗੀ ਗੱਲ ਨਹੀਂ, ਬਲਕਿ ਇਹ ਸੀਗਾ ਕਿ ਅਸੀਂ ਕਿਸੇ ਸਾਡੀ ਆਤਮਾ ਜਿਹੜੀ ਹੈਗੀ ਉਹ ਪਰਮਾਤਮਾ ਨਾਲ ਮਿਲ ਜਾਂਦੀ ਹੈ। ਸਾਡੇ ਇਸ ਕਿਸਮ ਦੇ ਸ਼ਬਦ ਆਮ ਬੋਲੀ ਦੇ ਵਿੱਚ ਵੀ ਤੁਸੀਂ ਸੁਣਦੇ ਹੈ ਕਿ ਜਿੱਥੇ ਕਿਹਾ ਜਾਂਦਾ ਹੈਗਾ ਕਿ ਵੀ ਫਲਾਣਾ ਪੂਰਾ ਹੋ ਗਿਆ, ਪੂਰਾ ਹੋ ਗਿਆ ਤਾਂ ਮਤਲਬ ਹੈ ਜੇ ਤੁਸੀਂ ਇੰਗਲਿਸ਼ 'ਚ ਕਹੋ ਤਾਂ ਕੰਪਲੀਟ ਹੋ ਗਿਆ। ਇਹਦਾ ਮਤਲਬ ਮਰ ਕੇ ਬੰਦਾ ਕੰਪਲੀਟ ਕਿਵੇਂ ਹੋ ਗਿਆ, ਕਿਉਂਕਿ ਸਾਡਾ ਫਲਸਫਾ ਇਹ ਗਿਣਦਾ ਹੈਗਾ ਸੀਗਾ ਕਿ ਜਿਹੜੀ ਸਾਡੀ ਆਤਮਾ ਹੈਗੀ ਹੈ ਇਹ ਪਰਮਾਤਮਾ ਤੋਂ ਵਿਛੜੀ ਹੋਈ ਹੈ, ਅਤੇ ਜਦੋਂ ਅਸੀਂ ਦੁਬਾਰਾ ਕਹਿੰਦੇ ਹਾਂ ਕਿ ਹੇ ਪਰਮਾਤਮਾ ਅਰਦਾਸ ਵੇਲੇ ਕਿ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ਼ ਬਖਸੀ, ਤਾਂ ਇਹਦਾ ਮਤਲਬ ਹੈ ਕਿ ਤੂੰ ਉਹਨੂੰ ਮੁੜ ਕੇ ਫਿਰ ਆਪਦੇ ਨਾਲ ਰਲਾ ਲਈ, ਅਦਵੈਤ ਸਿਰਜ ਲਈ। ਇਹ ਜਿਹੜੀ ਹੈਗੀ ਹੈ ਕਿ ਵੀ ਇਹ ਤਾਂ ਖੁਸ਼ੀ ਦੀ ਗੱਲ ਹੈ ਕਿ ਵੀ ਬੰਦਾ ਫਿਰ ਜਿਹੜਾ ਹੈ ਜਿਹਦੇ ਨਾਲ ਉਹ ਵਿਛੜਿਆ ਹੋਇਆ ਸੀ, ਜਿਹਨੂੰ ਲੱਭਦਾ ਫਿਰਦਾ ਸੀ ਸਾਰੀ ਉਮਰ, ਅਤੇ ਉਹਦੇ ਨਾਲ ਫਿਰ ਮਿਲ ਗਿਆ। ਅਤੇ ਦੂਜਾ ਸਾਡਾ ਆਵਾਗਮਨ ਦਾ ਸਿਧਾਂਤ ਵੀ ਇਹ ਤਾਂ ਕਿਤੇ ਖਤਮ ਨਹੀਂ ਹੁੰਦਾ, ਆਤਮਾ ਕਦੇ ਫਿਰ ਉਹਦੇ 'ਚ ਪੈ ਗਈ, ਕਦੇ ਉਹਦੇ 'ਚ ਪੈ ਗਈ, ਕਦੇ ਉਹਦੇ 'ਚ ਪੈ ਗਈ, ਆਵਾਗਮਨ ਦਾ ਇਹ ਸਿਲਸਿਲਾ ਚੱਲਦਾ ਰਹਿਣਾ। ਇਸ ਕਰਕੇ ਜਿਹੜਾ ਸਾਡਾ ਫਲਸਫਾ ਹੈਗਾ ਉਹ ਦੁਖਾਂਤ ਨੂੰ ਉਸ ਤਰ੍ਹਾਂ ਨਹੀਂ ਲੈਂਦਾ ਜਿਵੇਂ ਪੱਛਮ ਦੇ ਵਿੱਚ ਲਿਆ ਜਾਂਦਾ। ਮੈਂ ਇਹਨੂੰ ਸਮਝਦਾ ਕਿ ਦੁਖਾਂਤ ਦਾ ਸੰਬੰਧ ਕਿਤੇ ਨਾ ਕਿਤੇ ਇਤਿਹਾਸਕ ਚੇਤਨਾ ਨਾਲ ਵੀ ਹੈ। ਜਦੋਂ ਤੁਸੀਂ ਇਤਿਹਾਸਕ ਚੇਤਨਾ ਮੁਤਾਬਕ ਸੋਚਦੇ ਹਾਂ ਤਾਂ ਉਦੋਂ ਤੁਸੀਂ ਜੀਵਨ ਨੂੰ ਇਸ ਤਰ੍ਹਾਂ ਵੇਖਦੇ ਹਾਂ ਕਿ ਜੀਵਨ ਇੰਨੀ ਤਰੀਕ ਨੂੰ ਪੈਦਾ ਹੋਇਆ ਬੰਦਾ, ਅਤੇ ਫਿਰ ਇੰਨੀ ਤਰੀਕ ਨੂੰ ਉਹ ਖਤਮ ਹੋ ਗਿਆ, ਨਾ ਉਹਦੇ ਅੱਗੇ ਕੁਛ ਹੈ ਨਾ ਉਹਦੇ ਪਿੱਛੇ ਕੁਛ। ਇਹ ਗੱਲ ਕਿਤੇ ਨਾ ਕਿਤੇ ਦੁਖਾਂਤ ਪੈਦਾ ਕਰਨ ਵਾਲੀ ਹੈ ਕਿ ਬਸ ਅੱਛਾ ਇਸ
ਐਸ ਦੇ ਦੌਰਾਨ ਹੀ ਹੈ ਬੰਦਾ, ਜਿੱਦੇ ਉਹ ਸੜ ਕੇ ਸਵਾਹ ਹੋ ਗਿਆ ਜਾਂ ਦੱਬਤਾ, ਬਸ ਉਦੋਂ ਬਾਅਦ ਕੁਛ ਨਹੀਂ। ਅਤੇ ਇਸ ਕਰਕੇ ਜੀਵਨ ਸਾਨੂੰ ਹੋਰ ਛੋਟਾ ਅਤੇ ਪਿਆਰਾ ਲੱਗਣ ਲੱਗ ਪੈਂਦਾ ਕਿ ਨਾ ਆਹ ਹੀ ਜੇ ਆਹ ਹੀ ਜੀਵਨ ਆ ਤਾਂ ਇਹਨੂੰ ਜਿਹੜਾ ਹੈ ਇਸੇ ਜੀਵਨ ਨੂੰ ਮਹੱਤਵ ਦਿੱਤਾ ਜਾਵੇ। ਅਤੇ ਜਦੋਂ ਉਹ ਜੀਵਨ ਗੁਆਚਦਾ ਤਾਂ ਸਾਨੂੰ ਲੱਗਦਾ ਕਿ ਬਹੁਤ ਵੱਡਾ ਦੁਖਾਂਤ ਪੈਦਾ ਹੋ ਗਿਆ। ਇਸ ਕਰਕੇ ਸਾਡਾ ਇਹ ਜਿਹੜਾ ਬਿਰਤਾਂਤ ਸ਼ਾਸਤਰ ਦਾ ਜਿਹੜਾ ਸਾਡੇ ਇਸ ਤਰ੍ਹਾਂ ਦਾ ਮੁੱਢ ਹੈ, ਭਾਰਤੀ ਕਾਵਿ ਸ਼ਾਸਤਰ ਉਹਨੂੰ ਹੋਰ ਤਰ੍ਹਾਂ ਥੋੜ੍ਹਾ ਲੈਂਦਾ, ਅਤੇ ਜਿਹੜਾ ਪੱਛਮੀ ਕਾਵਿ ਸ਼ਾਸਤਰ ਹੈਗਾ ਉਹ ਖਾਸ ਤੌਰ 'ਤੇ ਦੁਖਾਂਤ ਦੇ ਰੂਪ ਦੇ ਵਿੱਚ ਵੀ ਉਹਨੂੰ ਚਿੱਤਰਦਾ। ਤਾਂ ਅਰਸਤੂ ਨੇ ਤ੍ਰਾਸਦੀ ਦੇ, ਕਿਉਂਕਿ ਪਹਿਲਾ ਮੁੱਢਲਾ ਕੰਮ ਹੈ, ਉਹਨੇ 6 ਤੱਤ ਮੰਨੇ ਤ੍ਰਾਸਦੀ ਦੇ। ਤ੍ਰਾਸਦੀ ਤੋਂ ਮਤਲਬ ਜਿਹੜੇ ਇੱਕ ਵਿਧਾ ਦਾ ਨਾਂ ਹੈ, ਟ੍ਰੈਜਡੀ, ਨਾ ਕਿ ਟ੍ਰੈਜਿਕ ਫੀਲਿੰਗ ਨਹੀਂ। ਕਥਾਨਕ, ਚਰਿੱਤਰ ਚਿਤਰਨ, ਜਿਹਦੇ ਬਾਰੇ ਆਪਾਂ ਆਮ ਗੱਲਾਂ ਕੀਤੀਆਂ ਪਹਿਲਾਂ, ਭਾਸ਼ਾ ਜਿਹਨੂੰ ਮੈਂ ਗਲਪੀ ਭਾਸ਼ਾ ਕਿਹਾ ਸੀਗਾ, ਵਿਚਾਰ, ਦ੍ਰਿਸ਼ ਅਤੇ ਸੰਗੀਤ। ਇਹਨਾਂ 'ਚੋਂ ਦੋ ਤੁਸੀਂ ਦ੍ਰਿਸ਼ ਅਤੇ ਸੰਗੀਤ, ਇਹਨਾਂ ਨੂੰ ਤੁਸੀਂ ਸਿਰਫ ਤ੍ਰਾਸਦੀ ਨਾਲ ਸੰਬੰਧਿਤ ਕਰ ਸਕਦੇ ਹਾਂ, ਪਰ ਜਿਹੜੇ ਬਾਕੀ 4 ਤੱਤ ਹੈਗੇ ਆ ਉਹਨਾਂ ਦਾ ਸੰਬੰਧ ਜਿਹੜਾ ਹੈਗਾ ਉਹ ਮਹਾਕਾਵਿ ਦੇ ਨਾਲ ਵੀ ਜੁੜਦਾ ਹੈਗਾ। ਤਾਂ ਇਹ ਮਹਾਕਾਵਿ ਬਾਰੇ ਬਹੁਤ ਸਟੱਡੀ ਅਰਸਤੂ ਨੇ ਬਹੁਤ ਹੀ ਡੂੰਘਾ ਅਧਿਐਨ ਜਿਹੜਾ ਹੈ ਕੀਤਾ, ਜਿਹਦੇ ਤੋਂ ਬਾਅਦ ਦੇ ਵਿੱਚ ਬਿਰਤਾਂਤ ਸ਼ਾਸਤਰ ਦੀ ਉਸਾਰੀ ਵੀ ਬਾਅਦ ਦੇ ਵਿੱਚ ਹੋਈ। ਉਹਦਾ ਕਹਿਣਾ ਸੀਗਾ ਕਿ ਵੀ ਜਿਹੜਾ ਮਹਾਕਾਵਿ ਦਾ ਜਿਹੜਾ ਵਸਤੂ ਹੈ, ਵਿਸ਼ਾ ਵਸਤੂ ਹੈ, ਉਹ ਦੰਤ ਕਥਾਵਾਂ 'ਚੋਂ ਲੈਣਾ ਚਾਹੀਦਾ, ਜਾਣੀ ਮਹਾਨ ਬੰਦਿਆਂ ਦੀਆਂ, ਵੱਡੇ ਬੰਦਿਆਂ ਦੀਆਂ ਜਿਹੜੀਆਂ ਦੰਤ ਕਥਾਵਾਂ ਉਹਨਾਂ ਦੀਆਂ ਹੀ ਹੋਣਗੀਆਂ, ਕੁਦਰਤੀ ਆ। ਜਿਵੇਂ ਸਾਡੇ ਵੀ ਜਿਹੜੇ ਮਹਾਭਾਰਤ ਦੇ ਵਿੱਚ ਵੱਡੇ ਮਹਾਨਾਇਕ ਨੇ ਜਿਹੜੇ, ਉਹਨਾਂ ਬਾਰੇ ਹੀ ਹੈ ਮਹਾਭਾਰਤ ਵੀ, ਜਿਸ ਤਰ੍ਹਾਂ ਇਸੇ ਤਰ੍ਹਾਂ, ਕਿਉਂਕਿ ਉਹਦੇ ਮੁਤਾਬਕ ਸੀ ਕਿ ਜਿਹੜਾ ਬਿਰਤਾਂਤ ਹੈਗਾ ਇਹ ਪ੍ਰਕਿਰਤੀ ਦਾ ਅਨੁਕਰਨ ਕਰਦਾ, ਇਸ ਕਰਕੇ ਉਹਦੇ ਵਿਸ਼ੇ ਵਸਤੂ ਦੇ ਵਿੱਚ ਇਹ ਗੱਲਾਂ ਕੁਦਰਤੀ ਹੈਗੀਆਂ ਆ ਜਾਣਗੀਆਂ। ਇਸੇ ਤਰ੍ਹਾਂ ਅਰਸਤੂ ਨੇ ਕਿਹਾ ਕਿ ਵੀ ਇਹ ਅਨੁਕਰਨ ਤਾਂ ਭਾਵੇਂ ਕਰਦਾ, ਮਤਲਬ ਬਿਲਕੁਲ ਯਥਾਰਥਕ ਹੁੰਦਾ, ਪਰ ਇਹਦੇ 'ਚ ਸੰਭਾਵਿਤ ਯਥਾਰਥ ਵੀ ਹੁੰਦਾ, ਸੰਭਾਵਨਾ ਨੂੰ ਵੀ ਜਿਹੜਾ ਲੇਖਕ ਹੈਗਾ ਸੰਭਾਵੀ ਯਥਾਰਥ ਨੂੰ ਵੀ ਜਿਹੜਾ ਹੈ ਇਹਦੇ 'ਚ ਲੈ ਸਕਦਾ, ਚਿੱਤਰ ਸਕਦਾ ਹੈਗਾ। ਇਸੇ ਤਰ੍ਹਾਂ ਉਹਨੇ ਕਿਹਾ ਕਿ ਜਿਹੜਾ ਮਹਾਂਕਾਵਿ ਹੈਗਾ ਇਹ ਜੀਵਨ ਦੀ ਵਿਸਤ੍ਰਿਤ ਜਾਂ ਮਹਾਂਕਾਵਕ ਕਿਸਮ ਦੀ ਪੇਸ਼ਕਾਰੀ ਕਰਦਾ, ਵੱਡੇ ਪੱਧਰ 'ਤੇ ਇਹਦੇ 'ਤੇ ਸਾਰਾ ਕੁਛ ਆ ਜਾਂਦਾ। ਇਸੇ ਕਰਕੇ ਸਾਡੇ ਮਹਾਂਭਾਰਤ ਬਾਰੇ ਇੱਕ ਲੋਕ ਉਕਤੀ ਹੈ, ਕਿਹਾ ਜਾਂਦਾ ਹੈ ਕਿ ਦੁਨੀਆ ਦੀ ਉਹ ਕੋਈ ਸਮੱਸਿਆ ਨਹੀਂ ਜਿਹੜੀ ਮਹਾਂਭਾਰਤ ਦੇ ਵਿੱਚ ਨਾ ਆਈ ਹੋਵੇ। ਇਹ ਆਮ ਭਾਸ਼ਾ ਦੇ ਵਿੱਚ ਮਹਾਂਭਾਰਤ ਬਾਰੇ ਕਿਹਾ ਜਾਂਦਾ, ਇਸ ਗੱਲ ਵੱਲ ਇਸ਼ਾਰਾ ਜਿਹੜਾ ਹੈ ਅਰਸਤੂ ਵੀ ਕਰਦਾ। ਇਸੇ ਤਰ੍ਹਾਂ ਅਰਸਤੂ ਦਾ ਜਿਹੜਾ ਸਿਧਾਂਤ ਹੈ ਕਿ ਵੀ ਉਹ ਘਟਨਾਵਾਂ ਵਿੱਚ ਜਿਹੜੀ ਏਕਤਾ ਦਾ ਸੂਤਰ ਹੈਗਾ ਉਹਦੇ 'ਤੇ ਅਰਸਤੂ ਨੇ ਪਹਿਲੀ ਵਾਰੀ ਬਹੁਤ ਬਲ ਦਿੱਤਾ ਕਿ ਘਟਨਾਵਾਂ ਕਿਸੇ ਏਕਤਾ ਦੇ ਵਿੱਚ, ਏਕਤਾ ਰਾਹੀਂ ਉਹ ਪ੍ਰਭਾਵ ਸਿਰਜਦੀਆਂ, ਏਕਤਾ ਦੇ ਵਿੱਚ ਬੱਝੀਆਂ ਵੀਆਂ ਹੁੰਦੀਆਂ। ਇਸੇ ਤਰ੍ਹਾਂ ਅਰਸਤੂ ਨੇ ਕਿਹਾ ਕਿ ਵੀ ਜਿਹੜਾ ਇਹਦਾ ਨਾਇਕ ਹੈ ਮਹਾਂਕਾਵਿ ਦਾ, ਉਹ ਉਦਾਤ ਗੁਣਾਂ ਵਾਲਾ ਹੋਣਾ ਚਾਹੀਦਾ, ਉਦਾਤ ਸਬਲਾਈਮ
ਸ਼ਬਦਾਂ ਦਾ ਇਹ ਪੰਜਾਬੀ 'ਚ ਉਹਨੂੰ ਅਸੀਂ ਉਦਾਤ ਜਾਣੀ ਵੱਡੇ ਗੁਣਾਂ ਵਾਲਾ, ਉੱਚੇ ਗੁਣਾਂ ਵਾਲਾ, ਆਦਰਸ਼ਕ ਲੱਛਣਾਂ ਵਾਲਾ। ਇਸੇ ਤਰ੍ਹਾਂ ਜਿਹੜੀ ਮਹਾਂਕਾਵਿ ਦੀ ਜਿਹੜੀ ਸ਼ੈਲੀ ਹੈਗੀ ਹੈ ਉਹ ਅਲੰਕਾਰਕ ਅਤੇ ਸੋਝਮਈ ਹੋਣੀ ਚਾਹੀਦੀ ਹੈਗੀ ਹੈ। ਇਹ ਵਿਸ਼ੇਸ਼ ਧਾਰਨਾਵਾਂ ਸੀਗੀਆਂ ਆਮ ਮਹਾਂਕਾਵਿ ਜਾਂ ਕਥਾਨਕ ਬਾਰੇ ਜਾਂ ਬਿਰਤਾਂਤ ਬਾਰੇ ਜਿਹੜੀਆਂ ਅਰਸਤੂ ਦੀਆਂ। ਪਰ ਉਹਨੇ ਤ੍ਰਾਸਦੀ ਬਾਰੇ ਜਿਹੜੀ ਇੱਕ ਖਾਸ ਗੱਲ ਕੀਤੀ ਜਿਹਦੇ ਬਹੁਤ ਦੁਨੀਆ ਦੇ ਵਿੱਚ ਹੁਣ ਤੱਕ ਵੀ ਅਧਿਐਨ ਹੋ ਰਿਹਾ ਹੈਗਾ। ਉਹ ਏਡਾ ਇਸ ਤਰ੍ਹਾਂ ਦਾ ਜਿਹੜਾ ਸੰਕਲਪ ਹੈ ਉਹ ਹੈਗਾ, ਜਿਹਨੂੰ ਉਹਨੇ ਕਥਾਰਸਿਸ ਕਿਹਾ, ਵਰੇਚਨ ਦਾ ਸਿਧਾਂਤ, ਕਿ ਪ੍ਰਭਾਵ ਕੀ ਪਾਉਂਦਾ ਮਹਾਂਕਾਵਿ ਤੁਹਾਡੇ 'ਤੇ ਜਾਂ ਆਪਣੇ ਤ੍ਰਾਸਦੀ ਪ੍ਰਭਾਵ ਕੀ ਪਾਉਂਦੀ ਹੈ, ਕਿਉਂ ਕਿਉਂ ਪ੍ਰਭਾਵ ਪਾਉਂਦੀ ਹੈ। ਉਹਦੇ ਵਾਸਤੇ ਜਿਹੜਾ ਇਹ ਸ਼ਬਦ ਵਰਤਿਆ ਉਹਨਾਂ ਨੇ ਕਥਾਰਸਿਸ, ਇਹ ਚਿਕਿਤਸਾ 'ਚੋਂ ਜਾਂ ਹਕੀਮੀ ਦੇ ਵਿੱਚੋਂ ਲਿਆ ਗਿਆ ਸ਼ਬਦ ਹੈਗਾ, ਕਿ ਜਿਸ ਤਰ੍ਹਾਂ ਜਦੋਂ ਸਾਡਾ ਜਿਹੜਾ ਬਦਹਜ਼ਮੀ ਹੁੰਦੀ ਹੈ, ਸਾਡਾ ਪੇਟ ਖਰਾਬ ਹੁੰਦਾ, ਅਤੇ ਉਸ ਵੇਲੇ ਜਿਹੜੇ ਹਕੀਮ ਸੀਗੇ ਉਹ ਜੁਲਾਬ ਦੇ ਦਿੰਦੇ ਸੀ ਕਿ ਇੱਕ ਵਾਰੀ ਪੂਰਾ ਜਿਹੜਾ ਸ਼ੁੱਧ ਹੋ ਜਾਏ ਜੁਲਾਬ ਨਾਲ ਤਾਂ ਲੂਜ ਮੋਸ਼ਨਸ ਲੱਗ ਜਾਣ ਬੰਦੇ ਨੂੰ, ਅਤੇ ਫਿਰ ਉਸ ਤੋਂ ਬਾਅਦ ਉਹ ਦਵਾਈ ਦੇ ਕੇ, ਅਤੇ ਉਹ ਕਹਿੰਦੇ ਸੀ ਹੁਣ ਇਹਦਾ ਅੰਦਰ ਸ਼ੁੱਧ ਹੋ ਗਿਆ, ਹੁਣ ਉਹ ਰੋਕ ਕੇ ਅਤੇ ਹੁਣ ਇਹਨੂੰ ਨਵਾਂ ਬੰਦਾ ਜਿਹੜਾ ਹੈ ਇੱਕ ਤਰ੍ਹਾਂ ਨਾਲ ਪੈਦਾ ਹੋਊਗਾ ਇਹਦੇ 'ਚੋਂ, ਉਹਦਾ ਡਾਈਜੈਸਟਮ ਸਿਸਟਮ ਜਿਹੜਾ ਹੈ। ਅਰਸਤੂ ਨੇ ਇਹੀ ਅਨਾਲੋਜੀ ਵਰਤੀ ਕਥਾਰਸ ਜਾਂ ਵਰੇਚਨ ਦੇ ਨਾਲ। ਉਹ ਕਹਿੰਦਾ ਕਿ ਜਿਹੜੀ ਤ੍ਰਾਸਦੀ ਹੈ ਉਹਦਾ ਨਾਇਕ ਜਦੋਂ ਦੁੱਖਾਂ ਨੂੰ ਭੋਗਦਾ ਜਾਂ ਉਹ ਅੰਤ ਉਹਦਾ ਤ੍ਰਾਸਦਿਕ ਹੁੰਦਾ, ਤਾਂ ਜਿਹੜਾ ਸਰੋਤਾ ਹੈ ਜਾਂ ਦਰਸ਼ਕ ਹੈ ਉਹ ਉਹਦੇ ਨਾਲ, ਕਿਉਂਕਿ ਇੱਕਮਿੱਕ ਮਹਿਸੂਸ ਕਰ ਰਿਹਾ ਹੁੰਦਾ, ਅਤੇ ਉਹ ਵੀ ਉਹਦੇ ਨਾਲ ਰੋਂਦਾ, ਉਹ ਵੀ ਉਹਦੇ ਨਾਲ ਉਸੇ ਤਰ੍ਹਾਂ ਦੁੱਖ ਮਹਿਸੂਸ ਕਰਦਾ, ਅਤੇ ਉਹਦੇ ਨਾਲ ਉਹਦਾ ਆਪਦਾ ਅੰਦਰ ਵੀ ਜਿਹੜਾ ਹੈਗਾ ਰੋ ਕੇ ਦੁੱਖ ਮਹਿਸੂਸ ਕਰਕੇ ਉਹ ਸ਼ੁੱਧ ਹੋ ਜਾਂਦਾ। ਤ੍ਰਾਸਦੀ ਵੇਖਣ ਤੋਂ ਬਾਅਦ ਉਹ ਵੀ ਇੱਕ ਤਰ੍ਹਾਂ ਨਾਲ ਇੱਕ ਨਵਾਂ ਮਨੁੱਖ ਬਣ ਕੇ ਫਿਰ ਦੁਬਾਰਾ ਜਿਹੜਾ ਹੈ ਜੀਵਨ ਦੇ ਵਿੱਚ ਤੁਹਾਨੂੰ ਨਜ਼ਰ ਆਉਂਦਾ। ਇਸ ਕਰਕੇ ਇਸ ਸਿਧਾਂਤ ਨੂੰ ਹੁਣ ਤੱਕ ਵੀ ਜਿਹੜਾ ਹੈ ਉਹ ਵਰਤਿਆ ਗਿਆ। ਬਹੁਤ ਬਾਅਦ ਦੇ ਵਿੱਚ ਜਾ ਕੇ ਬ੍ਰੈਖਤ ਨੇ ਇਹਦਾ ਐਂਟੀਥੀਸਿਸ ਪੇਸ਼ ਕੀਤਾ, ਉਹਦੀ ਗੱਲ ਆਪਾਂ ਬਾਅਦ ਦੇ ਵਿੱਚ ਕਰਾਂਗੇ। ਤਾਂ ਇਹ ਜਿਹੜਾ ਸੀਗਾ ਮੁੱਢ ਜਿਹੜਾ ਕਹਿ ਲਓ, ਭਾਵੇਂ ਕਿ ਸ਼ਬਦ ਉੱਥੇ ਬਿਰਤਾਂਤ ਸ਼ਾਸਤਰ ਤਾਂ ਨਹੀਂ ਵਰਤਿਆ ਗਿਆ, ਪਰ ਜਿਹੜੇ ਇਹ ਬਿਰਤਾਂਤ ਦੇ ਸਿਧਾਂਤ ਬਾਰੇ, ਗਲਪ ਦੇ ਸਿਧਾਂਤ ਬਾਰੇ ਜਿਹੜੀਆਂ ਇਹ ਟਿੱਪਣੀਆਂ ਸੀਗੀਆਂ ਅਰਸਤੂ ਦੀਆਂ ਜਾਂ ਉਸ ਤੋਂ ਬਾਅਦ ਹੋਰ ਵਿਦਵਾਨ ਵੀ ਪੱਛਮ ਦੇ ਵਿੱਚ ਜਿਹੜੇ ਉਸ ਤਰ੍ਹਾਂ ਰੋਮ ਜਿਵੇਂ ਲੌਂਜਾਈਨਸ ਦਾ ਉਦਾਤ ਬਾਰੇ ਇੱਕ ਕਿਤਾਬ ਹੈਗੀ, ਸਾਨੂੰ ਤਾਂ ਉਹ ਸਿਲੇਬਸ 'ਚ ਲੱਗੀ ਹੁੰਦੀ ਸੀ, ਤੁਸੀਂ ਵੀ ਸ਼ਾਇਦ ਪੜ੍ਹੀ ਹੋਵੇ, ਬਹੁਤ ਹੀ ਕਮਾਲ ਦੀ ਕਿਤਾਬ ਹੈ। ਹੈ ਤਾਂ ਉਹ ਭਾਸ਼ਣ ਕਲਾ ਬਾਰੇ, ਪਰ ਉਹ ਸਾਹਿਤ ਬਾਰੇ ਜਾਂ ਬਿਰਤਾਂਤ ਬਾਰੇ ਵੀ ਉਹਦਾ ਬਹੁਤ ਜਿਹੜਾ ਹੈ ਮਹੱਤਵ ਹੈ। ਇਹ ਥੋੜ੍ਹੀ ਜਿਹੀ ਉਹਦੀ ਭੂਮਿਕਾ ਹੈਗੀ ਹੈ। ਜੇ ਤੁਸੀਂ ਜਿਵੇਂ ਮੈਂ ਮਹਾਂਭਾਰਤ ਦੀ ਗੱਲ ਕੀਤੀ ਹੈ, ਜੇ ਤੁਸੀਂ ਤੁਹਾਡੇ 'ਚੋਂ ਕਿਸੇ ਨੇ ਫਿਲਮ ਟਰੋਏ ਦੇਖੀ ਹੋਵੇ, ਦੇਖੀਏ ਕਿਸੇ ਨੇ ਫਿਲਮ ਟਰੋਏ, ਜੇ ਨਹੀਂ ਦੇਖੀ ਤਾਂ ਉਹ ਜ਼ਰੂਰ ਦੇਖਿਓ। ਜਿਹੜੇ ਸਾਰੀ ਦੀ ਸਾਰੀ ਬਿਰਤਾਂਤ ਪਰੰਪਰਾ ਬਾਰੇ, ਖਾਸ ਤੌਰ 'ਤੇ ਯੂਨਾਨੀ ਬਿਰਤਾਂਤ ਪਰੰਪਰਾ ਬਾਰੇ
ਉਹਦਾ ਨਮੂਨਾ ਵੇਖਣਾ ਚਾਹੁਣ ਤਾਂ ਉਹ ਬਹੁਤ ਹੀ ਕਲਾਸਿਕ ਕਿਸਮ ਦੀ ਮੂਵੀ ਹੈ ਜਿਹਦੇ 'ਚ ਜਿਹੜਾ ਹੋਮਰ ਦੇ ਜਿਹੜਾ ਮਹਾਂਕਾਵ ਹੈ ਉਸੇ ਨੂੰ ਆਧਾਰ ਬਣਾ ਕੇ ਹੀ ਉਹ ਜਿਹੜਾ ਬਣਾਈ ਗਈ ਸੀ ਫਿਲਮ। ਤਾਂ ਇਹ ਇਸ ਗੱਲ ਦਾ ਜਿਹੜਾ ਹੈ ਮੈਂ ਮੁੱਢ ਦੇ ਵਿੱਚ ਜਿਹੜੀ ਸ਼ੁਰੂ ਕੀਤੀ ਸੀਗੀ ਕਿ ਪਹਿਲਾਂ ਬਿਰਤਾਂਤਕ ਰਚਨਾਵਾਂ ਆਉਂਦੀਆਂ ਅਤੇ ਫਿਰ ਉਹਨਾਂ ਦੇ ਸਿਧਾਂਤ ਲੱਭੇ ਜਾਂਦੇ ਆ ਅਤੇ ਫਿਰ ਉਹਨਾਂ ਸਿਧਾਂਤਾਂ ਦੇ ਆਧਾਰ 'ਤੇ ਬਿਰਤਾਂਤ ਸ਼ਾਸਤਰ ਦੀ ਉਸਾਰੀ ਹੁੰਦੀ ਹੈ। ਇਹ ਗੱਲ ਬਾਰੇ ਮੈਂ ਸਿਰਫ ਸੰਕੇਤ ਕੀਤਾ ਉਹਨਾਂ ਰਚਨਾਵਾਂ ਦੇ ਵੱਲ। ਜਿਹੜੀ ਗੱਲ ਮੈਂ ਤੁਸੀਂ ਬਿਰਤਾਂਤ ਸ਼ਾਸਤਰ ਬਾਰੇ ਹੁਣ ਤੱਕ ਪੜ੍ਹਦੇ ਆਏ ਹਾਂ ਉਹਦੇ 'ਚ ਮੈਂ ਵੀ ਆਲੇ ਦੁਆਲੇ ਜਿਵੇਂ ਪੰਜਾਬੀ ਦੇ ਵਿੱਚ ਖਾਸ ਤੌਰ 'ਤੇ ਆਮ ਤੌਰ 'ਤੇ ਤੁਸੀਂ ਇੱਕੋ ਤਰ੍ਹਾਂ ਦੇ ਬਿਰਤਾਂਤ ਸ਼ਾਸਤਰ ਦੀਆਂ ਗੱਲਾਂ ਜਿਹੜੀਆਂ ਪੜ੍ਹਦੇ ਆਏ ਆ ਜਾਂ ਸੁਣੀਆਂ। ਇਹਦੇ ਬਾਰੇ ਮੇਰੀ ਜਿਹੜੀ ਧਾਰਨਾ ਹੈਗੀ ਹੈ ਉਹਦੇ 'ਚ ਥੋੜ੍ਹਾ ਜਿਹਾ ਫਰਕ ਹੈਗਾ। ਮੈਂ ਬਿਰਤਾਂਤ ਸ਼ਾਸਤਰ ਨੂੰ ਇੱਕੋ ਤਰ੍ਹਾਂ ਦਾ ਨਹੀਂ ਤਸੱਵਰ ਕਰਦਾ ਜਾਂ ਮੰਨਦਾ, ਬਲਕਿ ਮੈਂ ਸੋਚਦਾ ਕਿ ਬਿਰਤਾਂਤ ਸ਼ਾਸਤਰ ਸਮੇਂ ਸਮੇਂ ਬਦਲਦਾ ਵੀ ਰਹਿੰਦਾ ਅਤੇ ਬਿਰਤਾਂਤ ਸ਼ਾਸਤਰ ਦੀਆਂ ਇੱਕ ਤੋਂ ਵੱਧ ਵੰਨਗੀਆਂ ਹੈ, ਇੱਕੋ ਤਰ੍ਹਾਂ ਦਾ ਬਿਰਤਾਂਤ ਸ਼ਾਸਤਰ ਨਹੀਂ ਆ। ਇਹ ਧਾਰਨਾ ਮੈਂ ਇੱਕ 20ਵੀਂ ਸਦੀ ਦੇ ਅੰਤਲੇ ਜਿਹੜੇ ਦਹਾਕੇ ਦੇ ਵਿੱਚ ਜਾਂ ਬਿਲਕੁਲ 97-98 ਦੇ ਵਿੱਚ ਇੱਕ ਵਿਸਤ੍ਰਿਤ ਲੇਖ ਲਿਖਿਆ ਸੀਗਾ, ਕਿਸੇ ਵੈਸੇ ਤਾਂ ਸੈਮੀਨਾਰ ਵਾਸਤੇ ਲਿਖਿਆ ਸੀ ਪਰ ਉਹ ਬਹੁਤ ਵੱਡਾ ਲੇਖ ਸੀਗਾ ਜਿਹਦੇ 'ਚ ਮੈਂ ਪਹਿਲੀ ਵਾਰੀ ਇਹ ਗੱਲ ਜਿਹੜੀ ਹੈਗੀ ਕੀਤੀ ਸੀਗੀ ਕਿ ਬਿਰਤਾਂਤ ਸ਼ਾਸਤਰ ਜਿਹੜਾ ਹੈਗਾ ਉਹ ਤਿੰਨ ਵੰਨਗੀਆਂ ਦਾ ਹੈ, ਤਿੰਨ ਕਿਸਮ ਦਾ ਸਾਡੇ ਕੋਲ ਬਿਰਤਾਂਤ ਸ਼ਾਸਤਰ ਹੈ ਅਤੇ ਉਹਨਾਂ ਦੇ ਆਧਾਰ 'ਤੇ ਹੀ ਅੱਜ ਅਸੀਂ ਜਿਹੜੀਆਂ ਹੈਗੀਆਂ ਗੱਲਾਂ ਕਰਾਂਗੇ ਕਿ ਉਹ ਤਿੰਨ ਕਿਸਮਾਂ ਜਿਹੜੀਆਂ ਬਿਰਤਾਂਤ ਸ਼ਾਸਤਰ ਦੀਆਂ ਕਿਹੜੀਆਂ ਅਤੇ ਉਹਨਾਂ ਦੇ ਵਿੱਚ ਵੱਖਰਤਾ ਕੀ ਹੈਗੀ ਆ। ਤਾਂ ਜਿਹੜੀ ਪਹਿਲੀ ਵੰਨਗੀ ਹੈਗੀ ਹੈ ਉਹਨੂੰ ਮੈਂ ਕਹਿੰਦਾ ਕਿ ਇਤਿਹਾਸ ਮੁਖੀ ਬਿਰਤਾਂਤ ਸ਼ਾਸਤਰ। ਜਿਹੜੀ ਦੂਜੀ ਵੰਨਗੀ ਹੈ ਬਿਰਤਾਂਤ ਸ਼ਾਸਤਰ ਦੀ ਉਹਨੂੰ ਮੈਂ ਕਹਿੰਦਾ ਰੂਪਮੁਖੀ ਬਿਰਤਾਂਤ ਸ਼ਾਸਤਰ ਅਤੇ ਜਿਹੜੀ ਤੀਜੀ ਵੰਨਗੀ ਹੈ ਬਿਰਤਾਂਤ ਸ਼ਾਸਤਰ ਦੀ ਉਹਨੂੰ ਮੈਂ ਕਹਿੰਦਾ ਤੁਸੀਂ ਉੱਤਰਾਧੁਨਿਕ ਬਿਰਤਾਂਤ ਸ਼ਾਸਤਰ ਵੀ ਕਹਿ ਸਕਦੇ ਹਾਂ ਅਤੇ ਉਹਨੂੰ ਮੈਂ ਜਿਹੜਾ ਨਾਂ ਦਿੱਤਾ ਸੀਗਾ ਉਹ ਸੀਗਾ ਰਾਜਸੀ ਰੂਪਾਤਮਕ ਬਿਰਤਾਂਤ ਸ਼ਾਸਤਰ। ਇਹ ਨਾਂ ਥੋੜ੍ਹਾ ਜਿਹਾ ਔਖਾ, ਇਸ ਕਰਕੇ ਤੁਸੀਂ ਉੱਤਰਾਧੁਨਿਕ ਸ਼ਬਦ ਤੋਂ ਆਮ ਤੌਰ 'ਤੇ ਜਾਣੂ ਹੈ ਅਤੇ ਤੁਸੀਂ ਇਹਨੂੰ ਉਹਦੇ ਨਾਲ ਵੀ ਜੋੜ ਕੇ ਜਿਹੜਾ ਹੈ ਉਹ ਵੇਖ ਸਕਦੇ ਹੈਗੇ ਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਕਿਉਂਕਿ ਥੋੜ੍ਹੀ ਥੋੜ੍ਹੀ ਗੱਲ ਕਰ ਸਕਾਂਗੇ, ਇਹ ਬਹੁਤ ਮੈਂ ਪਹਿਲਾਂ ਹੀ ਕਿਹਾ ਸੀ ਬੜਾ ਵਿਸਤ੍ਰਿਤ ਲੰਬਾ, ਜੇ ਮੈਂ ਇੱਕ ਇੱਕ ਬਾਰੇ ਇੱਕ ਇੱਕ ਲੈਕਚਰ 'ਚ ਗੱਲ ਹੋ ਸਕਦੀ ਹੈ, ਪਰ ਕਿਉਂਕਿ ਆਪਾਂ ਇਹ 1.25 ਘੰਟੇ ਦੇ ਵਿੱਚ ਗੱਲ ਨਿਬੇੜਾਂਗੇ ਵੀ, ਤਾਂ ਇਸ ਕਰਕੇ ਥੋੜ੍ਹੀ ਇਹਨਾਂ ਤਿੰਨਾਂ ਬਾਰੇ ਆਪਾਂ ਗੱਲ ਕਰਾਂਗੇ। ਇਤਿਹਾਸ ਮੁਖੀ ਬਿਰਤਾਂਤ ਸ਼ਾਸਤਰ ਤੋਂ ਭਾਵ ਮਤਲਬ ਹੈਗਾ ਕਿ ਜਿਹੜਾ ਬਿਰਤਾਂਤ ਸ਼ਾਸਤਰ ਉਸਰਿਆ ਮਾਰਕਸਵਾਦੀ ਵਿਚਾਰਧਾਰਾ ਦੇ ਉੱਤੇ, ਵਿਸ਼ੇਸ਼ ਤੌਰ 'ਤੇ ਮਾਰਕਸਵਾਦੀ ਦਰਸ਼ਨ, ਮਾਰਕਸਵਾਦੀ ਵਿਚਾਰਧਾਰਾ ਨੂੰ ਆਧਾਰ ਬਣਾ ਕੇ ਜਿਹੜੀਆਂ ਬਿਰਤਾਂਤ ਸੰਬੰਧੀ ਧਾਰਨਾਵਾਂ ਸਾਡੇ ਸਾਹਮਣੇ ਆਈਆਂ ਉਹਨਾਂ ਨੂੰ ਮੈਂ ਇਤਿਹਾਸ ਮੁਖੀ ਬਿਰਤਾਂਤ ਸ਼ਾਸਤਰ ਕਹਿੰਦਾ। ਅਤੇ ਇਹ ਜਿਹੜੀਆਂ ਧਾਰਨਾਵਾਂ ਆਈਆਂ
ਮਾਰਕਸਵਾਦ ਨੂੰ ਆਧਾਰ ਬਣਾ ਕੇ ਇਹਨਾਂ ਨੇ ਕਿਸੇ ਨੇ ਵੀ ਸ਼ਬਦ ਬਿਰਤਾਂਤ ਸ਼ਾਸਤਰ ਇਹਦੇ ਵਾਸਤੇ ਨਹੀਂ ਵਰਤਿਆ। ਇਹਨਾਂ ਨੇ ਬਿਰਤਾਂਤ ਵੀ ਸ਼ਬਦ ਵੈਸੇ ਘੱਟ ਵਰਤਿਆ, ਪਰ ਜਿਹੜਾ ਹੈਗਾ ਇਹਨਾਂ ਨੇ ਗੱਲਾਂ ਕੀਤੀਆਂ ਮਹਾਂਕਾਵਿ 'ਤੇ ਆਧਾਰਿਤ, ਨਾਵਲ ਦੇ ਅਧਿਐਨ ਦੇ ਆਧਾਰਿਤ, ਕਹਾਣੀ ਦੇ ਅਧਿਐਨ ਦੇ ਆਧਾਰਿਤ, ਫਿਲਮਾਂ ਦੇ ਆਧਾਰਿਤ, ਨਵਾਂ ਜਿਹੜਾ ਯੁੱਗ ਹੈਗਾ ਇਹਦੇ 'ਚ ਜਿਹੜੀਆਂ ਨਵੀਆਂ ਕਲਾਵਾਂ ਬਿਰਤਾਂਤ ਦੀਆਂ ਇਹਨਾਂ 'ਤੇ ਆਧਾਰਿਤ ਉਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਗਈਆਂ। ਕੁਦਰਤੀ ਹੈਗਾ ਕਿ ਜਿਵੇਂ ਮੈਂ ਕਿਹਾ ਜੇ ਮਾਰਕਸਵਾਦ 'ਤੇ ਆਧਾਰਿਤ ਹੈ ਤਾਂ ਮਾਰਕਸ ਲੈਨਨ ਜਿਹੜਾ ਹੈ ਐਂਗਲਸ ਮਾਓ ਜ਼ੇਦੁੰਗ ਇਹਨਾਂ ਦੇ ਇਹਨਾਂ ਦੀਆਂ ਗੱਲਾਂ 'ਤੇ ਆਧਾਰਿਤ ਹੀ ਹੋਊਗਾ ਇਹ ਮਾਰਕਸਵਾਦ ਤੋਂ ਭਾਵ ਹੈ। ਪਰ ਇਹਨੂੰ ਸਾਹਿਤ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਸਾਹਿਤ ਦੇ ਵਿੱਚ ਇਹਨਾਂ ਗੱਲਾਂ ਨੂੰ ਸਿਧਾਂਤ ਦੇ ਤੌਰ 'ਤੇ ਵਿਕਸਿਤ ਕੀਤਾ ਉਹਨਾਂ ਦੇ ਵਿੱਚ ਮੁੱਖ ਤੌਰ 'ਤੇ ਬਹੁਤ ਪਹਿਲਿਆਂ ਦੇ ਵਿੱਚ ਨਾਂ ਪਲੇਖਾਨੋਵ ਦਾ ਆਉਂਦਾ ਜਿਹਦੀ ਕਿਤਾਬ ਆਰਟ ਕਲਾ ਅਤੇ ਸਮਾਜਿਕਤਾ ਦੇ ਬਾਰੇ ਜਿਹੜੀ ਉਹ ਕਿਤਾਬ ਹੈ ਆਰਟ ਐਂਡ ਸੁਸਾਇਟੀ ਬੜੀ ਮਸ਼ਹੂਰ ਕਿਤਾਬ ਹੈਗੀ ਹੈ। ਫਿਰ ਜੇ ਤੁਸੀਂ ਆਪਣੇ ਮੁੱਢਲੇ ਜਿਹੜੇ ਪੰਜਾਬੀ ਦੇ ਮਾਰਕਸਵਾਦੀ ਸਿਧਾਂਤਕਾਰ ਨੇ ਉਹਨਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਇਆ ਸੀ ਜਿਵੇਂ ਕ੍ਰਿਸਟੋਫਰ ਕਾਡਵਲ ਹੈ, ਜਿਵੇਂ ਜਾਰਜ ਲੁਕਾਚ ਹੈ, ਅਰਨੋਲਡ ਹੌਜ਼ਰ ਹੈ, ਹਾਰਵਰਡ ਫਾਸਟ ਹੈ ਜਿਨ੍ਹਾਂ ਦੀਆਂ ਕਿਤਾਬਾਂ ਤੁਸੀਂ ਹੁਣ ਤੁਹਾਡੇ ਤੱਕ ਆਮ ਪਹੁੰਚ ਗਈਆਂ, ਰੇਮੰਡ ਵਿਲੀਅਮਸ ਹੈ, ਅਤੇ ਬਾਅਦ ਦੇ ਵਿੱਚ ਨਵਿਆਂ ਦੇ ਵਿੱਚ ਅਲਥੂਸਰ ਹੈ ਜਿਵੇਂ ਗ੍ਰਾਮਸ਼ੀ ਹੈ ਅਤੇ ਜੇਮਸਨ ਹੈ, ਇਹ ਸਾਰੇ ਜਿਹੜੇ ਹੈਗੇ ਆ ਬਹੁਤ ਸਾਰੇ ਨਾਂ ਨੇ, ਗੋਲਡਮਾਨ ਹੈ, ਬਾਖਤਿਨ ਹੈ, ਇਹ ਬਹੁਤ ਸਾਰੇ ਨਾਂ ਜਿਨ੍ਹਾਂ ਨੇ ਉਹਦੇ ਆਧਾਰ 'ਤੇ ਮਾਰਕਸਵਾਦੀ ਸਿਧਾਂਤ ਦੇ ਆਧਾਰ 'ਤੇ ਜਿਹੜਾ ਹੈ ਬਿਰਤਾਂਤ ਸ਼ਾਸਤਰ ਦੀ ਉਸਾਰੀ ਕੀਤੀ। ਇਹਨਾਂ ਦੀਆਂ ਕੁਛ ਧਾਰਨਾਵਾਂ ਨੇ ਜਿਨ੍ਹਾਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਮਾਰਕਸਵਾਦ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਮਾਰਕਸਵਾਦ ਆਰਥਿਕ ਆਧਾਰ ਨੂੰ ਮੁੱਖ ਉਹਦੇ 'ਚ ਮੰਨਿਆ ਜਾਂਦਾ ਸੀ ਅਤੇ ਜਿਹੜੀਆਂ ਕਲਾਵਾਂ ਹੈ ਜਾਂ ਫਲਸਫਾ ਹੈ ਇਹਨੂੰ ਪਰੋਸਾਰ ਦਾ ਸੁਪਰਸਟਰਕਚਰ ਦਾ ਹਿੱਸਾ ਮੰਨ ਕੇ ਚੱਲਿਆ ਜਾਂਦਾ ਸੀਗਾ। ਇਸ ਕਰਕੇ ਇਹਦਾ ਮਤਲਬ ਕੀ ਨਿਕਲਦਾ, ਇਹਦਾ ਮਤਲਬ ਇਹ ਨਿਕਲਦਾ ਕਿ ਜੇ ਪਦਾਰਥਕ ਹਾਲਤਾਂ ਆਧਾਰ ਜਾਣੀ ਬੇਸ ਬਦਲ ਜੇ ਤਾਂ ਸੁਪਰਸਟਰਕਚਰ ਵੀ ਜਿਹੜਾ ਹੈਗਾ ਉਹਦੇ 'ਚ ਤਬਦੀਲੀ ਆ ਜਾਂਦੀ ਹੈ। ਬਾਅਦ ਦੇ ਵਿੱਚ ਜਿਹੜੇ ਜਿਹਨੂੰ ਨਿਊ ਮਾਰਕਸਿਜ਼ਮ ਕਿਹਾ ਗਿਆ ਉਹਨਾਂ ਨੇ ਇਹਦੇ 'ਤੇ ਇਹ ਗੱਲ ਇੱਕ ਨਵੀਂ ਸ਼ਾਮਿਲ ਕੀਤੀ ਕਿ ਜਿਸ ਤਰ੍ਹਾਂ ਆਧਾਰ ਬਦਲ ਨਾਲ ਜਿਹੜਾ ਹੈਗਾ ਉਹ ਸੁਪਰਸਟਰਕਚਰ ਬਦਲ ਜਾਂਦਾ, ਇਸੇ ਤਰ੍ਹਾਂ ਸੁਪਰਸਟਰਕਚਰ ਜਦੋਂ ਬਦਲਦਾ ਤਾਂ ਉਹ ਆਧਾਰ ਨੂੰ ਵੀ ਜਿਹੜਾ ਪ੍ਰਭਾਵਿਤ ਕਰਦਾ ਜਾਂ ਉਹਦੇ ਵਿੱਚ ਵੀ ਬਦਲਾਵ ਲਿਆਉਂਦਾ ਹੈਗਾ। ਇਹਨਾਂ ਗੱਲਾਂ ਦਾ ਬਿਰਤਾਂਤ ਸ਼ਾਸਤਰ 'ਤੇ ਵੀ ਅਸਰ ਇਸ ਤਰ੍ਹਾਂ ਪੈਂਦਾ ਕਿ ਜੇ ਬਿਰਤਾਂਤ ਸ਼ਾਸਤਰ ਦੇ ਵਿੱਚੋਂ ਨਿਕਲਿਆ ਹੋਇਆ ਸਿਧਾਂਤ ਜਿਹੜਾ ਹੈਗਾ, ਜੇ ਉਹ ਸਿਧਾਂਤ ਬਿਰਤਾਂਤ ਸ਼ਾਸਤਰ ਦੀਆਂ ਰਚਨਾਵਾਂ 'ਚੋਂ ਨਿਕਲਦਾ ਤਾਂ ਉਹ ਮੋੜਵੇਂ ਰੂਪ ਦੇ ਵਿੱਚ ਅਗਲੀਆਂ ਰਚਨਾਵਾਂ ਨੂੰ ਵੀ ਪ੍ਰਭਾਵਿਤ ਕਰਦਾ ਜਿਹੜਾ ਉਸ ਤੋਂ ਬਾਅਦ, ਜਿਵੇਂ ਅੱਜ ਕੱਲ੍ਹ ਪੰਜਾਬੀ ਦੇ ਵਿੱਚ ਆਮ ਕਿਹਾ ਜਾਂਦਾ ਹੈ ਕਿ ਵੀ ਜਿਹੜੀਆਂ ਨਾਵਲ ਅਤੇ ਕਹਾਣੀਆਂ ਉਹ ਆਲੋਚਕਾਂ ਨੂੰ ਮੁੱਖ ਰੱਖ ਕੇ ਲਿਖੀਆਂ ਜਾਂਦੀਆਂ ਹੈਗੀਆਂ ਪਾਠਕਾਂ ਦੀ ਬਜਾਏ, ਇਹ ਇੱਕ ਕੰਟਰੋਵਰਸ਼ੀਅਲ ਜੀ ਧਾਰਨਾ ਹੈਗੀ ਆ। ਇਹਦਾ ਮਤਲਬ ਹੈ ਕਿ ਵੀ ਜੇ ਸਿਧਾਂਤ ਪ੍ਰਭਾਵਿਤ ਕਰਦਾ, ਬਿਰਤਾਂਤ ਪ੍ਰਭਾਵਿਤ ਕਰਦਾ, ਬਾਅਦ ਦੇ ਵਿੱਚ ਸਿਧਾਂਤ ਵੀ ਉਹਨੂੰ ਜਿਹੜਾ ਹੈ ਪ੍ਰਭਾਵਿਤ ਜਿਹੜਾ ਹੈ ਕਰਦਾ। ਤਾਂ
ਸਭ ਤੋਂ ਵੱਧ ਕੰਮ ਮੁੱਢਲਿਆਂ ਦੇ ਵਿੱਚੋਂ ਇਹਦੇ 'ਤੇ ਕੀਤਾ ਜਾਰਜ ਲੁਕਾਚ ਨੇ। ਜਾਰਜ ਲੁਕਾਚ ਦੀਆਂ 3-4 ਕਿਤਾਬਾਂ ਹੈਗੀਆਂ, ਉਹ ਤੁਸੀਂ ਦੇਖ ਲਓਗੇ, ਆਪਣੇ ਬਾਅਦ ਦੇ ਵਿੱਚ ਵੀ ਦੇਖ ਲਓਗੇ। ਉਹਨੇ ਮਹਾਂਕਾਵਿ ਦਾ ਵੀ ਅਤੇ ਨਾਵਲਾਂ ਦਾ ਵੀ ਖਾਸ ਤੌਰ 'ਤੇ ਯਥਾਰਥਵਾਦ ਦੇ ਪ੍ਰਸੰਗ ਦੇ ਵਿੱਚ ਅਧਿਐਨ ਕੀਤਾ। ਇੱਕ ਟੋਲਸਟਾਏ ਬਾਰੇ ਇੱਕ ਲੈਨਨ ਦਾ ਲੇਖ ਹੈ ਬੜਾ ਮਸ਼ਹੂਰ, ਜਿਹਦੇ 'ਚ ਉਹਨੇ ਟੋਲਸਟਾਏ ਨੂੰ ਰੂਸੀ ਕ੍ਰਾਂਤੀ ਦਾ ਦਰਪਣ ਕਿਹਾ, ਦਿ ਮਿਰਰ ਆਫ ਦਾ ਰਸ਼ੀਅਨ ਰੈਵੋਲਿਊਸ਼ਨ। ਅਤੇ ਜਾਰਜ ਲੁਕਾਚ ਇਸ ਗੱਲ ਨੂੰ ਆਪਣਾ ਮੁੱਖ ਥੀਸਿਸ ਬਣਾ ਕੇ ਚੱਲਦਾ ਕਿ ਜਿਹੜਾ ਲੇਖਕ ਹੈਗਾ ਇਹ ਇਹਦੀ ਖਾਸੀਅਤ ਇਹ ਹੀ ਹੁੰਦੀ ਹੈ ਚੰਗੇ ਵੱਡੇ ਲੇਖਕ ਦੀ ਕਿ ਉਹ ਯਥਾਰਥ ਨੂੰ, ਆਪਣੇ ਸਮੇਂ ਦੇ ਯਥਾਰਥ ਨੂੰ ਕਿਵੇਂ ਪੇਸ਼ ਕਰਦਾ ਹੈਗਾ। ਯਥਾਰਥ ਤੋਂ ਭਾਵ ਉਹਨੇ ਲਿਆ ਕਿ ਉਹ ਕਹਿੰਦਾ ਕਿ ਜਿਹੜਾ ਸਾਹਿਤ ਹੈ ਇਹ ਭਾਵੇਂ ਕਿ ਯਥਾਰਥ ਦੀ ਇੰਨ ਬਿੰਨ ਤਸਵੀਰ ਤਾਂ ਨਹੀਂ ਹੁੰਦੀ ਬਿਰਤਾਂਤ, ਪਰ ਇਹ ਰਿਫਲੈਕਸ਼ਨ ਹੁੰਦੀ ਆ। ਉਹਦੀ ਥਿਊਰੀ ਨੂੰ ਵੀ ਰਿਫਲੈਕਸ਼ਨ ਥਿਊਰੀ ਕਿਹਾ ਜਾਂਦਾ। ਰਿਫਲੈਕਸ਼ਨ ਮਤਲਬ ਪ੍ਰਤੀਬਿੰਬ ਪੇਸ਼ ਕਰਦਾ ਯਥਾਰਥ ਦਾ ਜਿਹੜਾ ਨਾਵਲ ਹੈ ਇਹ, ਅਤੇ ਇਹਦੇ ਜਿਹੜੇ ਪਾਤਰ ਹੁੰਦੇ ਹੈਗੇ ਆ ਉਹ ਟਾਈਪਡ ਹੁੰਦੇ ਆ। ਟਾਈਪ ਪਾਤਰ ਮਤਲਬ ਉਹ ਕਿਸੇ ਵਰਗ ਨੂੰ ਕਿਸੇ ਸ਼੍ਰੇਣੀ ਦੇ ਪ੍ਰਤੀਨਿਧਤਾ ਕਰਦੇ ਹੁੰਦੇ ਆ, ਜਿਵੇਂ ਯਥਾਰਥ ਦੇ ਵਿੱਚ ਹੁੰਦਾ ਉਸੇ ਤਰ੍ਹਾਂ ਹੀ। ਅਤੇ ਜਿਹੜਾ ਚੰਗਾ ਜਾਂ ਵੱਡਾ ਲੇਖਕ ਹੈਗਾ, ਨਾਵਲ ਵੱਡਾ ਨਾਵਲਕਾਰ ਹੈਗਾ, ਗਲਪਕਾਰ ਹੈਗਾ, ਉਹਦੀ ਖਾਸੀਅਤ ਉਹ ਇਹ ਮੰਨਦਾ ਕਿ ਵੀ ਉਹ ਯਥਾਰਥ ਨੂੰ ਹਿੱਸਿਆਂ ਦੇ ਵਿੱਚ ਵੰਡ ਕੇ ਨਹੀਂ ਬਲਕਿ ਟੋਟੈਲਿਟੀ ਦੇ ਵਿੱਚ ਫੜਨ ਦਾ ਯਤਨ ਕਰਦਾ ਸਮੱਗਰ ਰੂਪ ਦੇ ਵਿੱਚ। ਇਹ ਵੱਡੀਆਂ ਧਾਰਨਾਵਾਂ ਜਿਹੜੀਆਂ ਸੀਗੀਆਂ ਇਹ ਲੁਕਾਚ ਦੀਆਂ, ਪਰ ਇਹ ਇਹਨਾਂ ਨੂੰ ਬਾਅਦ ਦੇ ਜਿਹੜੇ ਉਹਦੇ ਆਏ ਉਹਦੇ ਪੈਰੋਕਾਰ ਜਾਂ ਉਹਨੂੰ ਮੰਨਣ ਵਾਲੇ ਬੰਦੇ, ਉਹਨੇ ਟੋਲਸਟਾਏ ਨੂੰ, ਬਾਲਜ਼ਾਕ ਨੂੰ, ਥਾਮਸ ਮਾਨ ਨੂੰ ਵੱਡੇ ਨਾਵਲਕਾਰ ਇਸ ਕਰਕੇ ਕਿਹਾ ਕਿ ਵੀ ਇਹ ਜਿਹੜੇ ਯਥਾਰਥ ਦੀ ਪ੍ਰਤੀਨਿਧਤਾ ਕਰਨ ਵਾਲੇ, ਉਸ ਵੇਲੇ ਦੇ ਯਥਾਰਥ ਨੂੰ ਸਮੱਗਰ ਰੂਪ 'ਚ ਪ੍ਰਗਟਾਉਣ ਵਾਲੇ ਜਿਹੜੇ ਲੇਖਕ ਨੇ। ਇਸੇ ਤਰ੍ਹਾਂ ਉਹਨੇ ਦੂਜੇ ਪਾਸੇ ਕੁਛ ਲੋਕਾਂ ਨੂੰ ਉਹਨੇ ਜਿਹੜਾ ਹੈਗਾ ਉਹਨਾਂ ਦਾ ਨਿਖੇਧ ਕੀਤਾ ਜਾਂ ਉਹਨਾਂ ਦੀ ਆਲੋਚਨਾ ਕੀਤੀ, ਜਿਨ੍ਹਾਂ ਨੂੰ ਉਹਨੇ ਕਿਹਾ ਕਿ ਵੀ ਇਹ ਯਥਾਰਥ ਨੂੰ ਅਮੂਰਤ ਢੰਗ ਨਾਲ ਪੇਸ਼ ਕਰਦੇ ਆ, ਇਸ ਕਰਕੇ ਉਹ ਲੁਕਾਚ ਨੂੰ ਬਹੁਤਾ ਉਸ ਤਰ੍ਹਾਂ ਚੰਗੇ ਨਹੀਂ ਸੀ ਲੱਗਦੇ ਯਥਾਰਥਵਾਦੀ ਨਜ਼ਰੀਏ ਤੋਂ। ਜਿਨ੍ਹਾਂ ਦੇ ਵਿੱਚ ਕਾਫਕਾ ਹੈ, ਕਾਮੂ ਹੈ, ਉਹਨਾਂ ਬਾਰੇ ਵੀ ਉਹਨੇ ਜਿਹੜਾ ਹੈ ਸਟੱਡੀ ਕੀਤੀ। ਇਸੇ ਤਰ੍ਹਾਂ ਉਹਨੂੰ ਉਹ ਲੇਖਕ ਵੀ ਨਹੀਂ ਸੀ ਬਹੁਤੇ ਜਿਹੜਾ ਹੈ ਅਪੀਲ ਕਰਦੇ ਜਿਹੜੇ ਪ੍ਰਕਿਰਤੀਵਾਦੀ ਢੰਗ ਨਾਲ ਯਥਾਰਥ ਨੂੰ ਪੇਸ਼ ਕਰਦੇ ਸੀ, ਨੈਚੁਰਲਿਜ਼ਮ ਜਿਹਨੂੰ ਕਿਹਾ ਜਾਂਦਾ ਹੈ। ਜਿਵੇਂ ਫਲਾਬੇਅਰ ਦਾ ਤੁਸੀਂ ਉਹ ਨਾਵਲ ਦੇਖਿਆ ਹੋਣਾ, ਮਦਾਮ ਬਵਾਰੀ, ਜੇ ਅਤੇ ਫਿਲਮਾਂ ਵੀ ਬਾਅਦ ਦੇ ਵਿੱਚ ਬਣੀਆਂ। ਤਾਂ ਲੁਕਾਚ ਨੇ ਕਿਹਾ ਕਿ ਜਿਹੜਾ ਨਾਵਲ ਹੈਗਾ ਇਹ ਪੂੰਜੀਵਾਦੀ ਯੁੱਗ ਦਾ ਮਹਾਂਕਾਵਿ ਹੁੰਦਾ, ਜਿਵੇਂ ਮਹਾਂਕਾਵਿ ਆਪਣੇ ਸਮੇਂ ਨੂੰ ਵਿਸਤ੍ਰਿਤ ਢੰਗ ਨਾਲ ਪੇਸ਼ ਕਰਦਾ ਸੀਗਾ, ਅਤੇ ਇਸੇ ਤਰ੍ਹਾਂ ਜਿਹੜਾ ਨਾਵਲ ਹੈਗਾ ਇਹ ਨਵੇਂ ਯੁੱਗ ਨੂੰ, ਪੂੰਜੀਵਾਦੀ ਯੁੱਗ ਨੂੰ ਉਸੇ ਤਰ੍ਹਾਂ ਹੀ ਮਹਾਂਕਾਵਿਕ ਢੰਗ ਨਾਲ ਪੇਸ਼ ਕਰਨ ਵਾਲਾ ਜਿਹੜਾ ਰੂਪਾਕਾਰ ਹੈਗਾ। ਅਤੇ ਇਹਦੇ ਵਿੱਚ ਜਿਹੜਾ ਉਹ ਜਿਹੜਾ ਨਾਇਕ ਹੁੰਦਾ ਜਾਣੀ ਉਹ ਉਹਨੇ ਕਿਹਾ ਕਿ ਵੀ ਉਹ ਨਵੇਂ ਯੁੱਗ ਦਾ ਜਿਹੜਾ
ਭਟਕਦਾ ਨਾਇਕ ਹੈਗਾ ਪੂੰਜੀਵਾਦੀ ਯੁੱਗ ਦੇ ਵਿੱਚ, ਉਹਨੂੰ ਉਹਨੇ ਕਿਹਾ ਕਿ ਉਹ ਬੜਾ ਪ੍ਰੋਬਲੇਮੈਟਿਕ ਹੁੰਦਾ, ਸਮੱਸਿਆ ਮੂਲਕ ਬੜਕੇ ਜਟਲ ਗੁੰਝਲਦਾਰ ਬੰਦਾ ਹੁੰਦਾ, ਉਹਨੂੰ ਜੇ ਤੁਸੀਂ ਚੰਗੀ ਤਰ੍ਹਾਂ ਸਮਝ ਲਓ ਤਾਂ ਤੁਸੀਂ ਉਸ ਵੇਲੇ ਦੇ ਯਥਾਰਥ ਨੂੰ ਸਮਝ ਲਓਗੇ ਆਪਣੇ ਉਸ ਵੇਲੇ ਦੇ। ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਅਮੂਰਤਵਾਦੀ, ਉਹਨੇ ਉਹਨਾਂ ਨੂੰ ਕਿਹਾ ਸੀਗਾ ਕਿ ਵੀ ਜਿਹੜੇ ਇਹ ਸਮਝਦੇ ਹੈਗੇ ਆ ਨਾਵਲਕਾਰ ਕਿ ਜਿਹੜੀ ਐਲੀਨੇਸ਼ਨ ਹੈ ਬੰਦੇ ਦੀ, ਪਾਤਰ ਦੀ ਬੇਗਾਨਗੀ ਹੈਗੀ ਹੈ, ਇਹ ਸਮਾਜਿਕ ਸਥਿਤੀਆਂ ਦੀ ਦੇਣ ਨਹੀਂ, ਜਿਵੇਂ ਬੰਦੇ ਦਾ ਜਮਾਂਦਰੂ ਸੁਭਾਅ ਹੀ ਹੋਵੇ ਇਸ ਤਰ੍ਹਾਂ ਹੁੰਦੀ। ਉਹ ਕਹਿੰਦਾ ਵੀ ਗੱਲ ਇਹ ਨਹੀਂ, ਜਿਹੜੀ ਬੰਦੇ ਦੀ ਬੇਗਾਨਗੀ ਵੀ ਹੈਗੀ ਹੈ ਉਹ ਵੀ ਜਿਹੜੀ ਹੈਗੀ ਹੈ ਸਮਾਜਿਕ ਪ੍ਰਸਥਿਤੀਆਂ ਦੀ ਹੀ ਦੇਣ ਹੁੰਦੀ ਹੈਗੀ ਹੈ, ਉਹਦੇ ਨਾਲ ਜੋੜ ਕੇ ਹੀ ਉਹਨੂੰ ਪੜ੍ਹਿਆ ਜਾ ਸਕਦਾ। ਇਹ ਉਹਦੀਆਂ ਮੁੱਢਲੀਆਂ ਧਾਰਨਾਵਾਂ ਸੀਗੀਆਂ ਲੁਕਾਚ ਦੀਆਂ। ਬ੍ਰਹਿਖਤ ਦੀ ਜਿਹਦੀ ਮੈਂ ਗੱਲ ਕੀਤੀ ਹੈ ਕਿ ਬ੍ਰਹਿਖਤ ਨੇ ਅਰਸਤੂ ਦੇ ਵਿਰੇਚਨ ਦੇ ਸਿਧਾਂਤ ਦੇ ਵਿੱਚ ਇੱਕ ਨਵੀਂ ਗੱਲ ਜੋੜੀ। ਉਹ ਕਹਿੰਦਾ ਵੀ ਜਿਹੜਾ ਉਹਨੇ ਨਾਟਕ ਦੇ ਪ੍ਰਸੰਗ ਦੇ ਵਿੱਚ ਜ਼ਿਆਦਾ ਕੀਤੀ ਗੱਲ, ਉਹ ਕਹਿੰਦਾ ਕਿ ਜਿਹੜਾ ਲੇਖਕ ਹੈ ਜਾਂ ਨਾਟਕਕਾਰ ਹੈ ਉਹਨੂੰ ਦਰਸ਼ਕ ਦਾ ਜਾਂ ਸਰੋਤੇ ਦਾ ਵਿਰੇਚਨ ਨਹੀਂ ਕਰਨਾ ਚਾਹੀਦਾ, ਵੀ ਉਹ ਰੋ ਧੋ ਕੇ ਸਮਝ ਲਏ ਮੇਰੀ ਸਮੱਸਿਆ ਦਾ ਹੱਲ ਹੋ ਗਿਆ, ਬਲਕਿ ਉਹਨੂੰ ਇਸ ਤਰ੍ਹਾਂ ਦੀਆਂ ਰਚਨਾਵਾਂ ਲਿਖਣੀਆਂ ਚਾਹੀਦੀਆਂ ਕਿ ਉਹ ਜਿਹੜਾ ਹੈਗਾ ਜਿਹੜਾ ਪਾਠਕ ਹੈਗਾ ਜਾਂ ਸਰੋਤਾ ਹੈਗਾ ਜਾਂ ਦਰਸ਼ਕ ਹੈਗਾ ਉਹ ਬੇਚੈਨ ਹੋ ਜੇ, ਉਹ ਚੇਤੰਨ ਹੋ ਜੇ, ਉਹ ਨਾਟਕ 'ਚੋਂ ਬਾਹਰ ਨਿਕਲ ਕੇ ਵੀ ਥੀਏਟਰ ਦੇ ਵਿੱਚੋਂ ਉਹਨੂੰ ਚੈਨ ਨਾ ਆਵੇ ਕਿ ਜਿਹੜੀ ਇਸ ਤਰ੍ਹਾਂ ਦਾ ਸਮਾਜ ਹੈਗਾ ਇਹਨੂੰ ਬਦਲਣਾ ਚਾਹੀਦਾ। ਅਤੇ ਮਾਰਕਸਵਾਦ ਦੀ ਧਾਰਨਾ ਬਾਰੇ ਤੁਹਾਨੂੰ ਪਤਾ ਹੀ ਆ, ਉਹ ਕਹਿੰਦਾ ਸੀਗਾ ਵੀ ਫਲਸਫੇ ਦਾ ਮਤਲਬ ਸਿਰਫ ਦੁਨੀਆ ਨੂੰ ਸਮਝਣਾ ਹੀ ਨਹੀਂ ਬਲਕਿ ਦੁਨੀਆ ਨੂੰ ਬਦਲਣਾ ਵੀ ਹੈ। ਇਹਨਾਂ ਗੱਲਾਂ 'ਤੇ ਆਧਾਰਿਤ ਹੀ ਜਿਹੜੇ ਉਹਦੀ ਜਿਹੜੀ ਥਿਊਰੀ ਸੀ। ਇੱਕ ਨਵੀਂ ਗੱਲ ਉਹਨੇ ਬ੍ਰਹਿਖਤ ਨੇ ਹੋਰ ਕੀਤੀ ਕਿ ਉਹ ਕਹਿੰਦਾ ਲੁਕਾਚ ਨੂੰ ਵੀ ਉਹਨੇ ਥੋੜ੍ਹਾ ਉਹਦੇ ਨਾਲ ਡਾਇਲਾਗ ਕੀਤਾ ਲੁਕਾਚ ਨਾਲ ਕਿ ਜਿਹੜੇ ਆਧੁਨਿਕਤਾਵਾਦੀ ਸਾਡੇ ਨਾਵਲਕਾਰ ਨੇ, ਮਾਡਰਨਿਸਟ ਨਾਵਲਕਾਰ ਨੇ, ਉਹ ਵੀ ਰਿਐਲਿਟੀ ਨੂੰ ਪੇਸ਼ ਕਰ ਰਹੇ ਹੁੰਦੇ, ਉਹ ਵੀ ਯਥਾਰਥ ਨੂੰ ਪੇਸ਼ ਕਰ ਰਹੇ ਹੁੰਦੇ ਆ, ਇਸ ਕਰਕੇ ਉਹਨਾਂ ਨੂੰ ਵੀ ਕੰਡੈਮ ਕਰਨ ਦੀ ਬਜਾਏ ਜਾਂ ਆਲੋਚਨਾ ਕਰਨ ਦੀ ਬਜਾਏ ਉਹਨਾਂ ਨੂੰ ਵੀ ਸਮਝਣਾ ਜ਼ਰੂਰੀ ਹੈਗਾ। ਇੱਕ ਉਹਦੀ ਨਵੀਂ ਗੱਲ ਜਿਹੜੀ ਸੀਗੀ ਉਹ ਇਹ ਸਾਹਮਣੇ ਆਈ। ਜਿਹੜਾ ਇਤਿਹਾਸ ਮੁਖੀ ਬਿਰਤਾਂਤ ਸ਼ਾਸਤਰ ਹੈ ਇਹਦੇ 'ਚ ਇਹਨਾਂ ਦੋਨਾਂ ਤੋਂ ਬਾਅਦ ਬਹੁਤ ਵੱਡਾ ਜਿਹੜਾ ਰੋਲ ਹੈਗਾ ਉਹ ਲੂਸੀਅਨ ਗੋਲਡਮਾਨ ਦਾ ਹੈ, ਜਿਹਦੀਆਂ ਕਿਤਾਬਾਂ ਤੁਸੀਂ ਦੀ ਹਿਡਨ ਗੋਡ ਜਾਂ ਖਾਸ ਤੌਰ 'ਤੇ ਜਿਹੜੀ ਪੰਜਾਬੀ ਵਾਲਿਆਂ ਨੇ ਬਹੁਤ ਪੜ੍ਹੀ ਟਵਰਡਸ ਦਾ ਸੋਸ਼ੀਓਲੋਜੀ ਆਫ ਨਾਵਲ, ਉਹ ਇੱਕ ਇਹਨਾਂ ਦੇ ਵਿੱਚੋਂ ਨੇ। ਉਹਦੀ ਸਭ ਤੋਂ ਵੱਡੀ ਜਿਹੜੀ ਦੇਣ ਸੀਗੀ ਉਹ ਸੀਗੀ ਜਿਹਨੂੰ ਉਹਨੇ ਕਿਹਾ ਜੈਨੇਟਿਕ ਸਟਰਕਚਰਲਿਜ਼ਮ, ਵਿਉਤਪਤੀ ਸੰਰਚਨਾਵਾਦ ਸ਼ਬਦ ਉਹਦੇ ਲਈ ਹੁਣ ਪੰਜਾਬੀ 'ਚ ਆਪਾਂ ਵਰਤ ਸਕਦੇ ਹੈਗੇ ਹਾਂ। ਜਾਣੀ ਉਹਦੀ ਦੇਣ ਇਹ ਹੈਗੀ ਹੈ ਕਿ ਉਹਨੇ ਮਨੋਵਿਗਿਆਨ ਦੀਆਂ ਅਤੇ ਸੰਰਚਨਾਵਾਦ ਦੀਆਂ ਸਟਰਕਚਰਲਿਜ਼ਮ ਦੀਆਂ ਧਾਰਨਾਵਾਂ ਨੂੰ ਮਾਰਕਸਵਾਦ ਦੀ ਮਦਦ ਵਾਸਤੇ ਲੈ ਆਉਂਦਾ ਇਹਨੇ ਆਪਣੇ ਲੂਸੀਅਨ ਗੋਲਡਮਾਨ ਨੇ, ਤਾਂ ਕਿ
ਇਹਦੇ ਨਾਲ ਜਿਹੜਾ ਮਾਰਕਸਵਾਦੀ ਬਿਰਤਾਂਤ ਸ਼ਾਸਤਰ ਹੈ ਜਾਂ ਮਾਰਕਸਵਾਦੀ ਸਿਧਾਂਤ ਹੈ ਉਹ ਹੋਰ ਸਮਰੱਥ ਹੋ ਗਿਆ ਬਿਰਤਾਂਤਕ ਰਚਨਾਵਾਂ ਨੂੰ ਸਮਝਣ ਵਾਸਤੇ। ਦੂਜੀ ਉਹਦੀ ਵੱਡੀ ਧਾਰਨਾ ਇਹ ਸੀਗੀ, ਉਹ ਕਹਿੰਦਾ ਹੈ ਕਿ ਜਿਹੜਾ ਲੇਖਕ ਹੈ ਉਹ ਸਿਰਫ ਉਹਦੀ ਜਿਹੜੀ ਜੀਵਨ ਦ੍ਰਿਸ਼ਟੀ ਹੈ ਉਹ ਸਿਰਫ ਉਹਦੀ ਵਿਅਕਤੀਗਤ ਨਹੀਂ ਹੁੰਦੀ, ਬਲਕਿ ਜਿਹੜਾ ਉਸ ਵੇਲੇ ਦਾ ਸਮਾਜ ਹੈ ਉਹ ਵੀ ਉਹਦੇ ਰਾਹੀਂ ਬੋਲ ਰਿਹਾ ਹੁੰਦਾ, ਉਹਦੇ ਅਣਕਾਂਸ਼ਿਸ਼ ਰਾਹੀਂ ਬੋਲ ਰਿਹਾ ਹੁੰਦਾ। ਇਸ ਕਰਕੇ ਜੇ ਤੁਸੀਂ ਉਸ ਲੇਖਕ ਦੀ, ਨਾਵਲਕਾਰ ਦੀ ਵਿਸ਼ਵ ਦ੍ਰਿਸ਼ਟੀ ਨੂੰ ਸਮਝ ਲਓ ਤਾਂ ਤੁਹਾਨੂੰ ਉਸ ਵੇਲੇ ਦੇ ਸਮਾਜ ਦਾ ਯਥਾਰਥ ਵੀ ਨਾਲ ਸਮਝ ਆ ਜੂਗਾ ਉਹਦੀ ਰਚਨਾ ਦੇ ਰਾਹੀਂ। ਤਾਂ ਇਹ ਉਹਦੀਆਂ ਵੱਡੀਆਂ ਧਾਰਨਾਵਾਂ ਸੀ। ਇੱਕ ਉਹਨੇ ਸ਼ਬਦ ਵਰਤਿਆ ਲੂਸੀਅਨ ਗੋਲਡਮਾਨ ਨੇ, ਉਹ ਕਹਿੰਦਾ ਵੀ ਜਿਵੇਂ ਰੂਪਵਾਦੀ ਕਹਿੰਦੇ ਹੈ ਕਿ ਵੀ ਹਰੇਕ ਬਿਰਤਾਂਤ ਦੀਆਂ ਕੁਛ ਸੰਰਚਨਾਵਾਂ ਹੁੰਦੀਆਂ, ਤਾਂ ਲੂਸੀਅਨ ਗੋਲਡਮਾਨ ਕਹਿੰਦਾ ਇਸੇ ਤਰ੍ਹਾਂ ਅਰਥ ਦੀਆਂ ਵੀ ਸੰਰਚਨਾਵਾਂ ਹੁੰਦੀਆਂ। ਅਰਥ ਵੀ ਇੱਕ ਪੱਧਰਾ ਇਸ ਤਰ੍ਹਾਂ ਇੱਕ ਪਰਤਾ ਨਹੀਂ ਹੁੰਦਾ, ਬਲਕਿ ਉਹਦੀਆਂ ਵੀ ਲੇਅਰਸ ਹੁੰਦੀਆਂ, ਉਹਦੀਆਂ ਵੀ ਸਟਰਕਚਰਸ ਹੁੰਦੇ ਆ, ਉਹਨਾਂ ਨੂੰ ਵੀ ਤੁਸੀਂ ਬਿਰਤਾਂਤ ਦੇ ਵਿੱਚੋਂ ਜਿਹੜਾ ਹੈ ਉਹ ਪਛਾਣ ਸਕਦੇ ਹਾਂ। ਇਹ ਨਾ ਮਾਰਕਸਵਾਦ ਵੱਲ ਨੂੰ ਸਫ਼ਰ ਸ਼ੁਰੂ ਹੋ ਜਾਂਦਾ ਜਿਹਨੂੰ ਆਪਾਂ ਇਤਿਹਾਸ ਮੁਖੀ ਕਹਿੰਦੇ ਹਾਂ। ਉਸ ਤੋਂ ਬਾਅਦ ਵਾਲਾ ਜਿਹੜਾ ਵੱਡਾ ਚਿੰਤਕ ਇਹਦੇ 'ਚ ਜਿਹੜਾ ਤੁਸੀਂ ਸਾਰਿਆਂ ਨੇ ਸੁਣਿਆ, ਮਿਖਾਇਲ ਬਾਖਤਿਨ, ਜਿਹਦੇ ਬਾਰੇ ਤੁਸੀਂ ਗੱਲਾਂ ਆਮ ਸੁਣੀਆਂ, ਪ੍ਰੋਬਲਮਸ ਆਫ ਦਸਤੋਵਸਕੀਜ਼ ਪੋਇਟਿਕਸ ਜਿਹਦੀ ਬੜੀ ਮਸ਼ਹੂਰ ਕਿਤਾਬ ਸੀ, ਜਿਹਦੇ ਆਧਾਰ 'ਤੇ ਉਹਦੀਆਂ ਧਾਰਨਾਵਾਂ ਸਾਡੇ ਤੱਕ ਪਹੁੰਚੀਆਂ ਪਰ ਭਾਵੇਂ ਲੇਟ ਪਹੁੰਚੀਆਂ। ਉਹਦੀ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਦੇਣ ਕਹਿ ਲਓ, ਉਹ ਕਹਿੰਦਾ ਹੈ ਕਿ ਬਿਰਤਾਂਤ ਦੇ ਵਿੱਚ ਜਿਹੜੀਆਂ ਵੱਖ ਵੱਖ ਜਿਹੜੀਆਂ ਵੋਇਸਿਸ ਹੁੰਦੀਆਂ, ਵੱਖ ਵੱਖ ਜਿਹੜੀਆਂ ਆਵਾਜ਼ਾਂ ਹੁੰਦੀਆਂ, ਉਹ ਲਗਾਤਾਰ ਸੰਘਰਸ਼ ਦੇ ਵਿੱਚ ਹੁੰਦੀਆਂ, ਉਹ ਲਗਾਤਾਰ ਇੱਕ ਦੂਜੇ ਦੇ ਨਾਲ ਕਸ਼ਮਕਸ਼ ਦੇ ਵਿੱਚ ਹੁੰਦੀਆਂ। ਬਲਕਿ ਇੱਥੋਂ ਤੱਕ ਕਿ ਉਹ ਕਹਿੰਦਾ ਜਿਹੜਾ ਲੇਖਕ ਹੈ ਜਾਂ ਬਿਰਤਾਂਤਕਾਰ ਹੈ ਉਹਨੂੰ ਵੀ ਇੱਕ ਵੋਇਸ ਵਾਂਗ ਹੀ ਲੈ ਲੈਣਾ ਚਾਹੀਦਾ, ਅਤੇ ਕੋਈ ਵੀ ਜਿਹੜੀ ਵੋਇਸ ਹੈਗੀ ਉਹਨਾਂ ਦੇ ਵਿੱਚੋਂ ਅੰਤਮ ਨਹੀਂ ਹੁੰਦੀ। ਉਹ ਕਹੇ ਕਿ ਸਾਰਾ ਸੱਚ ਮੇਰੇ ਕੋਲ ਹੀ ਆ, ਉਹ ਇਸ ਤਰ੍ਹਾਂ ਦਾ ਦਾਅਵਾ ਨਹੀਂ ਕਰ ਸਕਦੀ। ਬਲਕਿ ਜਿਹੜਾ ਸੱਚ ਹੈਗਾ ਉਹ ਤਾਂ ਤੁਹਾਨੂੰ ਉਹਨਾਂ ਸਾਰੀਆਂ ਦੀ ਕਸ਼ਮਕਸ਼ ਜਾਂ ਉਹਨਾਂ ਦੇ ਸੰਵਾਦ ਦੇ ਵਿੱਚੋਂ ਹੀ ਤੁਹਾਡੇ ਜਿਹੜਾ ਤੱਕ ਪਹੁੰਚੂਗਾ। ਉਹਨੇ ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਦੇ ਵਰਤੇ ਜਿਵੇਂ ਡਾਇਲੋਜੀਕਲੀ ਹੈ, ਇਸੇ ਤਰ੍ਹਾਂ ਉਹਨੇ ਹੋਰ ਵੀ ਹੀਟਰੋਗਲੇਸੀਆ ਜਿਹੜਾ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਿਨ੍ਹਾਂ ਦੇ ਆਪਾਂ ਜਿਵੇਂ ਉਹਦੇ ਵਿਆਖਿਆ 'ਚ ਪਾਊਂਗਾ ਤਾਂ ਫਿਰ ਥੋੜ੍ਹਾ ਲੰਬਾ ਹੋਜੂਗਾ ਕੰਮ। ਦੂਜੀ ਗੱਲ, ਬਾਖਤਨ ਨੇ ਜਿਹੜਾ ਬਹੁਤ ਧਿਆਨ ਦਿੱਤਾ ਜਿਹੜੀ ਗੱਲ 'ਤੇ ਔਰ ਜਿਹੜੀ ਨਵੀਂ ਗੱਲ ਬਿਰਤਾਂਤ ਸ਼ਾਸਤਰ 'ਚ ਜੋੜੀ, ਉਹ ਸੀਗਾ ਉਹਦਾ ਸ਼ਬਦ 'ਤੇ ਜਿਹੜਾ ਚਿਹਨ ਅਤੇ ਸ਼ਬਦ 'ਤੇ ਬਲ, ਜਿਹੜਾ ਕਿ ਮਾਰਕਸੀਅਨ ਪੁਆਇੰਟ ਆਫ ਵਿਊ ਤੋਂ ਉਹਨੇ ਸ਼ਬਦ ਨੂੰ ਜਿਹੜਾ ਸਮਝਣ ਦਾ ਯਤਨ ਕੀਤਾ। ਉਹਦੇ ਉਹਨੇ ਇੱਕ ਕਿਤਾਬ ਵੀ ਐਡਿਟ ਕੀਤੀ ਜਿਹਦੇ 'ਚ ਇਸ ਤਰ੍ਹਾਂ ਦੇ ਲੇਖ ਨੇ, ਮਾਰਕਸਿਜ਼ਮ ਐਂਡ ਫਿਲੋਸਫੀ ਆਫ ਲੈਂਗੁਏਜ, ਯਾਨੀ ਫਿਲੋਸਫੀ ਆਫ ਲੈਂਗੁਏਜ 'ਤੇ ਉਹਦੀ ਜਿਹੜੀ ਦਿਲਚਸਪੀ ਹੈਗੀ ਬਾਖਤਿਨ ਦੀ। ਉਹਨੇ ਕਿਹਾ ਕਿ ਜਿਹੜਾ ਹਰੇਕ ਸ਼ਬਦ ਹੈ ਉਹਦਾ ਕੋਈ ਨਾ ਕੋਈ ਵਿਚਾਰਧਾਰਕ ਸਰੂਪ ਹੁੰਦਾ, ਉਹ
ਮਾਸੂਮ ਸ਼ਬਦ ਨਹੀਂ ਹੁੰਦਾ, ਸ਼ਬਦ ਕੋਈ ਵੀ ਆਮ ਨਹੀਂ ਹੁੰਦਾ, ਅਤੇ ਜਦੋਂ ਉਹਨੂੰ ਲੇਖਕ ਉਸ ਸ਼ਬਦ ਨੂੰ ਆਪਣੀ ਰਚਨਾ ਦੇ ਵਿੱਚ ਲੈ ਕੇ ਆਉਂਦਾ ਅਤੇ ਉਹ ਦੂਜੇ ਸ਼ਬਦਾਂ ਦੇ ਨਾਲ ਉਹਦਾ ਜਿਹੜਾ ਜੋੜ ਮੇਲ ਹੈ ਜਾਂ ਵਿਰੋਧ ਹੈਗਾ ਉਹ ਵਿਚਾਰਧਾਰਕ ਕਿਸਮ ਦਾ ਬਣਨਾ ਸ਼ੁਰੂ ਹੋ ਜਾਂਦਾ ਉਸੇ ਵੇਲੇ, ਤਾਂ ਇਹਦੇ ਵਿੱਚੋਂ ਹੀ ਜਿਹੜੀ ਰਚਨਾ ਹੈਗੀ ਹੈ ਉਹ ਅਰਥ ਗ੍ਰਹਿਣ ਕਰਦੀ ਹੈਗੀ ਹੈ ਇਸ ਸੰਵਾਦ ਦੇ ਵਿੱਚੋਂ। ਅਤੇ ਇੱਕ ਉਹਨੇ ਇਹ ਵੀ ਕਿਹਾ ਕਿ ਵੀ ਜਿਹੜਾ ਸ਼ਬਦ ਹੈਗਾ ਇਹਦੇ ਅਰਥ ਜਿਹੜੇ ਹੈਗੇ ਇਹਦੀਆਂ ਸ਼ੇਡਸ ਹੁੰਦੀਆਂ ਵੱਖ ਵੱਖ, ਇਹਦੇ ਬਾਰੇ ਆਪਾਂ ਪਹਿਲਾਂ ਵੀ ਜਿਹੜੀ ਹੈ ਉਹ ਗੱਲ ਕਰ ਚੁੱਕੇ ਹੈਗੇ ਆ। ਅਤੇ ਹਰੇਕ ਇੱਕ ਹਰੇਕ ਬਾਰੇ ਉਹਨੇ ਕਿਹਾ ਕਿ ਵੀ ਹਰੇਕ ਜਿਹਨੂੰ ਸ਼੍ਰੇਣੀ ਜਾਂ ਹਰੇਕ ਵਰਗ ਦੇ ਕੋਲ ਇੱਕ ਭਾਸ਼ਾ ਦਾ ਆਪਦੀ ਤਰ੍ਹਾਂ ਦਾ ਰਜਿਸਟਰ ਹੁੰਦਾ, ਉਹਨੂੰ ਸਮਝਣਾ ਵੀ ਜ਼ਰੂਰੀ ਹੈ। ਉਹਨੇ ਆਪਦੇ ਮੁਹਾਵਰੇ 'ਚ ਗੱਲ ਕਰਨੀ ਹੁੰਦੀ ਹਮੇਸ਼ਾ। ਉਦਾਹਰਨ ਦੇ ਤੌਰ 'ਤੇ ਜੇ ਕੋਈ ਸ਼ਹਿਰੀ ਬੰਦਾ ਜਿਸ ਤਰ੍ਹਾਂ ਸ਼ਬਦ ਬੋਲੂਗਾ ਵੀ ਪਰਮਾਤਮਾ ਦੀ ਮੇਰੇ 'ਤੇ ਕਿਰਪਾ ਜਾਂ ਪਰਮਾਤਮਾ ਦੀ ਸਾਡੇ 'ਤੇ ਕਿਰਪਾ, ਮੰਨ ਲਓ ਇਹ, ਅਤੇ ਪਿੰਡ ਵਾਲਾ ਬੰਦਾ ਜਿਹੜਾ ਕਿਸਾਨ ਹੈ ਜਾਂ ਅਨਪੜ੍ਹ ਹੈ ਉਹ ਹੋ ਸਕਦਾ ਜ਼ਰੂਰੀ ਨਹੀਂ ਕਿ ਇਸ ਸ਼ਬਦ ਰਾਹੀਂ ਗੱਲ ਕਰੇ, ਉਹ ਹੋ ਸਕਦਾ ਕਹੇ ਕਿ ਵੀ ਨੀਲੀ ਛਤਰੀ ਵਾਲੇ ਦੀ ਕਿਰਪਾ ਜਾਂ ਨੀਲੀ ਛਤਰੀ ਵਾਲਾ ਸਭ ਤੋਂ ਵੇਖਦਾ ਹੀ ਹੈ ਸਾਰਿਆਂ ਨੂੰ, ਹੈ ਨਾ। ਇਸੇ ਤਰ੍ਹਾਂ ਹੀ ਉਹ ਜੇ ਗੁਰੂ ਸਾਹਿਬ ਦੀ ਗੱਲ ਕਰਨੀ ਤਾਂ ਹੋ ਸਕਦਾ ਉਹ ਕਲਗੀਆਂ ਵਾਲਾ ਕਹੇ, ਕਲਗੀਆਂ ਵਾਲਾ ਤਾਂ ਆਮ ਵੇਖਣ ਨੂੰ ਤੁਹਾਨੂੰ ਲੱਗੂਗਾ ਵੀ ਇਹ ਸ਼ਾਇਦ ਦੋਵੇਂ ਸ਼ਬਦ ਇੱਕੋ ਹੀ ਨੇ, ਪਰ ਇਹਨਾਂ ਦੀਆਂ ਸ਼ੇਡਸ ਵੱਖਰੀਆਂ ਹੋ ਜਾਣਗੀਆਂ। ਜੋ ਤੁਸੀਂ ਨੀਲੀ ਛਤਰੀ ਵਾਲਾ ਕਹੋਗੇ ਜਾਂ ਪਰਮਾਤਮਾ ਕਹੋਗੇ ਇਹਨਾਂ ਦੋਨਾਂ ਦਾ ਜਿਹੜਾ ਹੈ ਕਨੋਟੇਸ਼ਨਸ ਵੱਖਰੀਆਂ ਹੋ ਜਾਣਗੀਆਂ। ਅਤੇ ਮੈਂ ਤੁਹਾਨੂੰ ਪੰਜਾਬੀ 'ਚ ਉਦਾਹਰਨ ਦਿੱਤੀਆਂ, ਬਹੁਤ ਸਾਰੀਆਂ ਉਦਾਹਰਨਾਂ ਜਿਹੜੀਆਂ ਹੈਗੀਆਂ ਉਹ ਦਿੱਤੀਆਂ ਉਹਨੇ ਬਾਖਤਨ ਨੇ। ਉਸ ਤੋਂ ਅਗਲਾ ਜਿਹੜਾ ਜਿਹਨੇ ਬਹੁਤ ਇਹਦੇ 'ਚ ਵਾਧਾ ਕੀਤਾ ਉਹ ਅਲਥੂਸਰ ਹੈ, ਜਿਹਨੇ ਖਾਸ ਤੌਰ 'ਤੇ ਆਈਡੀਆਲੋਜੀ 'ਤੇ ਵਿਚਾਰਧਾਰਾ 'ਤੇ ਕੰਮ ਕੀਤਾ। ਅਤੇ ਉਹਦੀ ਸਭ ਤੋਂ ਵੱਡੀ ਦੇਣ ਉਹ ਹੈ ਕਿ ਵੀ ਜਿਹੜਾ ਹਰੇਕ ਵਿਅਕਤੀ ਹੈ ਉਹ ਸਮਝਦਾ ਹੈ ਕਿ ਵੀ ਮੈਂ ਸ਼ਾਇਦ ਖੁਦ ਮੁਖਤਾਰ ਜਾਂ ਆਜ਼ਾਦ ਹਾਂ, ਮੈਂ ਆਪਣੀ ਮਨਮਰਜ਼ੀ ਦਾ ਮਾਲਕ ਹੈ ਜਿਵੇਂ। ਪਰ ਉਹ ਕਹਿੰਦਾ ਵੀ ਜਦੋਂ ਤੁਸੀਂ ਇਸ ਨੂੰ ਸਮਝੋਗੇ ਗੱਲ ਨੂੰ ਤਾਂ ਉਹਦੇ ਬੰਦੇ ਵਾਸਤੇ ਉਹ ਸ਼ਬਦ ਜਿਹੜਾ ਵਰਤਦਾ ਸਬਜੈਕਟ ਵਰਤਦਾ, ਉਹ ਕਹਿੰਦਾ ਸਬਜੈਕਟ ਦੀ ਕੋਈ ਆਪਦੀ ਮਰਜ਼ੀ ਅਤੇ ਕੋਈ ਆਪਦੀ ਵਿਚਾਰਧਾਰਾ ਨਹੀਂ ਹੁੰਦੀ, ਬਲਕਿ ਉਹ ਉਹਦੇ ਮੁਤਾਬਕ ਹੀ ਐਕਟ ਕਰ ਰਿਹਾ ਹੁੰਦਾ ਜਾਂ ਕੰਮ ਕਾਰਜ ਕਰ ਰਿਹਾ ਹੁੰਦਾ ਜਿਹੜੀ ਆਈਡੀਆਲੋਜੀ ਸਟੇਟ ਨੇ ਜਾਂ ਸਥਾਪਤੀ ਨੇ ਉਹਦੇ 'ਚ ਇੰਜੈਕਟ ਕੀਤੀ ਹੋਈ ਹੈ, ਉਹਨੂੰ ਪਤਾ ਨਹੀਂ ਲੱਗਦਾ। ਇਸ ਕਰਕੇ ਜਾਣੀ ਇਹਨਾਂ ਸਿਧਾਂਤਾਂ ਤੋਂ ਜਦੋਂ ਤੁਸੀਂ ਬਿਰਤਾਂਤ ਵੱਲ ਨੂੰ ਆਉਣਾ ਤਾਂ ਤੁਸੀਂ ਜਦੋਂ ਬਿਰਤਾਂਤ ਦੇ ਨਾਇਕ ਨੂੰ ਜਾਂ ਬਿਰਤਾਂਤ ਦੇ ਮੁੱਖ ਪਾਤਰ ਨੂੰ ਸਮਝਦੇ ਹਾਂ ਤਾਂ ਤੁਸੀਂ ਉਹਨੂੰ ਹੋਰ ਨਜ਼ਰ ਨਾਲ ਸਮਝੋਗੇ, ਉਹਦੇ ਕਾਰਜਾਂ ਨੂੰ ਹੋਰ ਨਜ਼ਰ ਨਾਲ ਸਮਝੋਗੇ ਕਿ ਇਹਦੇ 'ਚ ਸਥਾਪਤੀ ਦੀ ਵਿਚਾਰਧਾਰਾ ਕਿੱਥੇ ਪਈ ਹੈ, ਇਹਦੇ ਆਪਦੇ ਵਿਚਾਰ ਕਿੱਥੇ ਪਏ ਹੈ। ਜਾਣੀ ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਬਿਰਤਾਂਤ ਸ਼ਾਸਤਰ ਦੇ ਵਿੱਚ ਸ਼ਾਮਿਲ ਹੁੰਦੀਆਂ ਗਈਆਂ ਹੌਲੀ ਹੌਲੀ। ਸ਼ਬਦ ਵਰਤੇ ਉਹਨੇ ਜਿਵੇਂ ਸਟੇਟ ਐਪਾਰੇਟਸ, ਬੜੇ ਔਖੇ ਸ਼ਬਦ ਨੇ ਜਿਨ੍ਹਾਂ ਦੀ ਵਿਆਖਿਆ ਕਰਨੀ ਬੜੀ ਮੁਸ਼ਕਲ ਕੰਮ ਜਿਹੜਾ ਹੈ ਉਹ ਸਮਝਿਆ ਜਾਂਦਾ। ਅਤੇ ਜਿਹੜਾ ਇਸ ਫੀਲਡ ਦਾ ਲਾਸਟ ਵੱਡਾ ਨਾਂ ਹੈ ਉਹ ਫਰੈਡਰਿਕ ਜੈਮਸਨ, ਜਿਹਦੀ ਗੱਲ ਮੈਂ ਕੀਤੀ ਹੈ, ਜਿਹਦੀ ਕਿਤਾਬ ਤੁਹਾਡੇ ਸਾਰਿਆਂ ਤੱਕ ਹੀ ਪਹੁੰਚ ਚੁੱਕੀ ਹੋਣੀ ਹੈ, ਦੀ ਪੋਲੀਟੀਕਲ ਅਨਕਾਨਸ਼ੀਅਸ ਵਾਲੀ, ਜਿਹਦੇ 'ਚ ਹੁਣ ਇਹੀ ਸਭ ਤੋਂ ਵੱਡਾ ਜਿਹੜਾ ਦਿੱਤੀ ਧਾਰਨਾ ਕਿ ਜਿਹੜਾ
ਅਵਚੇਤਨ ਹੈ ਸਾਡਾ, ਪੋਲੀਟੀਕਲ ਅਨਕਾਂਸ਼ੀਅਸ, ਅਵਚੇਤਨ ਦੇ ਵਿੱਚ ਵੀ ਜਿਹੜੀ ਹੈਗੀ ਆ ਉਹ ਪੋਲੀਟਿਕਸ ਪਈ ਹੁੰਦੀ ਹੈ ਸਾਡੇ 'ਚ। ਉਦਾਹਰਣ ਦੇ ਤੌਰ 'ਤੇ ਜਿਹੜੀ ਹਰੇਕ ਬੰਦਾ ਜਿਹੜਾ ਹੈਗਾ ਉਹ ਤੁਸੀਂ ਵੇਖੋਗੇ ਕਿ ਉਹ ਕਿਸੇ ਨਾ ਕਿਸੇ ਮੁੱਦੇ ਲਈ ਜਾਂ ਕਿਸੇ ਨਾ ਕਿਸੇ ਕੋਈ ਚੀਜ਼ ਪ੍ਰਾਪਤ ਕਰਨ ਲਈ ਜਾਂ ਕਿਸੇ ਨਾ ਕਿਸੇ ਵਿਚਾਰ ਲਈ ਜਿਹੜਾ ਹੈਗਾ ਉਹ ਤੁਹਾਨੂੰ ਸੰਘਰਸ਼ ਕਰਦਾ ਹੋਇਆ ਨਜ਼ਰ ਆਉਂਦਾ ਬੰਦਾ, ਚਾਹੇ ਘਰ ਦੇ ਵਿੱਚ ਛੋਟਾ ਬੱਚਾ ਹੀ ਕਿਉਂ ਨਾ ਹੋਵੇ, ਉਹ ਪਰਿਵਾਰ ਦੇ ਵਿੱਚ ਆਪਦੀ ਥਾਂ ਬਣਾਉਣ ਵਾਸਤੇ, ਆਪਦੀ ਗੱਲ ਬਣਾਉਣ ਵਾਸਤੇ ਤੁਹਾਨੂੰ ਲਗਾਤਾਰ, ਭਾਵੇਂ ਉਹਦੇ ਕੋਲ ਤਾਕਤ ਕਿਹੋ ਜਿਹੀ ਵੀ ਹੈਗੀ ਹੈ, ਉਹ ਭਾਵੇਂ ਰੋਣ ਰਾਹੀਂ ਗੱਲ ਮਨਾਵੇ, ਭਾਵੇਂ ਉਹ ਕਿਸੇ ਵੀ ਤਰ੍ਹਾਂ ਨਾਲ ਆਪਦੀ ਗੱਲ ਰੱਖੇ, ਉਹ ਆਪਦੀ ਜਿਹੜੀ ਪਛਾਣ ਹੈ ਜਾਂ ਆਇਡੈਂਟੀ ਹੈ ਉਹਨੂੰ ਸਥਾਪਿਤ ਕਰਨ ਦਾ ਯਤਨ ਦੇ ਵਿੱਚ ਰਹਿੰਦਾ। ਇਸ ਤਰ੍ਹਾਂ ਹੀ ਅਸੀਂ ਸਮਾਜ ਦੇ ਵਿੱਚ ਆਪਦੀ ਪਛਾਣ ਲਈ ਹਮੇਸ਼ਾ ਜਿਹੜਾ ਹੈਗਾ ਉਹ ਲੜਦੇ ਰਹਿੰਦੇ ਹਾਂ, ਯੁੱਧ ਕਰਦੇ ਰਹਿੰਦੇ ਹਾਂ, ਉਹਨੂੰ ਬਣਾਉਣ ਦਾ ਯਤਨ ਕਰਦੇ ਰਹਿੰਦੇ ਹੈਗੇ ਹਾਂ। ਤਾਂ ਜਿਹੜੀ ਇਹ ਪੋਲੀਟਿਕਸ ਹੈਗੀ ਹੈ, ਜਾਣੀ ਕਹਿਣ ਤੋਂ ਭਾਵ ਕਿ ਜਿਹੜੀ ਅਸੀਂ ਸਾਰਾ ਦਿਨ ਕਰਦੇ ਹਾਂ, ਉਹ ਕਹਿੰਦਾ ਵੀ ਨਾਵਲ ਦੇ ਵਿੱਚ ਵੀ ਜਾਂ ਬਿਰਤਾਂਤ ਦੇ ਵਿੱਚ ਵੀ ਜਿਹੜੇ ਪਾਤਰ ਹੈਗੇ ਆ ਉਹ ਆਪਦੇ ਅਨਕੌਂਸ਼ੀਅਸ ਮੁਤਾਬਕ ਜਿਹੜਾ ਲਗਾਤਾਰ ਇਸ ਸੰਘਰਸ਼ 'ਚ ਪਏ ਰਹਿੰਦੇ ਆ ਦੂਜਿਆਂ ਦੇ ਨਾਲ, ਅਤੇ ਇਹਦੇ ਵਿੱਚੋਂ ਹੀ ਉਹ ਦੂਜਿਆਂ ਦੇ ਨਾਲ ਜਿਹੜੀ ਕਸ਼ਮਕਸ਼ ਹੈਗੀ ਆ ਇਹਦੇ ਵਿੱਚੋਂ ਹੀ ਜਿਹੜਾ ਹੈਗਾ ਉਹ ਕੁਛ ਆਪਣੀ ਪਛਾਣ ਹਾਸਲ ਕਰਨ ਦਾ ਯਤਨ ਕਰਦੇ ਆ। ਖਾਸ ਤੌਰ 'ਤੇ ਕਿਉਂਕਿ ਜੇਮਸਨ ਨੇ ਪੂੰਜੀਵਾਦ ਦੇ ਪ੍ਰਸੰਗ ਦੇ ਵਿੱਚ, ਵਿਕਸਿਤ ਪੂੰਜੀਵਾਦ ਦੇ ਪ੍ਰਸੰਗ ਦੇ ਵਿੱਚ ਵਧੇਰੇ ਗੱਲਾਂ ਕੀਤੀਆਂ, ਤਾਂ ਉਹ ਕਹਿੰਦਾ ਕਿ ਵੀ ਜਿਹੜੇ ਪੂੰਜੀਵਾਦ ਵਾਸਤੇ ਉਹਨੇ ਸ਼ਬਦ ਇੱਕ ਵਰਤਿਆ ਲੇਟ ਕੈਪੀਟਲਿਜ਼ਮ, ਕਲਚਰ ਉੱਤਰਾਧੁਨਿਕਵਾਦ ਵਾਸਤੇ ਉਹਨੇ ਸ਼ਬਦ ਵਰਤਿਆ ਕਿ ਕਲਚਰਲ ਲੌਜਿਕ ਆਫ ਲੇਟ ਕੈਪੀਟਲਿਜ਼ਮ, ਯਾਨੀ ਇਹ ਉਹਦੇ ਵਾਸਤੇ ਇਹਨੂੰ ਨਗੇਟ ਤਾਂ ਨਹੀਂ ਕਰਦਾ ਉਹ ਪੂਰੀ ਤਰ੍ਹਾਂ, ਪਰ ਉਹ ਉੱਤਰਾਧੁਨਿਕਵਾਦ ਦੀ ਸਮਝ ਵਾਸਤੇ ਉਹ ਕਹਿੰਦਾ ਜਿਹੜਾ ਅੱਤ ਵਿਕਸਿਤ ਪੂੰਜੀਵਾਦ ਹੈਗਾ ਇਹ ਉਹਦਾ ਤਰਕ ਪੇਸ਼ ਕਰਦਾ ਹੈਗਾ ਇਹ। ਅਤੇ ਇਸ ਕਿਸਮ ਨਾਲ ਉਹਨੇ ਨਾਲ ਨਾਲ ਮਾਰਕਸਵਾਦ ਨਾਲ ਵੀ ਥੋੜ੍ਹਾ ਉਹਦਾ ਸੰਵਾਦ ਹੈ, ਕਿਉਂਕਿ ਇਹ ਨਵ ਮਾਰਕਸਵਾਦੀ ਬੰਦੇ ਨੇ ਬੇਸਿਕਲੀ ਮੇਰੇ ਸਮਝ ਮੁਤਾਬਕ। ਇਸੇ ਤਰ੍ਹਾਂ ਹੀ ਉੱਤਰਾਧੁਨਿਕਵਾਦ ਨਾਲ ਵੀ, ਅਤੇ ਜਿਹੜੀਆਂ ਉਹਨੇ ਸਾਨੂੰ ਵਿਸ਼ਵੀਕਰਨ ਦੇ ਪ੍ਰਸੰਗ ਦੇ ਵਿੱਚ ਵੀ ਜਿਹੜੀਆਂ ਧਾਰਨਾਵਾਂ ਦਿੱਤੀਆਂ ਜਿਨ੍ਹਾਂ ਰਾਹੀਂ ਅਸੀਂ ਜਿਹੜਾ ਹੈ ਉਹਨੂੰ ਕਾਫੀ ਹੱਦ ਤੱਕ ਬਿਰਤਾਂਤ ਨੂੰ ਇਹਨਾਂ ਅਰਥਾਂ ਦੇ ਵਿੱਚ ਸਮਝ ਸਕਦੇ ਹਾਂ। ਜੇ ਇਹਦਾ ਤੁਸੀਂ ਨਟਸ਼ੈਲ ਦੋ ਲਾਈਨਾਂ ਦੇ ਵਿੱਚ ਕਹਿਣਾ ਹੋਵੇ ਆਪਾਂ, ਤਾਂ ਮਤਲਬ ਹੈਗਾ ਕਿ ਇਹ ਜਿਹੜੇ ਸਾਰੇ ਚਿੰਤਕ ਨੇ ਇਹ ਬਿਰਤਾਂਤ ਨੂੰ ਜਿਹੜਾ ਸਮਾਜ ਨਾਲ ਜੋੜ ਕੇ ਸਮਝਣ ਦਾ ਯਤਨ ਕਰਦੇ ਆ, ਇਤਿਹਾਸ 'ਚ ਰੱਖ ਕੇ ਸਮਝਣ ਦਾ ਯਤਨ ਕਰਦੇ ਆ, ਜਾਣੀ ਉਹਨੂੰ ਸੰਦਰਭ ਮੁਕਤ ਕਰਕੇ ਨਹੀਂ ਸਮਝਦੇ। ਉਹ ਕਹਿੰਦੇ ਵੀ ਹਰੇਕ ਰਚਨਾ ਉਹ ਜਿਹੜਾ ਉਹਦੇ ਆਲੇ ਦੁਆਲੇ ਦਾ ਯੁੱਗ ਹੈ, ਜਿਹੜਾ ਇਤਿਹਾਸ ਹੈ ਉਹਦੇ 'ਚੋਂ ਉਹ ਅਰਥ ਗ੍ਰਹਿਣ ਕਰਦੀ ਹੈ। ਇਸੇ ਤਰ੍ਹਾਂ ਜਿਹੜਾ ਲੇਖਕ ਹੈ ਉਹਨੂੰ ਲਿਖਣ ਵਾਲਾ, ਉਹਦੀ ਜਿਹੜੀ ਦ੍ਰਿਸ਼ਟੀ ਹੈਗੀ ਹੈ ਉਹ ਵੀ ਉਹਦੇ ਆਲੇ ਦੁਆਲੇ 'ਚੋਂ ਇਤਿਹਾਸ 'ਚੋਂ ਹੀ ਜਿਹੜੀ ਹੈਗੀ ਆ ਅਰਥ ਗ੍ਰਹਿਣ ਕਰਦੀ ਹੈ, ਉਹਦਾ ਰੂਪ ਬਣਦਾ ਹੈਗਾ ਜਿਸ ਤਰ੍ਹਾਂ ਦਾ ਉਹ ਆਪਣੇ ਆਲੇ ਦੁਆਲੇ ਦੇ ਵਿੱਚ ਜਿਉਂਦਾ। ਇਸ ਕਰਕੇ ਇਹਨਾਂ ਸਾਰੇ ਚਿੰਤਕਾਂ ਨੇ ਜਿਹੜਾ ਬਿਰਤਾਂਤ ਸਿਧਾਂਤ ਉਸਾਰਿਆ ਉਹਨੂੰ ਇਸੇ ਕਰਕੇ ਅਸੀਂ ਇਤਿਹਾਸ ਮੁਖੀ ਜਿਹੜਾ ਹੈ ਕਹਿੰਦੇ ਹੈਗੇ ਹਾਂ। ਦੂਜੀ ਜਿਹੜੀ ਵੰਨਗੀ ਹੈਗੀ ਹੈ
ਜਿਨ੍ਹਾਂ ਨੇ ਬਿਰਤਾਂਤ ਸ਼ਾਸਤਰ ਸ਼ਬਦ ਵਰਤਿਆ ਸੁਚੇਤ ਭਾਂਤ, ਉਹਨੂੰ ਜਿਹਨੂੰ ਆਪਾਂ ਰੂਪਮੁਖੀ ਬਿਰਤਾਂਤ ਸ਼ਾਸਤਰ ਕਿਹਾ, ਇਹਨੂੰ ਰੂਪਮੁਖੀ ਸੰਰਚਨਾਵਾਦੀ ਬਿਰਤਾਂਤ ਸ਼ਾਸਤਰ ਵੀ ਤੁਸੀਂ ਕਹਿ ਸਕਦੇ ਹਾਂ, ਕਿਉਂਕਿ ਇਹ ਜਿਹੜਾ ਹੈਗਾ ਬਿਰਤਾਂਤ ਸ਼ਾਸਤਰ, ਇਹ ਆਧਾਰਿਤ ਹੈਗਾ ਭਾਸ਼ਾ ਵਿਗਿਆਨਕ ਪ੍ਰਣਾਲੀ 'ਤੇ। ਸਸਿਊਰ ਬਾਰੇ ਤੁਸੀਂ ਸਾਰੇ ਜਾਣਦੇ ਆ, ਜਿਹਦੀ ਕੋਰਸ ਇਨ ਜਨਰਲ ਲਿੰਗੁਇਸਟਿਕਸ ਕਿਤਾਬ ਮਸ਼ਹੂਰ ਹੋਈ, ਉਹਦੇ 'ਚ ਉਹਨੇ ਚਿਹਨ ਬਾਰੇ, ਚਿਹਨਕ ਬਾਰੇ, ਚਿਹਨਤ ਬਾਰੇ ਜਿਹੜੀਆਂ ਗੱਲਾਂ, ਉਹ ਮੇਰਾ ਖਿਆਲ ਹੁਣ ਤੁਹਾਡੇ ਵਾਸਤੇ ਆਮ ਹੋ ਗਈਆਂ, ਉਹਨਾਂ ਨੂੰ ਮੈਂ ਬਹੁਤਾ ਉਹਨਾਂ 'ਤੇ ਨਹੀਂ ਟਾਈਮ ਲਾਉਣਾ ਚਾਹੁੰਦਾ ਕਿਉਂਕਿ ਉਹ ਤੁਹਾਡੇ ਤੱਕ ਪਹੁੰਚ ਚੁੱਕੀਆਂ। ਇਹਨਾਂ ਦੀਆਂ ਜਿਹੜੀਆਂ ਮੁੱਖ ਧਾਰਨਾਵਾਂ ਸੀਗੀਆਂ ਰੂਪਵਾਦੀਆਂ ਅਤੇ ਸੰਰਚਨਾਵਾਦੀਆਂ ਦੀਆਂ, ਇਹ ਇਹ ਮੰਨ ਕੇ ਚੱਲੇ ਕਿ ਜਿਹੜਾ ਸਾਹਿਤ ਹੈਗਾ ਇਹ ਇੱਕ ਖੁਦਮੁਖਤਾਰ ਚੀਜ਼ ਹੁੰਦੀ ਆ, ਜਿਹੜਾ ਯਥਾਰਥ ਦੇ ਸਿੱਧਾ ਸੰਬੰਧ ਨਹੀਂ ਉਹਦਾ ਹੁੰਦਾ ਯਥਾਰਥ ਦੇ ਨਾਲ, ਬਲਕਿ ਇਹਦੀ ਹੋਂਦ ਜਿਹੜੀ ਹੈਗੀ ਆ ਉਹ ਖੁਦਮੁਖਤਾਰ ਹੁੰਦੀ ਆ। ਇਸੇ ਤਰ੍ਹਾਂ ਹੀ ਇਹਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਿਹੜਾ ਬਿਰਤਾਂਤ ਦਾ ਸਮੀਖਿਅਕ ਹੈ ਜਾਂ ਬਿਰਤਾਂਤ ਸ਼ਾਸਤਰੀ ਹੈਗਾ, ਉਹਨੂੰ ਜਿਹੜਾ ਸਾਹਿਤਕਤਾ ਦਾ ਅਧਿਐਨ ਕਰਨਾ ਚਾਹੀਦਾ, ਕਲਾਤਮਕ ਸੰਗਠਨ ਦਾ ਅਧਿਐਨ ਕਰਨਾ ਚਾਹੀਦਾ, ਉਹਨੂੰ ਲੇਖਕ ਦਾ ਅਤੇ ਉਹਦੇ ਪਿੱਛੇ ਪਏ ਸਮਾਜ ਦੇ ਅਧਿਐਨ ਦੀ ਕੋਈ ਬਹੁਤੀ ਲੋੜ ਨਹੀਂ ਗੀ। ਇਸੇ ਤਰ੍ਹਾਂ ਹੀ ਇਹਨਾਂ ਦੀ ਜਿਹੜੀ ਬਹੁਤ ਧਾਰਨਾ ਸੀਗੀ ਕਿ ਜਿਹੜਾ ਸਾਹਿਤ ਹੈਗਾ ਇਹ ਯਥਾਰਥ ਦਾ ਨਾ ਹੀ ਅਨੁਕਰਨ ਹੁੰਦਾ ਅਤੇ ਨਾ ਹੀ ਇਹ ਪ੍ਰਤੀਬਿੰਬ ਹੁੰਦਾ, ਬਲਕਿ ਇਹ ਤਾਂ ਯਥਾਰਥ ਦਾ ਅਜਨਬੀਕ੍ਰਿਤ ਰੂਪ ਹੁੰਦਾ, ਅਜਨਬੀਕਰਨ ਕਰ ਦਿੰਦਾ ਉਹਨੂੰ। ਇਹ ਵੀ ਧਾਰਨਾਵਾਂ ਤੁਹਾਡੇ ਤੱਕ ਆਮ ਪਹੁੰਚ ਚੁੱਕੀਆਂ, ਮੇਰਾ ਖਿਆਲ ਇਹਨੂੰ ਵੀ ਕੋਈ ਬਹੁਤਾ ਸਿੱਧ ਕਰਨ ਦੀ ਜਿਹੜੀ ਲੋੜ ਨਹੀਂ। ਅਤੇ ਵਿਕਟਰ ਸ਼ਕਲੋਵਸਕੀ ਦਾ ਲੇਖ ਤੁਸੀਂ ਪੜ੍ਹਿਆ ਹੋਣਾ, ਜਿਨ੍ਹਾਂ ਨੇ ਨਹੀਂ ਪੜ੍ਹਿਆ ਉਹ ਜ਼ਰੂਰ ਪੜ੍ਹਿਓ ਇਸ ਗੱਲ ਨੂੰ ਸਮਝਣ ਵਾਸਤੇ, ਜਿਹਦੇ 'ਤੇ ਇਹ ਆਧਾਰਿਤ ਸਿਧਾਂਤ ਉਸਰੇ ਬਾਅਦ ਦੇ ਵਿੱਚ। ਆਰਟ ਐਜ ਡਿਵਾਈਸ, ਇਹ ਬਹੁਤ ਸਾਰੇ ਸਾਡੇ ਪੰਜਾਬੀ ਦੇ ਖਾਸ ਤੌਰ 'ਤੇ ਡਾਕਟਰ ਜੋਗਿੰਦਰ ਸਿੰਘ ਰਾਹੀ ਨੇ ਇਸ ਲੇਖ ਦੀ ਬਹੁਤ ਜ਼ਿਆਦਾ ਮਦਦ ਲਈ ਹੈਗੀ ਆ, ਅਤੇ ਇਹ ਬਹੁਤ ਬੇਸਿਕ ਲੇਖ ਸੀਗਾ। ਅਤੇ ਜਿਹੜਾ ਬਿਰਤਾਂਤ ਸ਼ਾਸਤਰ ਸ਼ਬਦ ਵਰਤਿਆ ਉਹ ਵੀ ਇਹਨਾਂ ਜਿਹੜਾ ਹੈ ਇਸ ਵੰਨਗੀ ਦੇ ਚਿੰਤਕਾਂ ਨੇ ਵਰਤਿਆ, ਤੋਦੋਰੋਵ ਨੇ ਵਰਤਿਆ ਇਹ 1969-70 ਦੇ ਵਿੱਚ, ਉਹਨਾਂ ਦੀ ਇੱਕ ਕੋਈ ਕਿਤਾਬ ਛਪੀ ਸੀਗੀ ਫਰੈਂਚ ਦੇ ਵਿੱਚ, ਤਾਂ ਉਹਦੇ 'ਚ ਉਹਨਾਂ ਨੇ ਨਰਟਾਲੋਜੀ ਸ਼ਬਦ ਜਿਹੜਾ ਸੀਗਾ ਉਹ ਪਹਿਲੀ ਵਾਰੀ ਜਿਹੜਾ ਹੈ ਉਹ ਵਰਤਿਆ, ਜਿਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਲਿਆ ਜਾਣਾ ਸ਼ੁਰੂ ਕਰਤਾ ਕਿ ਜਿਹੜੀ ਬਿਰਤਾਂਤ ਸ਼ਾਸਤਰੀ ਰੂਪਮੁਖੀ ਬਿਰਤਾਂਤ ਸ਼ਾਸਤਰੀਆਂ ਦੀ ਮੁੱਖ ਗੱਲ ਮੰਨੀ ਜਾਂਦੀ ਹੈ ਕਿ ਉਹਨਾਂ ਨੇ ਬਿਰਤਾਂਤ ਸ਼ਾਸਤਰ ਨੂੰ ਵਿਗਿਆਨ ਵਾਂਗ ਉਸਾਰਨ ਦਾ ਯਤਨ ਕੀਤਾ। ਉਹ ਕਹਿੰਦੇ ਵੀ ਇਹ ਵੀ ਇੱਕ ਉਸੇ ਤਰ੍ਹਾਂ ਦੀ ਵਿਗਿਆਨ ਵਰਗੀ ਚੀਜ਼ ਹੈਗੀ ਹੈ, ਅਸੀਂ ਬਿਰਤਾਂਤ ਦਾ ਵਿਗਿਆਨ ਉਸਾਰ ਸਕਦੇ ਹਾਂ ਬਿਰਤਾਂਤ ਸ਼ਾਸਤਰ ਰਾਹੀਂ। ਇਹ ਉਹਨਾਂ ਦੀ ਸਭ ਤੋਂ ਵਿਲੱਖਣ ਗੱਲ ਜਿਹੜੀ ਗਿਣੀ ਗਈ। ਤਾਂ ਇਹਦੀ ਜਦੋਂ ਸ਼ੁਰੂਆਤ ਹੋਈ ਅਧਿਐਨ ਦੀ, ਜਿਵੇਂ ਸਸਿਊਰ ਦੇ ਸਿਧਾਂਤਾਂ ਤੋਂ, ਇਸੇ ਤਰ੍ਹਾਂ ਹੀ ਰੋਲਾਂ ਬਾਰਤ ਨੇ ਚਿੰਨ੍ਹ ਵਿਗਿਆਨ 'ਤੇ ਕੰਮ ਕੀਤਾ, ਇਸੇ ਤਰ੍ਹਾਂ ਹੀ
ਜਿਹਦਾ ਵੱਡਾ ਕੰਮ ਹੈਗਾ, ਕਿਉਂਕਿ ਰੂਸੀ ਰੂਪਵਾਦ ਨਾਲ ਹੀ ਇਹਦੀ ਜ਼ਿਆਦਾ ਨੀਂਹ ਬੱਝੀ, ਤਾਂ ਵਲਾਦੀਮੀਰ ਪ੍ਰੋਪ ਜਿਹਦੀ ਕਿਤਾਬ ਹੁਣ ਪੰਜਾਬੀ ਦੇ ਵਿੱਚ ਵੀ ਛਪ ਕੇ ਆ ਗਈ ਹੈ, ਮੇਰਾ ਖਿਆਲ ਪਿਛਲੇ ਦਿਨਾਂ ਦੇ ਵਿੱਚ ਹੀ ਆਈ ਹੈ, ਕਿਸੇ ਨੇ ਅਨੁਵਾਦ ਕੀਤੀ ਆ ਉਹਦੀ, ਜਿਹੜੀ ਉਹ ਕਿਤਾਬ ਸੀ ਮੋਰਫੋਲੋਜੀ ਆਫ ਫੋਕ ਟੇਲਸ, ਉਹ ਕਿਤਾਬ ਬਹੁਤ ਆਧਾਰ ਬਣੀ। ਉਹਨੇ ਉਹ ਕਹਿੰਦਾ ਕਿ ਜਿਹੜਾ ਉਹਨੇ ਪਰੀ ਕਥਾਵਾਂ 'ਤੇ ਅਧਿਐਨ ਕੀਤਾ ਸੀਗਾ, ਉਹ ਕਹਿੰਦਾ ਕਿ ਵੀ ਜਿਹੜੀਆਂ ਦੁਨੀਆ ਭਰ ਦੀਆਂ ਬਿਰਤਾਂਤਕ ਰਚਨਾਵਾਂ ਹੈ ਉਹਨਾਂ ਦੇ ਕੁਛ ਸਾਂਝੇ ਪ੍ਰਕਾਰ ਜ ਨਿਸ਼ਚਿਤ ਕੀਤੇ ਜਾ ਸਕਦੇ ਆ ਜਾਂ ਸਮਝੇ ਜਾ ਸਕਦੇ ਹੈਗੇ ਆ, ਅਤੇ ਉਹਨੇ ਕੁੱਲ 31 ਪ੍ਰਕਾਰਜਾਂ ਦੀ ਗੱਲ ਕੀਤੀ ਕਿ ਕਿਸੇ ਵੀ ਬਿਰਤਾਂਤਕ ਰਚਨਾ ਦੇ ਵਿੱਚ ਇਹ ਵੱਖ ਵੱਖ ਤਰ੍ਹਾਂ ਦੇ 31 ਹੋਣ ਜ਼ਰੂਰੀ ਨਹੀਂ, ਜਾਣੀ ਉਹਨਾਂ ਦੇ ਵਿੱਚੋਂ ਕੁਛ ਹੋ ਸਕਦੇ ਆ। ਇਹਨਾਂ ਦੇ ਆਧਾਰ 'ਤੇ ਉਹਨੇ ਪਾਤਰਾਂ ਨੂੰ 7 ਸ਼੍ਰੇਣੀਆਂ ਦੇ ਵਿੱਚ ਵੰਡਿਆ, ਜਿਹੜੇ ਤੁਸੀਂ ਹੁਣ ਤੱਕ ਵੇਖ ਚੁੱਕੇ ਹੋਵੋਗੇ, ਮੈਂ ਫਿਰ ਵੀ ਉਹਨਾਂ ਨੂੰ ਥੋੜ੍ਹਾ ਦੁਹਰਾ ਦਿਆਂ ਉਹਨਾਂ ਦੇ ਨਾਂ। ਜਿਵੇਂ ਉਹ ਕਹਿੰਦਾ ਕਿ ਪਹਿਲੀ ਸ਼੍ਰੇਣੀ ਜਿਵੇਂ ਨਾਇਕ ਜਾਂ ਝੂਠਾ ਨਾਇਕ ਉਹਨੂੰ ਕਹਿੰਦਾ, ਅਤੇ ਦੂਜੀ ਖਲਨਾਇਕ ਕਹਿੰਦਾ, ਤੀਜੀ ਦਾਤਾ ਜਾਂ ਡੋਨਰ ਕਹਿੰਦਾ, ਫਿਰ ਸਹਾਇਕ ਪਾਤਰ ਗਿਣਦਾ ਉਹ, ਫਿਰ ਪ੍ਰਾਪਤ ਕਰਤਾ ਜਾਂ ਅਤੇ ਭੇਜਣ ਵਾਲਾ, ਇਹਨਾਂ ਵਾਸਤੇ ਉਹ ਸ਼ਬਦ ਇੰਗਲਿਸ਼ ਦੇ ਵਰਤਦਾ। ਇਹਦੇ ਆਪਾਂ ਪੰਜਾਬੀ ਦੇ ਵਿੱਚ ਹੁਣ ਬਹੁਤ ਸ਼ਬਦ ਇਹ ਪ੍ਰਚਲਿਤ ਨੇ। ਤਾਂ ਜਿਹੜੀ ਉਹਦੀ ਮੁੱਖ ਦੇਣ ਸੀਗੀ ਵਲਾਦੀਮੀਰ ਦੀ, ਉਹ ਇਹੀ ਸੀਗੀ ਕਿ ਪ੍ਰਕਾਰਜ ਨੂੰ ਸਮਝਣਾ, ਕਿਉਂਕਿ ਕੋਈ ਵੀ ਜਿਹੜਾ ਬੰਦਾ ਹੈਗਾ, ਬੰਦਾ ਆਪਦੇ, ਜੇ ਉਹਨੂੰ ਆਪਾਂ ਪੰਜਾਬੀ ਦੇ ਸੌਖੇ ਸ਼ਬਦਾਂ 'ਚ ਕਹੀਏ, ਆਪਦੇ ਕੰਮਾਂ ਵਰਗਾ ਹੀ ਹੁੰਦਾ। ਜਿਹੋ ਜਿਹੇ ਬੰਦਾ ਕੰਮ ਕਰਦਾ ਸਮਝ ਲਓ, ਉਹੋ ਜਿਹਾ ਬੰਦਾ ਹੋਊਗਾ। ਇਸੇ ਤਰ੍ਹਾਂ ਉਹ ਕਹਿੰਦਾ ਬਿਰਤਾਂਤ ਦੇ ਵਿੱਚ ਜਿਸ ਤਰ੍ਹਾਂ ਦਾ ਉਹਦਾ ਪ੍ਰਕਾਰਜ ਹੋਊਗਾ, ਉਸ ਤਰ੍ਹਾਂ ਦਾ ਉਹਦਾ ਚਰਿੱਤਰ ਸੁਭਾਅ ਤੁਸੀਂ ਪੜ੍ਹ ਸਕਦੇ ਹੋ ਉਹਨੂੰ, ਵੀ ਉਹ ਖਲਨਾਇਕ ਹੈ ਕਿ ਨਾਇਕ ਹੈ ਕਿ ਸਹਾਇਕ ਹੈ ਕਿ ਕਿਸ ਤਰ੍ਹਾਂ ਦਾ ਵਿਅਕਤੀ ਹੈਗਾ। ਉਸ ਤੋਂ ਬਾਅਦ ਜਿਹਦਾ ਵੱਡਾ ਯੋਗਦਾਨ ਹੈਗਾ ਇਸ ਵੰਨਗੀ ਦੇ ਵਿੱਚ, ਉਹ ਰੋਲਾ ਭਾਰਤ ਦਾ ਹੈ। ਰੋਲਾ ਭਾਰਤ ਨੇ ਜਿਹਦੀ ਮੈਂ ਮੁੱਢ ਦੇ ਵਿੱਚ ਹੀ ਉਹ ਕੋਟੇਸ਼ਨ ਪੜ੍ਹੀ ਹੈ, ਜਿਹੜਾ ਕਿ ਬਿਰਤਾਂਤ ਦੀ ਸਰਵ ਵਿਆਪਕਤਾ ਨੂੰ ਬਹੁਤ ਮਹੱਤਵ ਦਿੰਦਾ ਹੈਗਾ, ਜਿਹੜਾ ਕਿ ਅਨਾਲਜ਼ ਤੱਕ ਨੂੰ ਵੀ ਬਿਰਤਾਂਤ ਮੰਨਦਾ, ਜਿਹੜਾ ਕਿ ਭਾਵੇਂ ਇੱਕ ਸ਼ਬਦ ਜਾਂ ਇੱਕ ਲਾਈਨ ਦਾ ਹੋਵੇ, ਉਹ ਕਹਿੰਦਾ ਉਹਦਾ ਵੀ ਕੋਈ ਮਤਲਬ ਹੁੰਦਾ, ਉਹਦੇ ਪਿੱਛੇ ਵੀ ਕੋਈ ਇਤਿਹਾਸ ਜਾਂ ਸਟੋਰੀ ਪਈ ਵੀ ਹੁੰਦੀ ਹੈਗੀ ਹੈ। ਜਿਹੜੀ ਉਹਦੀ ਜਿਹੜੀ ਦੇਣ ਹੈਗੀ ਹੈ ਉਹ ਹੈਗੀ ਹੈ ਚੇਨ ਵਿਗਿਆਨ ਵਿਕਸਿਤ ਕਰਨਾ, ਚੇਨ ਦਾ ਅਧਿਐਨ ਕਰਨਾ, ਜਾਣੀ ਇਹ ਬਾਰਥ ਦੀ ਮੁੱਖ ਸਮਝੀ ਜਾਂਦੀ ਹੈਗੀ ਹੈ ਦੇਣ। ਚੇਨ ਦਾ ਸੁਭਾਅ ਉਹ ਕਹਿੰਦਾ ਕਿ ਵੀ ਚੇਨ ਦਾ ਸੁਭਾਅ ਮਿਥਕੀ ਹੁੰਦਾ। ਮਿਥਕੀ ਤੋਂ ਕੀ ਮਤਲਬ ਹੈ? ਜਿਹਨੂੰ ਮਾਰਕਸਵਾਦੀ ਕਹਿੰਦੇ ਸੀਗੇ ਕਿ ਫਾਲਸ ਕੌਨਸ਼ੀਅਸਨੈਸ, ਵਿਚਾਰਧਾਰਾ ਫਾਲਸ ਕੌਨਸ਼ੀਅਸਨੈਸ ਹੁੰਦੀ ਹੈ। ਇਸੇ ਤਰ੍ਹਾਂ ਹੀ ਉਹ ਕਹਿੰਦਾ ਕਿ ਜਿਹੜਾ ਸ਼ਬਦ ਹੈਗਾ ਇਹਦੇ ਦੁਆਲੇ ਜਿਹੜੀ ਸਥਾਪਤੀ ਹੈ ਜਾਂ ਸਮਾਜ ਹੈ ਉਹ ਕੋਈ ਮਿਥਕੀ ਜਿਹੜਾ ਮਾਹੌਲ ਪੈਦਾ ਕਰ ਦਿੰਦਾ, ਉਹਦਾ ਸੁਭਾਅ ਨੂੰ ਮਿਥਕੀ ਬਣਾ ਦਿੰਦਾ। ਜਦੋਂ ਅਸੀਂ ਉਹ ਸ਼ਬਦ ਨੂੰ ਵਰਤਦੇ ਹਾਂ ਤਾਂ ਅਸੀਂ ਤਾਂ ਐਂ ਵਰਤਦੇ ਹੈਗੇ ਕਿ ਵੀ ਇਹ ਸ਼ਬਦ ਸ਼ਾਇਦ ਉਹਨੂੰ, ਉਹ ਸ਼ਬਦ ਦੀ ਮਸੂਮੀਅਤ ਦੇ ਤੌਰ 'ਤੇ ਵੀ ਇਹ ਸ਼ਬਦ ਨੈਚੁਰਲ ਹੈ, ਪਰ ਕਹਿੰਦਾ ਵੀ ਉਹ ਸ਼ਬਦ ਨੈਚੁਰਲ ਨਹੀਂ ਹੁੰਦਾ, ਉਹ ਵਿਚਾਰਧਾਰਕ ਹੁੰਦਾ। ਉਹਦੇ ਉਹ ਜੇ ਤੁਸੀਂ ਹੁਣ ਮਿੱਥ ਦਾ ਗਲੇਫ ਲਾ ਕੇ ਉਹਨੂੰ ਪੜ੍ਹੋਗੇ ਤਾਂ ਉਹਦੇ ਤੱਕ ਪਹੁੰਚ ਸਕੋਗੇ, ਨਹੀਂ ਤਾਂ ਨਹੀਂ ਪਹੁੰਚ ਸਕਦੇ। ਇਸ ਕਰਕੇ ਚਿੰਨ੍ਹਾਂ ਦਾ ਅਧਿਐਨ ਜਿਹੜਾ ਕਰਨਾ, ਇਹ ਬਹੁਤ
ਮਹੱਤਵਪੂਰਨ ਹੈ ਜਿਹੜਾ ਬਿਰਤਾਂਤ ਦੇ ਵਿੱਚ, ਉਹਦੇ ਵਾਸਤੇ ਉਹ ਸ਼ਬਦ ਵਰਤਦਾ ਹੈਲਥੀ ਚੇਨ, ਹੈਲਥੀ ਸਾਈਨ। ਇਹ ਸਾਰਥਕ ਚੇਨ ਜਿਹੜੇ ਹੈਗੇ ਆ ਉਹ ਸ਼ਬਦ ਵਰਤਦਾ ਹੈਗਾ। ਅਤੇ ਉਹ ਕਹਿੰਦਾ ਕਿ ਸਥਾਪਤੀ ਵੱਲੋਂ ਚਿਹਨਾਂ ਨੂੰ ਇੱਕ ਤਰ੍ਹਾਂ ਐਮਪਟੀ ਕਰਕੇ ਉਹਦੇ 'ਚ ਆਪਦੀ ਤਰ੍ਹਾਂ ਦੇ ਅਰਥ ਭਰ ਦਿੱਤੇ ਜਾਂਦੇ ਆ, ਜੇ ਸੌਖੇ ਸ਼ਬਦਾਂ 'ਚ ਤੁਸੀਂ ਕਹੋ, ਅਤੇ ਅਸੀਂ ਉਹਨਾਂ ਨੂੰ ਉਸੇ ਤਰ੍ਹਾਂ ਜਿਹੜਾ ਹੈ ਉਹ ਲੈਣ ਲੱਗ ਪੈਂਦੇ ਹਾਂ। ਪਰ ਕਹਿੰਦਾ ਵੀ ਉਹਨਾਂ ਨੂੰ ਜੇ ਤੁਸੀਂ ਉਹਨਾਂ ਨੂੰ ਪੁਨਰ ਸਿਰਜੀਤ ਕਰਨਾ ਤਾਂ ਉਹਨਾਂ ਨੂੰ ਮੁੜ ਉਹਨਾਂ ਦੇ ਵਿੱਚ ਅਰਥ ਭਰਨੇ ਪੈਣਗੇ, ਤਾਂ ਉਹ ਤੁਹਾਡੇ ਵਾਸਤੇ ਅਰਥ ਦੇਣਗੇ। ਉਹਨੇ ਇੱਕ ਕਹਾਣੀ ਦਾ ਬਾਲਜਾਕ ਦੀ ਦਾ ਅਧਿਐਨ ਕੀਤਾ ਬਹੁਤ ਲੰਬਾ ਚੌੜਾ, ਜਿੱਥੋਂ ਉਹਦਾ ਬਿਰਤਾਂਤ ਸ਼ਾਸਤਰ ਨਾਲ ਉਹ ਬਹੁਤ ਜ਼ਿਆਦਾ ਜੁੜਦਾ ਹੈਗਾ। ਸਾਰਾਸੀਨ ਉਹ ਕਹਾਣੀ ਦਾ ਨਾਂ, ਲੰਬੀ ਕਹਾਣੀ ਹੈ ਨਾਵਲਿਟ ਵਰਗੀ। ਉਹਦੇ 'ਚ ਉਹ ਕਹਿੰਦਾ ਕਿ ਵੀ ਪੰਜ ਕੋਡਾਂ ਦਾ ਵਰਣਨ ਕਰਦਾ, ਪੰਜ ਕੋਡ ਹੁੰਦੇ ਆ ਕਹਿੰਦਾ ਵੀ ਜਿਨ੍ਹਾਂ ਨੂੰ ਬਿਰਤਾਂਤਕਾਰ ਵਰਤਦਾ ਹੈਗਾ, ਜਿਵੇਂ ਵਿਆਖਿਆਮਈ ਕੋਡ ਹੈਗਾ, ਅਰਥਮਈ ਕੋਡ ਹੈਗਾ, ਪ੍ਰਤੀਕਮਈ ਕੋਡ ਹੈਗਾ, ਤਤਸਾਰੀ ਕੋਡ ਹੈਗਾ, ਕਾਰਜ ਬੋਧਕ। ਇਹ ਥੋੜ੍ਹੇ ਟੈਕਨੀਕਲ ਨੇ, ਮੰਨ ਲਓ ਜੋ ਤੁਸੀਂ, ਉਹ ਕਹਿੰਦਾ ਕਿ ਵੀ ਹਰੇਕ ਥਾਂ 'ਤੇ ਹਰੇਕ ਸ਼ਬਦ, ਹਰੇਕ ਵਾਕ, ਹਰੇਕ ਬਿਰਤਾਂਤਕ ਲੜੀ ਦੇ ਵਿੱਚ ਜਿਹੜੇ ਅਰਥਾਂ ਦਾ ਸੰਚਾਰ ਕਰ ਰਿਹਾ ਹੁੰਦਾ ਉਹ ਜਿਹੜਾ ਬਿਰਤਾਂਤਕਾਰ, ਉਹ ਇਹਨਾਂ ਪੰਜਾਂ 'ਚੋਂ ਕਿਸੇ ਕੋਡ ਰਾਹੀਂ ਕਰ ਰਿਹਾ ਹੁੰਦਾ, ਤੁਸੀਂ ਉਹਨੂੰ ਪਛਾਣ ਸਕਦੇ ਹਾਂ ਜੇ ਤੁਸੀਂ ਇਹ ਥਿਊਰੀ ਜਿਹੜੀ ਹੈਗੀ ਹੈ ਇਹ ਪੜ੍ਹੀ ਹੋਵੇ ਤਾਂ। ਅਤੇ ਬਿਰਤਾਂਤ ਨੂੰ ਇਸ ਤਰ੍ਹਾਂ ਲੜੀਆਂ 'ਚ ਵੰਡ ਕੇ ਪੜ੍ਹਨ ਦੀ ਜਿਹੜੀ ਹੈਗੀ ਹੈ ਉਸ ਜੁਗਤ ਸਾਨੂੰ ਜਿਹੜੀ ਹੈਗੀ ਹੈ ਦੱਸਦਾ। ਉਹਦੇ ਮੁਤਾਬਕ ਉਹ ਕਹਿੰਦਾ ਕਿ ਪਾਠਕ ਵੀ ਅਰਥ ਦਿੰਦਾ ਬਿਰਤਾਂਤ ਨੂੰ, ਇਸ ਕਰਕੇ ਜਿਹੜਾ ਪਾਠਕ ਹੈਗਾ ਉਹਨੂੰ ਉਹ ਦੋ ਤਰ੍ਹਾਂ ਦੇ ਮੰਨਦਾ, ਇੱਕ ਐਕਟਿਵ ਇੱਕ ਪੈਸਿਵ। ਜਿਹੜਾ ਐਕਟਿਵ ਪਾਠਕ ਹੈਗਾ ਉਹ ਰਚਨਾਵਾਂ ਨੂੰ ਇੱਕ ਤਰ੍ਹਾਂ ਨਾਲ ਪੁਨਰ ਸੁਰਜੀਤ ਕਰ ਦਿੰਦਾ, ਕਿਉਂਕਿ ਪਾਠਕ ਸਿਰਫ ਪੈਸਿਵ ਰੂਪ 'ਚ ਨਹੀਂ ਪੜ੍ਹਦਾ ਬਲਕਿ ਉਹਦੇ 'ਚ ਆਪਦੀ ਟੈਕਸਟ ਉਸਾਰ ਰਿਹਾ ਹੁੰਦਾ ਨਾਲ ਨਾਲ ਬਿਰਤਾਂਤ ਨੂੰ ਪੜ੍ਹ ਕੇ। ਇਸ ਕਰਕੇ ਕਹਿੰਦਾ ਵੀ ਪਾਠਕ ਦੀ ਦ੍ਰਿਸ਼ਟੀ ਨੂੰ ਵੀ ਤੁਹਾਨੂੰ ਧਿਆਨ ਦੇ ਵਿੱਚ ਰੱਖਣਾ ਪਊਗਾ। ਦੋ ਤਿੰਨ ਸ਼ਬਦ ਉਹ ਹੋਰ ਵਰਤਦਾ ਇਸ ਤਰ੍ਹਾਂ ਦੇ, ਇੱਕ ਉਹ ਕਹਿੰਦਾ ਕਿ ਰੀਡਰਲੀ ਟੈਕਸਟ, ਰੀਡਰਲੀ ਟੈਕਸਟ ਉਹ ਕਹਿੰਦਾ ਉਹ ਹੁੰਦੀ ਹੈ ਜਿਹਨੂੰ ਪਾਠਕ ਉਪਭੋਗ ਵਾਂਗ ਹੀ ਲੈ ਲਏ, ਬਸ ਉਹਦੇ 'ਤੇ ਉਹ ਬਹੁਤੇ ਉਹਦਾ ਉਹਨੂੰ ਦਿਮਾਗ ਨਾ ਲਾਉਣਾ ਪਵੇ, ਉਪਭੋਗ ਵਾਂਗ ਜਿਹੜੀਆਂ ਪਾਪੂਲਰ ਸਾਹਿਤ ਦੀਆਂ ਰਚਨਾਵਾਂ ਹੁੰਦੀਆਂ ਜਿਸ ਤਰ੍ਹਾਂ, ਬਸ ਉਹਦਾ ਉਪਭੋਗ ਕਰਨ ਵਾਲੀਆਂ ਰਚਨਾਵਾਂ। ਇੱਕ ਨੂੰ ਉਹ ਕਹਿੰਦਾ ਰਾਈਟਰਲੀ ਟੈਕਸਟ, ਜਿਹਦੇ ਰਾਹੀਂ ਤੁਸੀਂ ਹੋਰ ਅਰਥ ਡੂੰਘੇ ਅਰਥਾਂ ਤੱਕ ਜਾ ਸਕਦੇ ਹਾਂ, ਪੁਨਰ ਸਿਰਜਣਾ ਕਰ ਸਕਦੇ ਹਾਂ ਅਰਥਾਂ ਦੀ। ਇਸੇ ਤਰ੍ਹਾਂ ਹੀ ਉਹਨੇ ਜਿਹੜਾ ਬਿਰਤਾਂਤ ਦੇ ਵਿੱਚੋਂ ਰਸ ਮਿਲਦਾ ਜਿਹਨੂੰ ਭਾਰਤੀ ਕਾਵਿ ਸ਼ਾਸਤਰੀ ਰਸ ਕਹਿੰਦੇ ਸੀ, ਰੋਲਾ ਵਾਰਤ ਨੇ ਵੀ ਉਹਦੇ ਵਾਸਤੇ ਵੀ ਦੋ ਸ਼ਬਦ ਵਰਤੇ ਹੈ। ਇੱਕ ਨੂੰ ਉਹ ਕਹਿੰਦਾ ਟੈਕਸਟ ਆਫ ਪਲੇਅਰ, ਪਾਠ ਆਨੰਦ, ਅਤੇ ਦੂਜੇ ਨੂੰ ਉਹ ਕਹਿੰਦਾ ਪਲੇਅਰ ਆਫ ਟੈਕਸਟ। ਇਹ ਥੋੜ੍ਹੇ ਭੁਲੇਖਾ ਪਾਊ ਸ਼ਬਦ ਜੇ ਲੱਗਦੇ ਨੇ ਕਿਉਂਕਿ ਦੋਨੇ ਉਲਟਾ ਕੇ ਉਹ ਵਰਤਦਾ ਹੈਗਾ। ਇਹਨਾਂ ਦਾ ਮਤਲਬ ਵੀ ਇਹ ਹੀ ਹੈ ਕਿ ਜਿਹੜੀਆਂ ਰਚਨਾਵਾਂ ਸਿਰਫ ਉਪਭੋਗ ਤੱਕ ਸੀਮਤ ਨੇ ਉਹਨਾਂ ਨੂੰ ਉਹ ਟੈਕਸਟ ਆਫ ਪਲੇਅਰ ਕਹਿੰਦਾ, ਅਤੇ ਜਿਹੜੀਆਂ ਦੇ ਵਿੱਚ ਡੂੰਘੇ ਅਰਥ ਹੋਣ ਦੀ ਸੰਭਾਵਨਾ ਹੁੰਦੀ ਹੈ ਉਹਨਾਂ ਨੂੰ ਚੇਤਨ ਪਾਠਕ ਜਿਹਨਾਂ 'ਚੋਂ ਜਗਾ ਸਕਦਾ ਅਰਥ ਉਹਨਾਂ ਨੂੰ ਪਲੇਅਰ ਆਫ ਟੈਕਸਟ ਜਿਹੜਾ ਹੈਗਾ ਕਰਦਾ। ਇਹਨਾਂ ਗੱਲਾਂ ਦੇ ਨਾਲ ਜਿਹੜਾ ਰੋਲਾ ਬਾਰਤ ਇੱਕ ਸੰਰਚਨਾਵਾਦ ਦੇ ਨਾਲ ਨਾਲ ਇੱਕ ਨਵੀਂ ਗੱਲ ਜਿਹੜੀ ਪੈਦਾ ਕਰ ਦਿੰਦਾ ਹੈ, ਕਿਉਂਕਿ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਸੀ ਦਿੱਤਾ ਕਦੇ ਪਹਿਲਾਂ ਕਿਸੇ ਬਿਰਤਾਂਤ ਸ਼ਾਸਤਰੀ ਨੇ, ਤਾਂ
ਉਹਦੇ ਨਾਲ ਪੋਸਟ ਸਟਰਕਚਰਲਿਜ਼ਮ ਜਿਹਨੂੰ ਉੱਤਰ ਸੰਰਚਨਾਵਾਦ ਕਹਿੰਦੇ ਹਾਂ ਉਹਦਾ ਦੌਰ ਵੀ ਨਾਲ ਨਾਲ ਸ਼ੁਰੂ ਹੋ ਜਾਂਦਾ ਹੈਗਾ ਇਸ ਵੰਨਗੀ ਦੇ ਵਿੱਚ ਰੋਲਾ ਬਾਰਤ ਨਾਲ। ਇਸੇ ਦਾ ਹੀ ਅਗਲਾ ਜਿਹੜਾ ਸ਼ਾਸਤਰੀ ਹੈਗਾ ਉਹ ਲੈਵੀ ਸਤਰਾਸ। ਲੈਵੀ ਸਤਰਾਸ ਨੇ ਆਮ ਤੌਰ 'ਤੇ ਮਿੱਥਾਂ ਦਾ ਅਧਿਐਨ ਕੀਤਾ ਅਤੇ ਮਿੱਥਾਂ ਦਾ ਅਧਿਐਨ ਕਰਦਿਆਂ ਹੋਇਆਂ ਉਹਨੇ ਜਿਹੜੀ ਨਵੀਂ ਧਾਰਨਾ ਦਿੱਤੀ ਉਹ ਇਹ ਕਿ ਜਿਹੜੀ ਮਿੱਥ ਦੀ ਸਿਰਜਣਾ ਹੈਗੀ ਹੈ ਉਹ ਭਾਸ਼ਾ ਦੀ ਸਿਰਜਣਾ ਵਾਂਗ ਹੁੰਦੀ ਹੈ। ਅਸੀਂ ਬਹੁਤਾ ਨਹੀਂ ਸੀ ਕਦੇ ਸੋਚਿਆ ਕਿ ਭਾਸ਼ਾ ਦੀ ਸਿਰਜਣਾ ਅਸੀਂ ਕਿਵੇਂ ਕਰਦੇ ਹਾਂ। ਸਾਨੂੰ ਬੜੀ ਸੌਖਾ ਜਿਹਾ ਇਹ ਕੰਮ ਲੱਗਦਾ ਹੈ, ਕੋਈ ਬੰਦਾ ਕੋਈ ਚੀਜ਼ਾਂ ਨੂੰ ਕਿਵੇਂ ਗ੍ਰਹਿਣ ਕਰਦਾ, ਕੋਈ ਬੱਚਾ ਭਾਸ਼ਾ ਕਿਵੇਂ ਸਿੱਖ ਜਾਂਦਾ ਅਤੇ ਉਹਦੇ ਵਿੱਚ ਆਪਣੀਆਂ ਗੱਲਾਂ ਕਿਵੇਂ ਕਰਨ ਲੱਗ ਜਾਂਦਾ, ਉਹਨੂੰ ਅਰਥ ਕਿਵੇਂ ਦੇਣ ਲੱਗ ਪੈਂਦਾ ਚੀਜ਼ਾਂ ਨੂੰ। ਇਹ ਜਿਹੜਾ ਸਾਰਾ ਪ੍ਰੋਸੈਸ ਆ ਉਹ ਕਹਿੰਦਾ ਮਿੱਥ ਦੇ ਵਿੱਚ ਵੀ ਐਵੇਂ ਹੀ ਹੁੰਦਾ। ਅਤੇ ਇਹ ਜੋ ਮਿੱਥ ਦੀਆਂ ਕਹਾਣੀਆਂ ਜਿਹੜੀਆਂ ਖਾਸ ਤੌਰ 'ਤੇ ਭਾਰਤ ਦੇ ਵਿੱਚ ਕਿਉਂਕਿ ਮਿੱਥਕ ਕਹਾਣੀਆਂ ਬਹੁਤ ਜ਼ਿਆਦੀਆਂ ਨੇ, ਉਹਨਾਂ ਨੂੰ ਸਮਝਣਾ ਹੋਵੇ ਤਾਂ ਲੈਵੀ ਸਤਰਾਸ ਨੇ ਉਹਦੇ ਵਾਸਤੇ ਸਾਨੂੰ ਦੋ ਸ਼ਬਦ ਦਿੱਤੇ। ਇੱਕ ਤਾਂ ਉਹ ਕਹਿੰਦਾ ਡੀਪ ਸਟਰਕਚਰ ਹੁੰਦਾ, ਇੱਕ ਉੱਪਰ ਜਿਹੜਾ ਉੱਪਰਲਾ ਸਟਰਕਚਰ ਹੁੰਦਾ ਸਤਹੀ ਸਟਰਕਚਰ ਹੁੰਦਾ। ਸਤਹੀ ਦੇ ਥੱਲੇ ਤੁਸੀਂ ਜਾਣਾ ਹੈਗਾ ਡੀਪ ਸਟਰਕਚਰ ਦੇ ਵਿੱਚ। ਜਾਣੀ ਕਹਿਣ ਤੋਂ ਭਾਵ ਜੇ ਤੁਸੀਂ ਕੋਈ ਭਾਰਤੀ ਮਿੱਥ ਦੀ ਕਹਾਣੀ ਲੈ ਲਓਗੇ ਤਾਂ ਇੱਕ ਗੱਲ ਤਾਂ ਮੋਟੀ ਜੀ ਹੋਊਗੀ ਕਿ ਜੀ ਇਹ ਦੇਵਤਿਆਂ ਦੀਆਂ ਅਤੇ ਦੈਂਤਾਂ ਦੀਆਂ ਕਹਾਣੀਆਂ, ਇਹ ਉੱਪਰਲੇ ਸਤਹ 'ਤੇ ਪਏ ਸਾਰਿਆਂ ਨੂੰ ਗੱਲ ਦਿਸਦੀ ਹੈ। ਦੂਜੀ ਜਦੋਂ ਤੁਸੀਂ ਇਹ ਵੇਖੋਗੇ ਕਿ ਇਹਨਾਂ ਦੇ ਵਿੱਚ ਉਸ ਵੇਲੇ ਦਾ ਜਿਹੜਾ ਕਬੀਲਾਈ ਜਾਂ ਕਬੀਲੇ ਦੇ ਬੰਦੇ ਦਾ ਮਨ, ਜਿਹੜਾ ਉਹਦੀ ਦ੍ਰਿਸ਼ਟੀ, ਉਹਦਾ ਅਵਚੇਤਨ ਚੇਤਨ ਕਿਸ ਤਰ੍ਹਾਂ ਸ਼ਾਮਿਲ ਹੋਇਆ, ਉਹ ਉਹਨੂੰ ਕਿਵੇਂ ਪੇਸ਼ ਕਰਦੀਆਂ, ਇਹ ਉਹਨਾਂ ਦਾ ਡੀਪ ਸਟਰਕਚਰ ਹੈ। ਜਾਣੀ ਦੇਵਤੇ ਦੇ ਅਰਥ ਕੀ ਨੇ, ਦੇਵਤਾ ਕਿਹਨੂੰ ਰੀਪ੍ਰਜੈਂਟ ਕਰਦਾ, ਦੈਂਤ ਕਿਹਨੂੰ ਰੀਪ੍ਰਜੈਂਟ ਕਰਦਾ, ਪਰੀਆਂ ਕਿਹਨੂੰ ਰੀਪ੍ਰਜੈਂਟ ਕਰਦੀਆਂ, ਸਵਰਗ ਕੀ ਹੁੰਦਾ, ਇਹ ਕੋਈ ਧਰਤੀ ਦੀ ਗੱਲ ਹੀ ਹੈ ਕਿ ਕੋਈ ਤਾਂ ਦੀ ਗੱਲ ਹੈ। ਜਾਣੀ ਇਹ ਇਹਨੂੰ ਉਹ ਕਹਿੰਦਾ ਕਿ ਜੇ ਤੁਸੀਂ ਉੱਪਰਲੀ ਸਤਹ 'ਤੇ ਰਹਿ ਜਾਓਗੇ ਤਾਂ ਫਿਰ ਤੁਹਾਨੂੰ ਉਹ ਸਮਝ ਨਹੀਂ ਆਉਣਗੇ, ਮਿੱਥਕ ਵਰਤਾਂਤ ਜਿਹੜੇ ਹੈਗੇ ਆ ਸਮਝ ਨਹੀਂ ਆਉਣਗੇ। ਜੇ ਤੁਸੀਂ ਉਹਦੇ ਡੀਪ ਸਟਰਕਚਰ ਦੇ ਵਿੱਚ ਜਾਓਗੇ ਤਾਂ ਜਿਹੜੇ ਹੈਗੇ ਉਹਨਾਂ ਦਾ ਤੁਹਾਨੂੰ ਸਮਝ ਜਿਹੜਾ ਹੈ ਆਊਗੀ। ਛੋਟੀ ਤੋਂ ਛੋਟੀ ਇਕਾਈ ਨੂੰ ਉਹ ਮਥੀਮ ਕਹਿੰਦਾ, ਉਹ ਕਹਿੰਦਾ ਮਥੀਮ ਦੀ ਸਟੱਡੀ ਤੁਸੀਂ ਤੱਕ ਜਾਓਗੇ ਤਾਂ ਫਿਰ ਤੁਸੀਂ ਉਹਨਾਂ ਦੇ ਇੱਕ ਦੂਜੇ ਨਾਲ ਸੰਬੰਧ ਜਿਹੜੇ ਹੈਗੇ ਆ ਉਹ ਲੱਭ ਸਕੋਗੇ। ਇਹਦੇ 'ਚ ਜਿਹੜਾ ਅਗਲਾ ਬਿਰਤਾਂਤ ਸ਼ਾਸਤਰੀ ਹੈ ਜਿਹੜਾ ਜਿਹਨੂੰ ਤੁਸੀਂ ਵੀ ਮੇਰਾ ਖਿਆਲ ਕਾਫੀ ਪੜ੍ਹਿਆ ਹੋਊਗਾ ਉਹ ਹੈਗਾ ਗ੍ਰੇਮਾਸ, ਜਿਹਨੇ ਦੋ ਗੱਲਾਂ ਇਹਦੇ 'ਚ ਸ਼ਾਮਿਲ ਕੀਤੀਆਂ। ਇੱਕ ਉਹਨੇ ਪਾਤਰ ਨੂੰ ਕਰਿੰਦਾ ਕਿਹਾ, ਏਜੰਟ, ਉਹ ਕਹਿੰਦਾ ਵੀ ਪਾਤਰ ਆਪ ਕੁਛ ਨਹੀਂ ਹੁੰਦਾ, ਉਹ ਕਿਸੇ ਚੀਜ਼ ਦਾ ਕਰਿੰਦਾ ਹੁੰਦਾ। ਆਪਾਂ ਕਰਿੰਦਾ ਜਿਹੜੇ ਠੇਕੇਦਾਰ ਨੇ ਠੇਕੇ 'ਤੇ ਬੰਦੇ ਲਾਏ ਹੁੰਦੇ ਆ ਵੇਚਣ ਵਾਸਤੇ ਸਮਾਨ, ਉਹਨਾਂ ਨੂੰ ਆਪਾਂ ਕਹਿੰਦੇ ਹਾਂ। ਇਹਦਾ ਮਤਲਬ ਉਹ ਆਪ ਨਹੀਂ ਗਏ ਕੁਛ, ਉਹ ਕਿਸੇ ਦੇ ਨੂੰ ਰੀਪ੍ਰਜੈਂਟ ਕਰਦੇ ਹੈਗੇ ਆ। ਇਸ ਕਰਕੇ ਕਹਿੰਦਾ ਪਾਤਰ ਕਿਹਨੂੰ ਰੀਪ੍ਰਜੈਂਟ ਕਰਦਾ, ਇੱਕ ਤਾਂ ਇਹ, ਅਤੇ ਦੂਜਾ ਉਹਦੀ ਜਿਹੜੀ ਵੱਡੀ ਦੇਣ ਹੈ ਉਹ ਹੈ ਇਕਤਾਂਸ਼ੀਅਲ ਮਾਡਲ, ਜਿਹਦੇ 'ਚ ਉਹਨੇ ਇੱਕ ਮਾਡਲ ਦਿੱਤਾ ਕਿ ਜਿਹੜੇ ਇਹ ਵੀ ਕਰਿੰਦੇ ਦੇ ਪ੍ਰਕਾਰਜਾਂ ਦੇ ਆਧਾਰ 'ਤੇ ਮਾਡਲ ਦਿੱਤਾ, ਜਿਹੜਾ ਕਿ ਕਾਫੀ ਹੱਦ ਤੀਕਰ ਰਲਦਾ ਮਿਲਦਾ ਹੈਗਾ ਵਲਾਦੀਮੀਰ ਪ੍ਰੋਪ ਨਾਲ। ਇਸ ਕਰਕੇ ਇਹਦੇ ਮੁੱਖ ਤੌਰ 'ਤੇ ਇਹ ਨੇ ਕਿ ਜਿਵੇਂ ਉਹ ਕਹਿੰਦਾ ਕਿ ਇਹਦੇ 'ਚ ਇੱਕ ਭੇਜਣਹਾਰ ਹੁੰਦਾ ਜਿਹਨੂੰ ਉਹ ਡੈਸਟੀ ਨਟਿਓਰ ਕਹਿੰਦਾ ਹੈਗਾ। ਭੇਜਣਹਾਰ ਮਤਲਬ ਹੈ ਕਿ ਕੋਈ ਬੰਦਾ ਜਿਹੜਾ ਹੈਗਾ
ਘਰੋਂ ਚੱਲਦਾ ਕੁਛ ਪ੍ਰਾਪਤ ਕਰਨ ਵਾਸਤੇ, ਜਿਵੇਂ ਰਾਂਝਾ ਘਰੋਂ ਨਿਕਲਦਾ ਅਤੇ ਉਹਨੇ ਕੁਛ ਪ੍ਰਾਪਤ ਕਰਨਾ ਹੁੰਦਾ, ਜਿਵੇਂ ਕਿ ਹੀਰ ਨੂੰ ਲੱਭਣ ਵਾਸਤੇ ਚੱਲਿਆ ਉਹ। ਕੁਛ ਲੋਕ ਉਹਦੇ ਸਹਿਯੋਗੀ ਹੋਣਗੇ ਅਤੇ ਕੁਛ ਵਿਰੋਧੀ ਹੋਣਗੇ, ਤੁਸੀਂ ਉਹਨੂੰ ਸਮਝ ਸਕਦੇ ਹੈਗੇ। ਇਹਨਾਂ ਨੂੰ ਜਿਹੜਾ ਹੈਗਾ ਉਹਨੇ ਐਕਤਾਂਸ਼ੀਅਲ ਮਾਡਲ ਦੇ ਵਿੱਚ ਰੱਖ ਕੇ ਜਿਹੜਾ ਸਮਝਣ ਦਾ ਯਤਨ ਕੀਤਾ ਕਿ ਉਹ ਕਹਿੰਦਾ ਬਹੁਤ ਸਾਰੇ ਬਿਰਤਾਂਤਾਂ ਦੇ ਵਿੱਚ ਤੁਹਾਨੂੰ ਇਸੇ ਤਰ੍ਹਾਂ ਦਾ ਮਾਡਲ ਜਿਹੜਾ ਹੈਗਾ ਉਹ ਮਿਲੂਗਾ। ਤੋਦੋਰੋਵ ਜੀ ਦੀ ਮੈਂ ਮੁੱਢ ਦੇ ਵਿੱਚ ਹੀ ਜਿਹੜੀ ਗੱਲ ਕੀਤੀ ਹੈਗੀ ਹੈ, ਤੋਦੋਰੋਵ ਬਿਰਤਾਂਤ ਨੂੰ ਵਾਕ ਦੇ ਅਰਥਾਂ ਦੇ ਵਿੱਚ ਜਾਂ ਵਾਕ ਨੂੰ ਬਿਰਤਾਂਤ ਦੇ ਅਰਥਾਂ ਦੇ ਵਿੱਚ ਸਮਝਾਉਣ ਦਾ ਯਤਨ ਕਰਦਾ। ਜਿਵੇਂ ਵਾਕ ਅਰਥ ਸਿਰਜਦਾ ਆਪਣੀਆਂ ਸ਼ਬਦ ਇਕਾਈਆਂ ਨੂੰ ਜੋੜ ਕੇ, ਉਹ ਕਹਿੰਦਾ ਬਿਰਤਾਂਤ ਵੀ ਇਸੇ ਤਰ੍ਹਾਂ ਹੀ ਅਰਥ ਸਿਰਜਦਾ ਹੈਗਾ ਆਪਣੀਆਂ ਬਿਰਤਾਂਤਕ ਇਕਾਈਆਂ ਨੂੰ ਜਿਹੜਾ ਹੈ ਉਹ ਜੋੜ ਕੇ। ਉਹ ਸਸਿਊਰ ਵਾਂਗ ਹੀ ਕਹਿੰਦਾ ਕਿ ਵੀ ਜਿਹੜਾ ਬਿਰਤਾਂਤ ਸਾਨੂੰ ਦਿਸਦਾ ਉਹਦੇ ਪਿੱਛੇ ਇੱਕ ਵਿਆਕਰਨ ਕੰਮ ਕਰਦੀ ਹੁੰਦੀ ਹੈ, ਜਿਹਨੂੰ ਪੈਰੋਲ ਅਤੇ ਲੈਂਗ ਉਹਨੇ ਕਿਹਾ ਸੀਗਾ। ਤਾਂ ਇਸ ਤਰ੍ਹਾਂ ਅਤੇ ਉਹ ਤਿੰਨ ਪੱਖ ਮੰਨਦਾ ਹੈਗਾ ਵਾਕ ਦੇ, ਇਸੇ ਤਰ੍ਹਾਂ ਹੀ ਬਿਰਤਾਂਤ ਦੇ। ਪਹਿਲਾ ਹੈਗਾ ਵਰਬਲ ਜਾਂ ਸ਼ਾਬਦਿਕ, ਦੂਜਾ ਵਾਕਗਤ ਜਾਂ ਸਿੰਟੈਕਟਿਕ ਅਤੇ ਤੀਜਾ ਅਰਥਮਈ ਸਮੈਂਟਿਕ। ਇਹ ਤਿੰਨਾਂ ਪੱਖਾਂ ਦਾ ਅਧਿਐਨ ਕਰਦਾ ਤੋਦੋਰੋਵ ਬਿਰਤਾਂਤ ਦੇ ਜਿਹੜੇ ਦੇ ਉਹਨਾਂ ਹੀ ਲੱਛਣਾਂ ਦੇ ਨਾਲ, ਕਿ ਜਿਵੇਂ ਆਪਾਂ ਮੁੱਢ ਦੇ ਵਿੱਚ ਬਿਰਤਾਂਤ ਸ਼ਾਸਤਰ ਬਾਰੇ ਟਾਈਮ ਦੀ ਗੱਲ ਜਾਂ ਘਟਨਾਵਾਂ ਦੀ ਜੋੜ ਬੀੜ ਦੀ ਗੱਲ ਜਾਂ ਫੋਕਸ ਦੀ ਗੱਲ ਕੀਤੀ ਸੀਗੀ, ਉਹ ਇਹਨਾਂ ਨੂੰ ਜਿਹੜਾ ਹੈਗਾ ਆਪਸ ਵਿੱਚ ਇਸੇ ਤਰ੍ਹਾਂ ਸਮਝਦਾ ਕਿ ਉਹ ਆਰਡਰ ਕਿਵੇਂ ਬਣਾਉਂਦਾ, ਜਾਣੀ ਕਹਿਣ ਤੋਂ ਭਾਵ ਬਿਰਤਾਂਤਕਾਰ ਵੀ ਉਸੇ ਤਰ੍ਹਾਂ ਹੀ ਇੱਕ ਆਰਡਰ ਬਣਾਉਂਦਾ ਹੈਗਾ। ਅੰਤਮ ਉਹਦਾ ਨਿਸ਼ਾਨਾ ਕੀ ਹੁੰਦਾ, ਅੰਤਮ ਨਿਸ਼ਾਨਾ ਹੁੰਦਾ ਉਹਦਾ ਵਾਕ ਦਾ, ਜਿਵੇਂ ਨਿਸ਼ਾਨਾ ਹੈਗਾ ਅਰਥ ਸਿਰਜਣਾ, ਉਸੇ ਤਰ੍ਹਾਂ ਹੀ ਉਹਦਾ ਨਿਸ਼ਾਨਾ ਜਿਹੜਾ ਹੋਊਗਾ ਉਹ ਬਿਰਤਾਂਤ ਦੇ ਰਾਹੀਂ ਕੋਈ ਅਰਥ ਸਿਰਜਣਾ, ਕੋਈ ਵਿਚਾਰਧਾਰਾ ਸਿਰਜਣਾ, ਇਸੇ ਤਰ੍ਹਾਂ ਨਾਲ ਹੀ ਉਹ ਜਿਹੜਾ ਹੈਗਾ ਕੰਮ ਕਰਦੇ ਹੈਗਾ ਬਿਰਤਾਂਤ ਦੇ ਵਿੱਚ। ਅਤੇ ਬਾਕੀ ਮੈਂ ਕੁਛ ਗੱਲਾਂ ਉਹਦੀਆਂ ਛੱਡ ਦਿੰਦਾ ਹੈਗਾ, ਕਿਉਂਕਿ ਆਪਾਂ ਮੁੱਢ ਦੇ ਵਿੱਚ ਉਹ ਪੜ੍ਹ ਚੁੱਕੇ ਹੈਗੇ ਹਾਂ ਕਿ ਵੀ ਬਿਰਤਾਂਤ ਦੇ ਵਿੱਚ ਕਿਸ ਤਰ੍ਹਾਂ ਘਟਨਾ ਪ੍ਰਬੰਧ ਕਿਵੇਂ ਸਿਰਜਿਆ ਜਾਂਦਾ ਜਾਂ ਬਿਰਤਾਂਤ ਦੇ ਵਿੱਚ ਪਾਤਰ ਦੀ ਉਸਾਰੀ ਕਿਸ ਤਰ੍ਹਾਂ ਹੁੰਦੀ ਹੈਗੀ ਆ, ਇਹ ਸਾਰੀਆਂ ਉਹ ਇਹਨੇ ਸਾਰੀਆਂ ਇਹਨਾਂ ਗੱਲਾਂ ਦਾ। ਇਹਦੇ 'ਚ ਆਖਰੀ ਜਿਹੜੇ ਦੋ ਵੱਡੇ ਨਾਂ ਹੈਗੇ ਆ ਇਸ ਵੰਨਗੀ ਦੇ ਵਿੱਚ, ਉਹ ਇੱਕ ਜੈਨੇ ਆ, ਇੱਕ ਮੀਕਬਲ ਹੈ। ਜੈਨੇ ਨੇ ਆਮ ਤੌਰ 'ਤੇ ਘਟਨਾਵਾਂ 'ਤੇ ਕਿਵੇਂ ਵਰਕ ਕਰਦੀਆਂ ਹੈਗੀਆਂ, ਘਟਨਾਵਾਂ ਦੀ ਜੋੜ ਬੀੜ 'ਤੇ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਉਹਨਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਹੈਗੇ ਆ ਫੋਕਸ ਕਿਵੇਂ ਕੀਤਾ ਜਾਂਦਾ ਘਟਨਾਵਾਂ 'ਤੇ, ਇਹਦੇ 'ਤੇ ਜ਼ਿਆਦਾ ਕੰਮ ਕੀਤਾ। ਅਤੇ ਮੀਕਬਲ ਨੇ ਜਿਹੜਾ ਹੈ ਪਾਤਰਾਂ 'ਤੇ ਜ਼ਿਆਦਾ, ਪਾਤਰ ਉਸਾਰੀ ਕਿਵੇਂ ਹੁੰਦੀ ਹੈ ਉਹਦੇ 'ਤੇ ਜ਼ਿਆਦਾ ਕੰਮ ਕੀਤਾ ਹੈਗਾ। ਤਾਂ ਇਹ ਗੱਲਾਂ ਕਿਉਂਕਿ ਹੁਣ ਤੁਹਾਡੇ ਵਾਸਤੇ ਤੁਸੀਂ ਰਿਸਰਚ ਦੇ ਸਟੂਡੈਂਟ ਹੋ, ਇਹ ਆਮ ਬਣ ਚੁੱਕੀਆਂ ਹੈਗੀਆਂ ਕਿ ਕੋਈ ਘਟਨਾ ਇੱਕ ਵਾਰੀ ਵਰਤੀ ਜਾਂਦੀ ਹੈ, ਦੋ ਵਾਰੀ ਵਰਤੀ ਜਾਂਦੀ ਹੈ, ਬਹੁਤੀ ਵਾਰੀ ਵਰਤੀ ਜਾਂਦੀ ਹੈ, ਜਿਹੜੀਆਂ ਬਿਰਤਾਂਤ ਸ਼ਾਸਤਰ ਦੇ ਵਿੱਚ ਜਿਹੜੇ ਇਹ ਸ਼ਬਦ ਵਰਤੇ ਜਾਂਦੇ ਆ। ਤਾਂ ਸਮਾਂ ਮਸਨੂਈ ਹੁੰਦਾ ਕਿ ਕੁਦਰਤੀ ਹੁੰਦਾ, ਇਹ ਗੱਲਾਂ ਆਮ ਹੋ ਗਈਆਂ, ਇਸ ਕਰਕੇ ਇਹਨਾਂ ਨੂੰ ਮੈਂ ਮਤਲਬ ਛੱਡ ਕੇ, ਅਤੇ ਮੈਂ ਜਿਹੜਾ ਮੀਕਬਲ ਦੀਆਂ ਇੱਕ ਦੋ ਗੱਲਾਂ ਤੁਹਾਡੇ ਨਾਲ ਜ਼ਰੂਰ ਕਰਨੀਆਂ ਚਾਹੁੰਦਾ।
ਜਿਹੜੀਆਂ ਉਹ ਕਹਿੰਦਾ ਹੈ ਕਿ ਪਾਤਰ ਉਸਾਰੀ ਦੇ ਸੰਬੰਧ ਦੇ ਵਿੱਚ ਹੈਗੀਆਂ। ਉਹ ਕਹਿੰਦਾ ਕਿ ਵੀ ਪਾਤਰ ਦੋ ਤਰ੍ਹਾਂ ਦੇ ਹੁੰਦੇ ਆ ਬਿਰਤਾਂਤ ਦੇ ਵਿੱਚ, ਇੱਕ ਪ੍ਰਕਾਰਜਸ਼ੀਲ ਹੁੰਦੇ ਆ ਅਤੇ ਦੂਜੇ ਪ੍ਰਕਾਰਜਹੀਨ ਹੁੰਦੇ ਆ। ਜਿਹੜੇ ਵੈਸੇ ਇਹਦੇ ਨਾਲ ਤੁਸੀਂ ਸਹਿਮਤ ਹੋਣਾ ਜਾਂ ਨਾ ਹੋਣਾ ਕੋਈ ਜ਼ਰੂਰੀ ਨਹੀਂ, ਮੈਨੂੰ ਲੱਗਦਾ ਕਿ ਕੋਈ ਵੀ ਪਾਤਰ ਬਿਰਤਾਂਤ 'ਚ ਪ੍ਰਕਾਰਜਹੀਨ ਨਹੀਂ ਹੁੰਦਾ, ਹਰੇਕ ਦਾ ਕੋਈ ਨਾ ਕੋਈ ਪ੍ਰਕਾਰਜ ਹੁੰਦਾ। ਪਰ ਉਹ ਕਿਉਂਕਿ ਉਸ ਵੇਲੇ ਦੇ ਉਹ ਜਿਸ ਤਰ੍ਹਾਂ ਦੀ ਅਧਿਐਨ ਕਰ ਰਹੇ ਸੀ ਉਹਦੇ ਮੁਤਾਬਕ ਉਹ ਕਹਿੰਦਾ ਵੀ ਪਾਤਰ ਉਸਾਰੀ ਦੀਆਂ ਆਮ ਤੌਰ 'ਤੇ ਚਾਰ ਵਿਧੀਆਂ ਵਰਤੀਆਂ ਜਾਂਦੀਆਂ, ਤਾਂ ਪਾਤਰ ਉਸਾਰੀ ਜਿਹੜੀ ਹੈਗੀ ਆ ਉਹ ਹੁੰਦੀ ਹੈ। ਇੱਕ ਉਹ ਪਹਿਲੀ ਨੂੰ ਕਹਿੰਦਾ ਰੈਪੀਟੀਸ਼ਨ, ਕਿ ਪਾਤਰ ਦਾ ਦੁਹਰਾਓ ਕੀਤਾ ਜਾਂਦਾ ਉਹਦਾ ਵਾਰ ਵਾਰ ਉਹ ਪਾਤਰ ਦਾ। ਦੂਜੀ ਨੂੰ ਅਕਮੂਲੇਸ਼ਨ ਕਹਿੰਦਾ ਕਿ ਉਸ ਪਾਤਰ ਬਾਰੇ ਹੋਰ ਤੱਥ ਤੱਥਾਂ ਦੀ ਪੂੰਜੀ ਜਮ੍ਹਾਂ ਕਰ ਦਿੱਤੀ ਜਾਂਦੀ ਹੈ। ਤੀਜੀ ਉਹ ਕਹਿੰਦਾ ਰਿਲੇਸ਼ਨ, ਕਿ ਉਸ ਪਾਤਰ ਦਾ ਦੂਜੇ ਪਾਤਰਾਂ ਨਾਲ ਮੇਲ ਜੋਲ ਵਧੇਰੇ ਵਿਖਾਇਆ ਜਾਂਦਾ। ਅਤੇ ਚੌਥੀ ਉਹ ਕਹਿੰਦਾ ਟਰਾਂਸਫਰਮੇਸ਼ਨ, ਕਿ ਉਹ ਪਾਤਰ ਤੁਹਾਨੂੰ ਲਗਾਤਾਰ ਬਦਲਦਾ ਹੋਇਆ ਨਜ਼ਰ ਆਉਂਦਾ ਹੈਗਾ, ਇੱਕ ਥਾਂ ਖੜ੍ਹਾ ਹੋਇਆ ਉਸੇ ਤਰ੍ਹਾਂ ਦਾ ਸਟੈਟਿਕ ਪਾਤਰ ਨਜ਼ਰ ਨਹੀਂ ਆਉਂਦਾ। ਇਹਨਾਂ ਲੱਛਣਾਂ ਦੇ ਆਧਾਰ 'ਤੇ ਉਹ ਵੰਡ ਕਰਦਾ ਹੈਗਾ ਕਿ ਜੇ ਕਿਸੇ ਪਾਤਰ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ, ਬਹੁਤ ਸਾਰਾ ਉਹਦੇ ਬਾਰੇ ਤੱਥ ਦਿੱਤੇ ਜਾਂਦੇ ਹੈ, ਬਹੁਤ ਉਹਨੂੰ ਥਾਂ ਦਿੱਤੀ ਜਾਂਦੀ ਹੈ, ਤਾਂ ਇਹਦਾ ਮਤਲਬ ਹੈ ਕਿ ਉਹ ਬਿਰਤਾਂਤਕਾਰ ਦੀਆਂ ਨਜ਼ਰਾਂ ਦੇ ਵਿੱਚ ਨਾਇਕ ਪਾਤਰ ਹੈ। ਜੇ ਉਹਨੂੰ ਥਾਂ ਘੱਟ ਦਿੱਤੀ ਜਾਂਦੀ ਹੈ ਜਾਂ ਉਹ ਸਪੇਸ ਦਿੱਤੀ ਜਾਂਦੀ ਹੈਗੀ ਹੈ, ਤੱਥ ਵੀ ਉਹ ਦਿੱਤੇ ਜਾਂਦੇ ਆ ਜਾਂ ਨਹੀਂ ਦਿੱਤੇ ਜਾਂਦੇ, ਜਿਹੜੇ ਉਹਦੇ ਦਰਸ਼ਕ ਗੁਣਾਂ ਵਾਲੇ ਨਹੀਂ ਔਗਣਾਂ ਵਾਲੇ ਆ, ਤਾਂ ਉਹ ਕੁਦਰਤੀ ਹੈਗਾ ਕਿ ਪਾਤਰ ਉਹ ਖਲਨਾਇਕ ਹੋਊਗਾ। ਤਾਂ ਪ੍ਰਕਾਰਜਹੀਨ ਵੈਸੇ ਪਾਤਰ ਉਹ ਮੁੱਖ ਤੌਰ 'ਤੇ ਉਹਨਾਂ ਪਾਤਰਾਂ ਵੱਲ ਇਸ਼ਾਰਾ ਕਰਦਾ ਜਿਨ੍ਹਾਂ ਦੀ ਆਪਦੀ ਇਸ ਤਰ੍ਹਾਂ ਦੀ ਹੋਂਦ ਨਹੀਂ ਹੁੰਦੀ, ਬਲਕਿ ਜਿਹੜੇ ਕੰਮ ਤਾਂ ਕਰਦੇ ਆ ਪਰ ਕੰਮ ਜਾਂ ਤਾਂ ਉਹ ਨਾਇਕ ਦੀ ਸਹਾਇਤਾ ਲਈ ਕਰਦੇ ਆ ਜਾਂ ਖਲਨਾਇਕ ਦੀ ਸਹਾਇਤਾ ਲਈ ਕਰਦੇ ਆ, ਮਤਲਬ ਆਪਣੀ ਉਹਨਾਂ ਦੀ ਉਸ ਤਰ੍ਹਾਂ ਦੀ ਪਛਾਣ ਜਿਹੜੀ ਸਿੱਧੀ ਨਹੀਂ ਹੁੰਦੀ। ਇਹਨਾਂ ਅਰਥਾਂ ਦੇ ਵਿੱਚ ਉਹਨਾਂ ਨੂੰ ਉਹ ਪ੍ਰਕਾਰਜਹੀਨ ਕਹਿੰਦਾ। ਨਾਇਕ ਹੈ ਜਿਹੜਾ, ਕਿਉਂਕਿ ਪੁਰਾਣੇ ਖਾਸ ਤੌਰ 'ਤੇ ਜਿਹੜੇ ਬਿਰਤਾਂਤ ਸੀ ਮੱਧਕਾਲੀ, ਉਹਨਾਂ ਦੇ ਵਿੱਚ ਨਾਇਕ ਦੀ ਰੂੜੀ ਆਮ ਸੀ, ਆਧੁਨਿਕ ਕਾਲ ਦੇ ਵਿੱਚ ਤਾਂ ਨਹੀਂ। ਜਿਹੜਾ ਨਾਇਕ ਹੈ ਉਹ ਕਹਿੰਦਾ ਕਿ ਉਹਦੀਆਂ ਦੋ ਤਿੰਨ ਗੱਲਾਂ 'ਤੇ ਵਾਰ ਵਾਰ ਬਲ ਦਿੰਦਾ ਉਹ ਜਿਹੜਾ ਬਿਰਤਾਂਤਕਾਰ, ਉਹਦੀ ਯੋਗਤਾ 'ਤੇ, ਉਹਦੀ ਮਹਿਮਾ ਵਾਰ ਵਾਰ ਕਰਨੀ, ਉਹਦੀ ਸੁਤੰਤਰ ਹਸਤੀ 'ਤੇ, ਇੰਡੀਪੈਂਡੈਂਸ ਕੰਮ ਕਰਨ ਦੀ ਜਿਹੜੀ ਸ਼ਕਤੀ ਹੈ ਉਹਦੇ 'ਤੇ, ਉਹਦੇ ਪ੍ਰਕਾਰਜਾਂ ਨੂੰ ਫੰਕਸ਼ਨਾਂ ਨੂੰ ਬਹੁਤ ਉਭਾਰ ਕੇ ਪੇਸ਼ ਕਰਨਾ, ਅਤੇ ਜਾਂ ਦੂਜਿਆਂ ਨਾਲ ਉਹਦੇ ਸੰਬੰਧਾਂ ਦੇ ਵਿੱਚੋਂ ਉਹਨੂੰ ਉਭਾਰਨਾ, ਇਹ ਤਿੰਨ ਚਾਰ ਲੱਛਣ ਨੇ ਜਿਨ੍ਹਾਂ ਦੇ ਆਧਾਰ 'ਤੇ ਉਹ ਕਹਿੰਦਾ ਕਿ ਬਿਰਤਾਂਤ ਦੇ ਵਿੱਚ ਨਾਇਕ ਉੱਭਰ ਆਉਂਦਾ ਹੈਗਾ। ਉਹਦੀ ਸੋਹਣੀ ਦਿੱਖ ਹੈ ਜਾਂ ਸੋਚਣੀ ਹੈ, ਜਾਂ ਉਹਦਾ ਸਾਹਸਮਈ ਜਿਹੜਾ ਐਡਵੈਂਚਰ ਵਾਲਾ ਸੁਭਾਅ ਹੈਗਾ, ਇਸੇ ਤਰ੍ਹਾਂ ਹੀ ਜਿਹੜਾ ਹੈਗਾ ਉਹਦੇ ਹੋਰ ਜਿਹੜੇ ਗੁਣ ਲੱਛਣ ਹੈਗੇ ਆ। ਇੱਕ ਮੀਕਬਲ ਨੇ ਹੋਰ ਜਿਹੜੀ ਇੰਪੋਰਟੈਂਟ ਗੱਲ ਕੀਤੀ ਇਸ ਵੰਨਗੀ ਦੇ ਪ੍ਰਸੰਗ ਦੇ ਵਿੱਚ, ਉਹ ਸੀ ਗੈਰ ਬਿਰਤਾਂਤਕ ਤੱਤਾਂ ਬਾਰੇ। ਉਹ ਕਹਿੰਦਾ ਵੀ ਬਿਰਤਾਂਤਕ ਤੱਤ ਤਾਂ ਜਿਵੇਂ ਪਲਾਟ ਦੀ ਸਿਰਜਣਾ ਹੈ ਜਾਂ ਚਰਿੱਤਰ ਉਸਾਰੀ ਹੈ, ਇਹ ਤਾਂ ਚਲੋ ਹੁੰਦੇ ਹੀ ਨੇ ਮੁੱਖ ਤੌਰ 'ਤੇ। ਉਹ ਕਹਿੰਦਾ ਬਹੁਤ ਸਾਰੇ ਜਿਹੜੇ ਗੈਰ ਬਿਰਤਾਂਤਕ ਤੱਤਾਂ ਦੀ ਵਰਤੋਂ ਹੁੰਦੀ ਹੈ ਬਿਰਤਾਂਤ ਦੇ ਵਿੱਚ, ਜਿਵੇਂ ਵਰਣਨ ਹੈ, ਦ੍ਰਿਸ਼ ਸਿਰਜਣਾ ਹੈ, ਦਲੀਲਾਂ ਦੇਣੀਆਂ, ਟਿੱਪਣੀਆਂ ਕਰਨੀਆਂ,
ਵਿਚਾਰਧਾਰਕ ਸੰਕੇਤਾਂ ਨੂੰ ਵਰਤਣਾ, ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਲੱਛਣ ਜਿਹੜੇ ਹੈਗੇ ਆ ਕੁਛ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਗੈਰ ਵਰਤਾਂਤਕ ਵੇਰਵੇ ਜਾਂ ਤੱਤ ਕਹਿੰਦਾ ਹੈਗਾ, ਅਤੇ ਇਹਨਾਂ ਦੇ ਆਧਾਰ 'ਤੇ ਜਿਹੜਾ ਹੈਗਾ ਕਿਸੇ ਵਰਤਾਂਤ ਨੂੰ ਤੁਸੀਂ ਜਿਹੜਾ ਹੈ ਪੜ੍ਹ ਸਕਦੇ ਹੈਗੇ ਆ। ਤੀਜੀ ਵੰਨਗੀ ਜਿਹੜੀ ਜਿਹਦੇ ਬਾਰੇ ਮੈਂ ਥੋੜ੍ਹੀ ਜਿਹੀ ਗੱਲ ਕਰ ਲੈਂਦਾ ਕਿਉਂਕਿ ਫਿਰ ਟਾਈਮ ਕਾਫੀ ਸਵਾ ਘੰਟਾ ਤੁਹਾਡਾ ਹੋ ਗਿਆ, ਤਾਂ ਮੈਂ ਥੋੜ੍ਹੀ ਜਿਹੀ ਗੱਲ ਕਿਉਂਕਿ ਉਹ ਛੱਡਣੀ ਨਹੀਂ ਚਾਹੁੰਦਾ ਮੈਂ ਉਸ ਗੱਲ ਨੂੰ ਵਿਚਾਲੇ, ਤੁਹਾਨੂੰ ਥੋੜ੍ਹਾ ਜਿਹਾ ਟਾਈਮ ਘੱਟ ਬਚੂਗਾ, ਚਲੋ 15 ਕੁ ਮਿੰਟ ਉਹਦੇ 'ਤੇ ਮੈਂ ਲਾਉਣਾ। ਜਿਹਨੂੰ ਮੈਂ ਰਾਸੀ ਰੂਪਾਤਮਕ ਕਿਹਾ ਤੀਜੀ ਵੰਨਗੀ, ਪੋਲੀਟੀਕਲ ਫਾਰਮਲਿਸਟਿਕ ਇਹਦੇ ਲਈ ਸ਼ਬਦ ਵਰਤਿਆ ਗਿਆ, ਇਹਨੂੰ ਤੁਸੀਂ ਸੌਖੇ ਸ਼ਬਦਾਂ 'ਚ ਉੱਤਰਾਧੁਨਿਕ ਬਿਰਤਾਂਤ ਸ਼ਾਸਤਰ ਵੀ ਕਹਿ ਸਕਦੇ ਹਾਂ, ਪਰ ਮੈਂ ਇਹਨੂੰ ਬਿਰਤਾਂਤ ਸ਼ਾਸਤਰ ਇਸ ਕਰਕੇ ਸ਼ਾਸਤਰ ਸ਼ਬਦ ਵਰਤਣਾ ਮੇਰਾ ਖਿਆਲ ਮੁਨਾਸਿਬ ਨਹੀਂ ਹੋਣਾ ਇਸ ਵੰਨਗੀ ਵਾਸਤੇ। ਕਿਉਂ? ਕਿਉਂਕਿ ਇਹ ਵੰਨਗੀ ਇਸ ਸ਼ਬਦ ਦੇ ਵਿਰੋਧ ਦੇ ਵਿੱਚੋਂ ਪੈਦਾ ਹੁੰਦੀ। ਇਹਨਾਂ ਦੀ ਮੁੱਖ ਧਾਰਨਾ ਹੀ ਇਹ ਸੀਗੀ ਕਿ ਜਿਹੜਾ ਬਿਰਤਾਂਤ ਸ਼ਾਸਤਰ ਹੈ, ਜਿਹੜਾ ਕਿ ਇਹਨੂੰ ਵਿਗਿਆਨ ਵਾਂਗ ਵਿਕਸਿਤ ਕਰਨ ਦਾ ਯਤਨ ਜਿਨ੍ਹਾਂ ਨੇ ਕੀਤਾ, ਉਹ ਕਹਿੰਦੇ ਵੀ ਇਹ ਵਿਗਿਆਨ ਵਾਂਗ ਵਿਕਸਿਤ ਹੋ ਨਹੀਂ ਸਕਦਾ ਇੱਕ ਤਾਂ। ਕਿਉਂ? ਕਿਉਂਕਿ ਇਹ ਵਿਗਿਆਨ ਹੈ ਨਹੀਂ। ਇਸ ਕਰਕੇ ਨਰਟਾਲੋਜੀ ਸ਼ਬਦ ਨੂੰ ਉਹਨਾਂ ਨੇ ਜਿਹੜਾ ਹੈਗਾ ਵਰਤਣ ਤੋਂ ਜਿਹੜਾ ਹੈਗਾ ਗੁਰੇਜ਼ ਕੀਤਾ, ਅਤੇ ਇਹਦਾ ਜਿਹੜਾ ਮੁੱਖ ਤੌਰ 'ਤੇ ਇਹਦੇ ਪਿੱਛੇ ਤਾਂ ਬਹੁਤ ਸਾਰੀ ਥਿਊਰੀ ਕੰਮ ਕਰਦੀ ਹੈਗੀ ਹੈ ਇਸ ਵੰਨਗੀ ਦੇ ਪਿੱਛੇ, ਨੀਤਸ਼ੇ ਤੋਂ ਲੈ ਕੇ ਬਹੁਤ ਸਾਰੇ ਲੋਕ ਨੇ, ਹੋਮੀ ਭਾਬਾ, ਲਿਉਤਾਰਦ, ਇਹਨਾਂ ਦੇ ਨਾਂ ਤੁਸੀਂ ਸੁਣੇ ਹੋਣੇ, ਦਲਿਊਜ਼, ਇਸੇ ਤਰ੍ਹਾਂ ਗਾਇਤਰੀ ਸਪੀਵਾਕ, ਅਤੇ ਜਿਹੜੇ ਮੈਂ ਦੋਵਾਂ ਤਿੰਨਾਂ ਦੀ ਗੱਲ ਕਰਨੀ ਹੈ ਮੁੱਖ ਤੌਰ 'ਤੇ, ਹੇਡਨ ਵਾਈਟ ਦੀ ਅਤੇ ਮਾਰਕ ਕਿਊਰੀ ਦੀ। ਇਹਦੇ ਪਿੱਛੇ ਜਿਹੜੀ ਪਿਛੋਕੜ ਉਹੀ ਕੰਮ ਕਰਦਾ ਹੈ ਜਿਹੜਾ ਉੱਤਰ ਆਧੁਨਿਕ ਚਿੰਤਨ ਦੇ ਪਿੱਛੇ ਕੰਮ ਕਰਦਾ ਸੀਗਾ, ਤਾਂ ਇਸ ਕਰਕੇ ਉਹਨੂੰ ਮੈਂ ਬਹੁਤਾ ਨਹੀਂ, ਥਿਊਰੀ ਨੂੰ ਉਸ ਸਿਧਾਂਤ ਦੇ ਬਾਰੇ ਮੈਂ ਬਹੁਤੀ ਗੱਲ ਨਹੀਂ ਕਰਦਾ, ਫਿਰ ਟਾਈਮ ਆਪਣਾ ਖਤਮ ਹੋ ਜੂਗਾ। ਇਹਨਾਂ ਦਾ ਜਿਹੜਾ ਇਹਨਾਂ ਨੇ ਆਪਦੀ ਗੱਲ ਕਿੱਥੋਂ ਸ਼ੁਰੂ ਕੀਤੀ, ਉਹ ਸੰਵਾਦ ਤੋਂ ਸ਼ੁਰੂ ਕੀਤੀ, ਆਧੁਨਿਕਵਾਦ ਨਾਲ, ਮੋਡਰਨਿਟੀ ਨਾਲ। ਮੋਡਰਨਿਟੀ ਦਾ ਨਾਅਰਾ ਸੀਗਾ ਕਿ ਵੀ ਬੰਦਾ ਜਿਹੜਾ ਹੈਗਾ ਉਹ ਤਾਰਕਿਕ ਕਿਸਮ ਦਾ ਹੁੰਦਾ, ਲੌਜੀਕਲ ਹੁੰਦਾ। ਇਹ ਕਹਿੰਦੇ ਵੀ ਨਾ, ਬੰਦਾ ਤਾਰਕਿਕ ਹੁੰਦਾ ਨਹੀਂ। ਅਤੇ ਬਿਰਤਾਂਤ ਵੀ ਕੋਈ ਵਿਗਿਆਨਕ ਕਿਸਮ ਦਾ ਡਿਸਕੋਰਸ ਨਹੀਂ ਹੁੰਦਾ, ਇਸੇ ਤਰ੍ਹਾਂ ਹੀ ਉਹਦੇ 'ਚੋਂ ਗੱਲ ਨਿਕਲੀ। ਤਾਂ ਇਹਨਾਂ ਨੇ ਜਿਵੇਂ ਤੁਸੀਂ ਵੇਖਿਆ ਹੀ ਹੈ ਕਿ ਸਾਰ ਚੀਜ਼ ਦੇ ਨਾਲ ਉੱਤਰ ਸ਼ਬਦ ਲਾਤਾ, ਹੈ ਨਾ, ਹਰ ਚੀਜ਼ ਦੇ ਨਾਲ ਹੀ ਉੱਤਰ, ਚਾਹੇ ਪੋਸਟ ਕਲੋਨੀਲਿਜ਼ਮ ਹੈ, ਹੈ ਨਾ, ਪੋਸਟ ਇੰਡਸਟਰੀਲਿਜ਼ਮ ਹੈ, ਜਾਂ ਹਰ ਚੀਜ਼ ਦੇ ਨਾਲ। ਉਹਦਾ ਮਤਲਬ ਕੀ ਸੀਗਾ ਕਿ ਇਹਨਾਂ ਨੇ ਜਿਹੜਾ ਆਧੁਨਿਕਵਾਦ ਨਾਲ ਜਿਹੜਾ ਸੰਵਾਦ ਹੈ, ਆਧੁਨਿਕਵਾਦ ਦਾ ਵਿਸਥਾਰ ਵੀ ਕੀਤਾ, ਉਹਦਾ ਵਿਰੋਧ ਵੀ ਕੀਤਾ, ਅਤੇ ਉਹਦੀ ਪੁਨਰ ਸਿਰਜਣਾ ਵੀ ਕੀਤੀ। ਜਾਣੀ ਐਂ ਨਹੀਂ ਗਾ ਕਿ ਵੀ ਉਹਨੂੰ ਬਿਲਕੁਲ ਰੱਦ ਕਰਕੇ
ਪਾਸੇ ਰੱਖਤਾ। ਇਸ ਤਰ੍ਹਾਂ ਨਹੀਂ, ਇਹਨੂੰ ਇਹਨਾਂ ਅਰਥਾਂ ਦੇ ਵਿੱਚ ਸਮਝਣਾ ਚਾਹੀਦਾ। ਅਤੇ ਇਹਨਾਂ ਦਾ ਮੂਲ ਸੰਕਲਪ ਇਹ ਆਇਆ ਸਾਹਮਣੇ ਕਿ ਜਿਹੜਾ ਸੱਚ ਹੈਗਾ ਉਹਦਾ ਕੋਈ ਕੇਂਦਰ ਨਹੀਂ ਹੁੰਦਾ, ਸੈਂਟਰ ਨਹੀਂ ਹੁੰਦਾ ਉਹਦਾ ਕੋਈ ਸੱਚ ਦਾ। ਇਹਨੂੰ ਥਿਊਰੀ ਆਫ ਰੈਲੇਟਿਵਿਟੀ ਨਾਲ ਵੀ ਜੋੜਿਆ ਜਾਂਦਾ, ਯਾਨੀ ਚੀਜ਼ਾਂ ਸੁਪੇਖਕ ਹੁੰਦੀਆਂ, ਦੂਜੀਆਂ ਚੀਜ਼ਾਂ ਦੇ ਪ੍ਰਸੰਗ 'ਚ ਅਰਥ ਲੈਂਦੀਆਂ, ਆਪਣੇ ਆਪ ਦੇ ਵਿੱਚ ਚੀਜ਼ਾਂ ਨਹੀਂ। ਯਾਨੀ ਜਿਵੇਂ ਪ੍ਰੇਮ ਪ੍ਰਕਾਸ਼ ਪੰਜਾਬੀ ਦਾ ਕਹਾਣੀਕਾਰ ਕਹਿੰਦਾ ਨਾ ਕਿ ਸੱਚ ਉਹੀ ਹੁੰਦਾ ਜਿਹੜਾ ਪ੍ਰਸਥਿਤੀਆਂ ਦਿੰਦੀਆਂ, ਕੋਈ ਐਬਸੋਲਿਊਟ ਸੱਚ ਨਹੀਂ ਹੁੰਦਾ। ਇਹ ਗੱਲ ਨੂੰ ਤੁਸੀਂ ਸੌਖੇ ਸ਼ਬਦਾਂ 'ਚ ਉਸ ਤਰ੍ਹਾਂ ਸਮਝ ਸਕਦੇ ਹੈਗੇ ਆ। ਫਿਰ ਸੱਚ ਦੀ ਤਲਾਸ਼ ਕਿਵੇਂ ਹੋਵੇ? ਉਹ ਕਹਿੰਦੇ ਵੀ ਜਿਹੜੇ ਬਹੁਤ ਸਾਰੀਆਂ ਆਵਾਜ਼ਾਂ ਨੇ, ਬਹੁਤ ਸਾਰੇ ਸੱਚ ਨੇ ਲੋਕਾਂ ਦੇ ਆਪੋ ਆਪਣੇ, ਉਹਨਾਂ ਨੂੰ ਕ੍ਰੋਸ ਐਗਜ਼ਾਮਿਨ ਕਰਕੇ, ਉਹਨਾਂ ਦੀ ਪੁਣਛਾਣ ਕਰਕੇ ਤੁਸੀਂ ਸੱਚ ਦੇ ਵੱਧ ਤੋਂ ਵੱਧ ਨੇੜੇ ਪਹੁੰਚ ਸਕਦੇ ਹੈ। ਓਬਜੈਕਟਿਵ ਕਿਸਮ ਦਾ ਜਿਹੜਾ ਬਿਲਕੁਲ, ਜੋ ਕੋਈ ਬੰਦਾ ਕਹੇ ਕਿ ਨਹੀਂ ਸਾਰਾ ਸੱਚ ਮੇਰੇ ਕੋਲ ਹੀ ਹੈ, ਇਹ ਗੱਲ ਧਾਰਨਾ ਨੂੰ ਉਹ ਜਿਹੜੀ ਹੈਗੀ ਰੱਦ ਕਰਦੇ ਹੈ। ਜਿਹਨੂੰ ਮਾਰਕਸਵਾਦ ਸਮਾਜ ਨੂੰ ਜਿਸ ਤਰ੍ਹਾਂ ਸ਼੍ਰੇਣੀਆਂ ਨਾਲ ਸਮਝਦਾ ਸੀ, ਇਹਨਾਂ ਉਹਦੇ ਨੇੜੇ ਤੇੜੇ ਦੀ ਚੀਜ਼ ਇਹ ਗ੍ਰੈਂਡ ਨੈਰੇਟਿਵ ਅਤੇ ਲਿਟਲ ਨੈਰੇਟਿਵ ਦੇ ਵਿੱਚ ਸਮਝਦੇ ਆ। ਕਿਉਂ ਇਹ, ਕਿਉਂ ਨਵੇਂ ਸ਼ਬਦਾਂ ਦੀ ਲੋੜ ਕੀ ਹੈਗੀ ਆ? ਇਸ ਕਰਕੇ ਕਿ ਜਿਹੜੀ ਸ਼੍ਰੇਣੀ ਹੈ, ਮੰਨ ਲਓ ਸ਼੍ਰੇਣੀ ਦੇ ਵਿੱਚ ਜਿਹੜੀਆਂ ਅਗਲੀਆਂ ਛੋਟੀਆਂ ਸ਼੍ਰੇਣੀਆਂ ਉਹਨਾਂ ਦਾ ਵਜੂਦ ਖਤਮ ਹੋ ਜਾਂਦਾ। ਮੰਨ ਲਓ ਜੇ ਮੈਂ ਕਹਦਾ ਮਿਡਲ ਕਲਾਸ, ਮੱਧ ਵਰਗ, ਅਤੇ ਮੱਧ ਵਰਗ ਦੇ ਅੱਗੇ ਜਿਹੜੀਆਂ ਸ਼੍ਰੇਣੀਆਂ, ਮੰਨ ਲਓ ਇੱਕ ਔਰਤ ਅਤੇ ਇੱਕ ਔਰਤਾਂ ਦੀ, ਫਿਰ ਇੱਕ ਔਰਤਾਂ ਦਾ ਮੱਧ ਵਰਗ ਹੋ ਗਿਆ, ਹੈ ਨਾ। ਇੱਕ ਕੋਈ ਮੰਨ ਲਓ ਕੋਈ ਟਰਾਂਸਜੈਂਡਰ ਵੀ ਮੱਧ ਵਰਗ 'ਚ ਹੋ ਸਕਦਾ ਆਰਥਿਕ ਤੌਰ 'ਤੇ ਤਾਂ। ਅਤੇ ਇਸੇ ਤਰ੍ਹਾਂ ਜਿਹੜੇ ਛੋਟੇ ਵਰਗ ਨੇ ਉਹਨਾਂ ਦੇ ਵਿੱਚ ਵੀ ਵੱਖ ਵੱਖ ਜਿਹੜੀਆਂ ਪਛਾਣਾਂ ਹੈਗੀਆਂ ਉਹਨਾਂ ਨੂੰ ਮਹੱਤਵ ਜ਼ਿਆਦਾ ਦਿੱਤੀ ਇਸ ਥਿਊਰੀ ਨੇ। ਤਾਂ ਇਹਦੇ 'ਚ ਜਿਹੜੇ ਦੋ ਬੰਦਿਆਂ ਦਾ ਮੈਂ ਜਿਹੜੇ ਥਿੰਕਰਸ ਦਾ ਜ਼ਿਕਰ ਕਰਨਾ ਹੈਗਾ, ਪਹਿਲਾਂ ਹੇਡਨ ਵਾਈਟ, ਜਿਹਦੀ ਕਿਤਾਬ ਦਾ ਨਾਂ ਹੀ ਸੀ ਮੈਟਾ ਹਿਸਟਰੀ, ਜਿਹਦੀ ਧਾਰਨਾ ਇਹ ਸੀਗੀ ਕਿ ਜਿਹੜਾ ਇਤਿਹਾਸ ਹੈਗਾ ਇਹ ਸ਼ੁੱਧ ਰੂਪ 'ਚ ਇਤਿਹਾਸ ਨਹੀਂ ਹੁੰਦਾ, ਬਲਕਿ ਬਿਰਤਾਂਤ ਵਰਗੀ ਚੀਜ਼ ਹੀ ਹੁੰਦਾ। ਕਿਉਂ? ਕਿਉਂਕਿ ਉਹਨੂੰ ਵੀ ਕੋਈ ਲਿਖਣ ਵਾਲਾ ਹੁੰਦਾ ਅਤੇ ਲਿਖਣ ਵਾਲੇ ਦੀ ਸਬਜੈਕਟਿਵਿਟੀ ਉਹਦੇ ਵਿੱਚ ਆ ਜਾਂਦੀ ਹੈ। ਇਸੇ ਕਰਕੇ ਸਾਰਿਆਂ ਦਾ ਇਤਿਹਾਸ ਇੱਕੋ ਜਿਹਾ ਨਹੀਂ ਹੁੰਦਾ। ਮੰਨ ਲਓ ਕਿਸੇ ਵੀ ਘਟਨਾ ਬਾਰੇ, ਜੇ ਸਿੱਖੀ ਬਾਰੇ ਹੀ ਹੈ ਤਾਂ ਸਿੱਖਾਂ ਦਾ ਲਿਖਿਆ ਇਤਿਹਾਸ ਹੋਰਨਾਂ ਦਾ ਲਿਖਿਆ ਇਤਿਹਾਸ ਉਹ ਸਾਰਾ ਇੱਕ ਨਹੀਂ ਹੋਊਗਾ। ਤਾਂ ਅੱਜ ਕੱਲ੍ਹ ਦਲਿਤਾਂ ਬਾਰੇ ਵੀ ਇਹੀ ਗੱਲ ਹੈਗੀ ਕਿ ਦਲਿਤ ਇਹ ਆਮ ਮਤਲਬ ਕਿਹਾ ਜਾਂਦਾ ਹੈ ਕਿ ਵੀ ਜਿਹੜਾ ਸਥਾਪਤੀ ਵੱਲੋਂ ਲਿਖਿਆ ਗਿਆ ਇਤਿਹਾਸ ਹੈ ਉਹ ਸਾਡਾ ਇਤਿਹਾਸ ਨਹੀਂ ਗਾ, ਅਸੀਂ ਇਹ ਇਤਿਹਾਸ ਆਪ ਲਿਖਾਂਗੇ, ਸਾਡਾ ਇਤਿਹਾਸ ਹੋਰ ਹੋਊਗਾ। ਤਾਂ ਇਹ ਸਬਜੈਕਟਿਵਿਟੀ ਦੇ ਆਧਾਰ 'ਤੇ ਉਹ ਹਿਸਟਰੀ ਨੂੰ ਮੈਟਾ ਹਿਸਟਰੀ ਸ਼ਬਦ ਜਿਹੜਾ ਹੈਗਾ ਉਹ ਵਰਤਦਾ ਹੈਗਾ। ਉਹਦੀ ਕਿਤਾਬ ਇੱਕ ਬਿਰਤਾਂਤ ਸ਼ਾਸਤਰ ਬਾਰੇ, ਇਹਦੇ 'ਚ ਵੀ ਹੈਗੀਆਂ ਬਹੁਤ ਸਾਰੀਆਂ ਗੱਲਾਂ। ਦੀ ਕੰਟੈਂਟ ਆਫ ਦਾ ਫੋਰਮ ਉਹ ਬਹੁਤ ਮਸ਼ਹੂਰ ਕਿਤਾਬ ਹੈਗੀ ਹੈ ਜਿਹਦੇ ਵਿੱਚ ਉਹਨੇ ਇਹ ਗੱਲਾਂ ਕੀਤੀਆਂ ਬਿਰਤਾਂਤ ਸ਼ਾਸਤਰ ਬਾਰੇ। ਉਹਦੀ ਧਾਰਨਾ ਹੈਗੀ ਹੈ ਕਿ ਤੱਥ ਹੁੰਦੇ ਹੈ ਪਰ ਤੱਥ ਆਪਣੇ ਆਪ ਨਹੀਂ ਬੋਲ ਸਕਦੇ।
ਤੱਥਾਂ ਨੂੰ ਬੁਲਾਉਣ ਵਾਸਤੇ ਕੋਈ ਚਾਹੀਦਾ ਹੈ, ਅਤੇ ਜਿਹੜਾ ਉਹਨਾਂ ਨੂੰ ਬੁਲਾਉਂਦਾ ਉਹਨਾਂ ਦੀ ਵਿਆਖਿਆ ਕਰਦਾ, ਉਹਦੀ ਵਿਚਾਰਧਾਰਾ ਉਹਨਾਂ ਤੱਥਾਂ ਦੇ ਵਿੱਚ ਵਿਆਖਿਆ ਦੇ ਵਿੱਚ ਸ਼ਾਮਿਲ ਹੋ ਜਾਂਦੀ ਹੈ। ਇਸ ਕਰਕੇ ਜਿਹੜਾ ਤੁਸੀਂ ਚਾਹੇ ਇਸ ਦੇ ਬੇਸ 'ਤੇ ਇਤਿਹਾਸ ਦੀ ਦਾ ਅਧਿਐਨ ਕਰੋ, ਚਾਹੇ ਬਿਰਤਾਂਤ ਦਾ ਅਧਿਐਨ ਕਰੋ, ਤਾਂ ਤੁਹਾਨੂੰ ਕੀ ਕਰਨਾ ਪਊਗਾ, ਤੁਹਾਨੂੰ ਤੱਥਾਂ ਦੇ ਨਾਲ ਨਾਲ ਉਹਨਾਂ ਤੱਥਾਂ ਦੀ ਵਿਆਖਿਆ ਕਰਨ ਵਾਲੇ ਦੀ ਦ੍ਰਿਸ਼ਟੀ ਨੂੰ ਵੀ ਵੇਖਣਾ ਪਊਗਾ। ਇਸੇ ਤਰ੍ਹਾਂ ਬਿਰਤਾਂਤਕਾਰ ਜਿਹਨੇ ਬਿਰਤਾਂਤ ਸਿਰਜਿਆ ਹੈ ਉਹਦੀ ਦ੍ਰਿਸ਼ਟੀ ਨੂੰ ਵੀ ਇਸੇ ਤਰ੍ਹਾਂ ਹੀ ਵੇਖਣਾ ਪਊਗਾ ਕਿ ਵੀ ਇਹ ਕਿੱਥੋਂ ਖੜ੍ਹ ਕੇ, ਕਿਸ ਕੋਣ ਤੋਂ ਖੜ੍ਹ ਕੇ ਬਿਰਤਾਂਤ ਸਿਰਜ ਰਿਹਾ ਹੈਗਾ, ਕਿਉਂ ਇਹ ਗੱਲਾਂ ਜਿਹੜੀਆਂ ਹੈਗੀਆਂ ਉਹ ਕਰ ਰਿਹਾ ਹੈਗਾ, ਯਾਨੀ ਬਿਰਤਾਂਤ ਕੌਣ ਪੇਸ਼ ਕਰ ਰਿਹਾ ਹੈਗਾ, ਕਿਉਂ ਕਰ ਰਿਹਾ ਹੈਗਾ, ਕਿਸ ਵਿਧੀ ਨਾਲ ਕਰ ਰਿਹਾ ਹੈਗਾ, ਕਿੰਨਾ ਸ਼ਬਦਾਂ ਰਾਹੀਂ ਕਰ ਰਿਹਾ ਹੈਗਾ, ਇਹ ਸਾਰੇ ਸਵਾਲ ਜੇ ਤੁਸੀਂ ਹੇਡਨ ਵਾਈਟ ਕਹਿੰਦਾ ਵੀ ਤੁਹਾਡੇ ਸਾਹਮਣੇ ਹੋਣਗੇ ਜਦੋਂ ਤੁਸੀਂ ਬਿਰਤਾਂਤ ਦੀ ਜਾਂ ਇਤਿਹਾਸ ਦੀ ਜਿਹੜੀ ਹੈਗੀ ਹੈ ਉਹ ਹਿਸਟੋਰੀਓਗ੍ਰਾਫੀ ਨੂੰ ਵੀ ਉਹ ਆਰਟ ਆਫ ਸਾਇੰਸ ਕਹਿੰਦਾ, ਤਾਂ ਇਹਦੇ ਵਾਸਤੇ ਇਤਿਹਾਸ ਵਾਸਤੇ ਵੀ ਉਹ ਇਹਨੂੰ ਸ਼ੁੱਧ ਸਾਇੰਸ ਦੀ ਬਜਾਏ ਉਹ ਕਹਿੰਦਾ ਇਹ ਪ੍ਰੋਟੋ ਸਾਇੰਸ ਹੁੰਦੀ ਹੈ, ਅਰਧ ਵਿਗਿਆਨ ਹੁੰਦਾ, ਯਾਨੀ ਕਹਿਣ ਤੋਂ ਭਾਵ। ਤਾਂ ਇਸ ਕਰਕੇ ਉਹ ਕਹਿੰਦਾ ਵੀ ਕੋਈ ਵੀ ਚੀਜ਼ ਨਿਊਟਰਲ ਨਹੀਂ ਹੁੰਦੀ, ਬਲਕਿ ਉਹਦੇ ਵਿੱਚ ਵੈਲਿਊ ਜੁੜੀ ਵੀ ਹੁੰਦੀ ਹੈ, ਜੱਜਮੈਂਟ ਜੁੜੀ ਵੀ ਹੁੰਦੀ ਹੈ। ਇਸ ਕਰਕੇ ਤੁਸੀਂ ਕਿਸੇ ਦੇ ਵੀ ਡਿਸਕੋਰਸ ਨੂੰ, ਕਿਸੇ ਦੇ ਵੀ ਸ਼ਬਦ ਨੂੰ ਨੈਚੁਰਲ ਰੂਪ 'ਚ ਕਦੀ ਵੀ ਨਹੀਂ ਲੈ ਸਕਦੇ। ਇਹ ਉਹਦੀਆਂ ਨਵੀਆਂ ਗੱਲਾਂ ਸੀਗੀਆਂ ਜਿਨ੍ਹਾਂ ਦੇ ਆਧਾਰ 'ਤੇ ਇਹ ਵੰਨਗੀ ਦਾ ਜਿਹੜਾ ਬਿਰਤਾਂਤ ਸ਼ਾਸਤਰ ਹੈਗਾ ਉਹ ਪੈਦਾ ਹੋਇਆ, ਅਤੇ ਉਹਨੇ ਵੰਡ ਕੀਤੀ ਦੁਨੀਆ ਭਰ ਦੇ ਜਿਹੜੇ ਸਾਰੇ ਬਿਰਤਾਂਤ ਹੈ ਉਹਨਾਂ ਦੀ ਵੰਡ ਕੀਤੀ ਕਾਹਦੇ ਆਧਾਰ 'ਤੇ, ਕਿ ਉਹਦੇ 'ਚ ਜਿਹੜੀ ਰਿਐਲਿਟੀ ਹੈ, ਯਥਾਰਥ ਹੈ, ਉਹਦਾ ਪ੍ਰਤੀਬਿੰਬ ਕਿਵੇਂ ਸਿਰਜਿਆ ਗਿਆ ਹੈ, ਕਿਸ ਵਿਧੀ ਨਾਲ ਸਿਰਜਿਆ ਗਿਆ, ਇਹਦੇ ਆਧਾਰ 'ਤੇ ਵੰਡ ਕੀਤੀ ਉਹਨੇ ਰੋਮਾਂਸ, ਕੋਮੇਡੀ, ਟ੍ਰੈਜਡੀ ਅਤੇ ਸਟਾਇਰ, ਇਹ ਚਾਰ ਵੰਨਗੀਆਂ ਦੇ ਬਿਰਤਾਂਤ ਨੂੰ ਵੰਡਿਆ, ਸਾਰੇ ਬਿਰਤਾਂਤ ਦੀਆਂ ਵੰਨਗੀਆਂ ਨੂੰ। ਉਹ ਕਹਿੰਦਾ ਵੀ ਜੇ ਇਹਨਾਂ ਚਾਰਾਂ ਦੇ ਵਿੱਚੋਂ ਤੁਸੀਂ ਕਿਸੇ ਇੱਕ ਵਿਧੀ ਰਾਹੀਂ ਯਥਾਰਥ ਨੂੰ ਰੀਪ੍ਰਜੈਂਟ ਕਰ ਰਹੇ ਹੋਵੋਗੇ, ਉਹਦੀ ਵਿਆਖਿਆ ਜਿਹੜੀ ਹੈਗੀ ਹੈ ਉਹ ਕਰ ਰਹੇ ਹੋਵੋਗੇ। ਦੂਜਾ ਜਿਹੜਾ ਇਹਦੇ 'ਚ ਵੱਡਾ ਨਾਂ ਹੈਗਾ ਮਾਰਕ ਕਿਊਰੀ, ਜਿਹਦੀ ਪੰਜਾਬੀ ਦੇ ਵਿੱਚ ਵੀ ਕਿਤਾਬ ਹੈ, ਪੰਜਾਬੀਆਂ ਨੇ ਵੀ ਬਹੁਤ ਪੜ੍ਹੀ ਗਈ ਕਿਤਾਬ, ਇਹ ਤੁਸੀਂ ਵੀ ਸ਼ਾਇਦ ਪੜ੍ਹੀ ਹੋਵੇ, ਉਹਦੀ ਕਿਤਾਬ ਦੀ ਪੋਸਟ ਮਾਡਰਨ ਨੈਰੇਟਿਵ ਥਿਊਰੀ, ਇਹ 1998 'ਚ ਛਪੀ ਸੀਗੀ ਕਿਤਾਬ। ਤਾਂ ਇਹਨੇ ਨਰੇਟਾਲੋਜੀ ਸ਼ਬਦ ਨਹੀਂ ਵਰਤਿਆ, ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਇਸ ਵੰਨਗੀ ਦੇ ਬਿਰਤਾਂਤ ਸ਼ਾਸਤਰੀਆਂ ਨੇ ਨਰੇਟਾਲੋਜੀ ਸ਼ਬਦ ਵਰਤਣ ਤੋਂ ਪਰਹੇਜ਼ ਕੀਤਾ। ਕਿਉਂ? ਕਿਉਂਕਿ ਉਹ ਕਹਿੰਦੇ ਸੀਗੇ ਕਿ ਵੀ ਇਹ ਤਾਂ ਇਹਨਾਂ ਨੇ ਤਾਂ ਆਪਦਾ ਕੰਮ ਹੀ ਡੈਥ ਆਫ ਨਰੇਟਾਲੋਜੀ ਤੋਂ ਸ਼ੁਰੂ ਕੀਤਾ, ਜਿਵੇਂ ਰੂਪਵਾਦੀਆਂ ਨੇ ਜਾਂ ਸੰਰਚਨਾਵਾਦੀਆਂ ਨੇ ਡੈਥ ਆਫ ਆਥਰ ਤੋਂ ਸ਼ੁਰੂ ਕੀਤਾ ਸੀ, ਇਹਨਾਂ ਨੇ ਉਹ ਰਿਵਾਈਵ ਕਰਤੀਆਂ ਚੀਜ਼ਾਂ। ਇਹਨਾਂ ਨੇ ਨਵ ਇਤਿਹਾਸਵਾਦ ਨੂੰ ਦੀ ਮਦਦ ਲੈ ਕੇ, ਕਹਿ ਲਓ ਇਹਨਾਂ ਦੇ ਪਿੱਛੇ ਜੇ ਕੋਈ ਦਰਸ਼ਨ ਕੰਮ ਕਰਦਾ, ਸਿਧਾਂਤ ਕੰਮ ਕਰਦਾ ਇਸ ਵੰਨਗੀ ਦੇ ਪਿੱਛੇ, ਤਾਂ ਉਹ ਨਵ ਇਤਿਹਾਸਵਾਦ ਦਾ ਹੈ। ਤਾਂ ਇਹਨਾਂ ਨੇ ਕਿਹਾ ਕਿ ਵੀ ਤੁਸੀਂ ਲੇਖਕ ਦਾ ਪ੍ਰਸੰਗ ਵੀ ਨਾਲ ਰੱਖ ਕੇ ਬਿਰਤਾਂਤ ਨੂੰ ਪੜ੍ਹਨਾ,
ਅਤੇ ਨਾਲ ਹੀ ਸਮਾਜ ਦੇ ਸੰਦਰਭ ਨੂੰ ਵੀ ਨਾਲ ਰੱਖ ਕੇ ਪੜ੍ਹਨਾ, ਅਤੇ ਤਾਂ ਉਹਦੇ ਸਟਰਕਚਰ ਦੀ ਸਹੀ ਸਮਝ ਆਊਗੀ ਤੁਹਾਨੂੰ, ਤਾਂ ਜਿਹੜਾ ਹੈਗਾ ਉਹਦੇ ਨੂੰ ਤੁਸੀਂ ਡੀਕੋਡ ਕਰ ਸਕਦੇ ਹਾਂ। ਇਹਨਾਂ ਨੇ ਜਿਹੜੀ ਵਿਧੀ ਵਰਤੀ ਬਿਰਤਾਂਤਾਂ ਨੂੰ ਸਮਝਣ ਵਾਸਤੇ, ਉਹ ਡੀਕੰਸਟਰਕਸ਼ਨ ਦੀ ਵਰਤੀ, ਜਿਹੜੀ ਜਿਹਨੂੰ ਵਰਚਨਾ ਤੁਸੀਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ। ਤਾਂ ਮੁੱਖ ਤੌਰ 'ਤੇ ਇਹਨਾਂ ਨੇ ਕਿਹਾ, ਇੱਕ ਇਹਨਾਂ ਦਾ ਸਲੋਗਨ ਹੈ ਇੱਕ ਤਰ੍ਹਾਂ ਨਾਲ, ਮਾਰਕ ਕਿਊਰੀ ਦੀ ਕਿਤਾਬ ਦੇ ਵਿੱਚ ਤੁਸੀਂ ਉਹ ਪੜ੍ਹੋਗੇ, ਉਹ ਕਹਿੰਦਾ ਕਿ ਹਿਊਮਨਸ ਆਰ ਨੈਰੇਟਿਵ ਐਨੀਮਲਸ। ਅੱਜ ਕੱਲ੍ਹ ਹਰਾਰੀ ਦੀਆਂ ਕਿਤਾਬਾਂ ਬਹੁਤ ਮਸ਼ਹੂਰ ਹੋਈਆਂ ਵੀ ਆ, ਤੁਸੀਂ ਸ਼ਾਇਦ ਕਿਸੇ ਨੇ ਪੜ੍ਹੀ ਵੀ ਹੋਵੇ, 21 ਲੈਸਨਸ ਫਾਰ 21 ਸੈਂਚਰੀ, ਪੜ੍ਹੀ ਕਿਸੇ ਨੇ? ਅਤੇ ਉਹ ਵੀ ਕਹਿੰਦਾ ਕਿ ਬੰਦੇ ਦੀ ਬਾਕੀ ਪ੍ਰਾਣੀਆਂ ਨਾਲੋਂ ਖਾਸੀਅਤ ਕੀ ਹੈ, ਕਿ ਬੰਦਾ ਕਹਾਣੀਆਂ ਸੁਣਾਉਂਦਾ ਅਤੇ ਬੰਦਾ ਕਹਾਣੀਆਂ ਸੁਣਦਾ, ਇਹ ਜਿਹੜੀ ਰੁਚੀ ਹੈ ਬੰਦੇ ਦੀ, ਉਹਦੀ ਨੇਚਰ ਦੇ ਵਿੱਚ, ਸੁਭਾਅ ਦੇ ਵਿੱਚ, ਇਹ ਉਹਨੂੰ ਦੂਜਿਆਂ ਨਾਲੋਂ ਵੱਖਰਾ ਕਰਦੀ ਹੈ। ਅਤੇ ਉਹਦੀ ਬੜੀ ਵਿਆਖਿਆ ਕੀਤੀ ਹੈ ਲੰਬੀ ਚੌੜੀ, ਉਹ ਹਰੇਕ ਚੀਜ਼ ਨੂੰ ਕਹਾਣੀ ਵਾਂਗ ਲੈਂਦਾ, ਬੰਦੇ ਕਹਾਣੀਆਂ ਮੁਤਾਬਕ ਆਪਦੀ ਜ਼ਿੰਦਗੀ ਬਿਤਾ ਦਿੰਦੇ, ਕਹਾਣੀਆਂ ਸਿਰਫ ਐਂ ਨਹੀਂ, ਬਾਤਾਂ ਨਹੀਂ। ਉਦਾਹਰਣ ਦੇ ਤੌਰ 'ਤੇ ਉਹ ਕਹਿੰਦਾ ਵੀ ਮਾਰਕਸਿਜ਼ਮ ਵੀ ਇੱਕ ਕਹਾਣੀ ਹੈ, ਬੰਦਾ ਇਹਦੇ ਲੜ ਲੱਗ ਕੇ ਸਾਰੀ ਉਮਰ ਆਪਦੀ ਇਹਨੂੰ ਸਮਰਪਿਤ ਕਰ ਦਿੰਦਾ, ਅਤੇ ਇਸੇ ਤਰ੍ਹਾਂ ਬਾਕੀ ਵਿਚਾਰਧਾਰਾਵਾਂ ਵੀ ਇੱਕ ਕਹਾਣੀਆਂ ਵਾਂਗ ਹੀ ਲੈਂਦਾ ਉਹ। ਇਹ ਚਲੋ ਹੋਰ ਪਾਸੇ ਗੱਲ ਚਲੀ ਜਾਊਗੀ, ਮੈਂ ਚਾਹੁੰਦਾ ਕਿ ਵੀ ਇਸ ਗੱਲ ਨੂੰ ਮੈਂ ਥੋੜ੍ਹਾ ਸਮਾਪਤ ਕਰਾਂ। ਅਤੇ ਜਾਣੀ ਮਨੁੱਖ ਨੂੰ ਬਿਰਤਾਂਤਮਈ ਪ੍ਰਾਣੀਆਂ ਵਾਂਗ ਲੈਣਾ, ਇਹ ਇਸ ਤਰ੍ਹਾਂ। ਅਤੇ ਇਹਨਾਂ ਨੇ ਜਿਹੜੇ ਤਿੰਨ ਕਨਸੈਪਟ ਨੇ ਮੁੱਖ ਤੌਰ 'ਤੇ ਜਿਨ੍ਹਾਂ 'ਤੇ ਇਹਨਾਂ ਨੇ ਗੱਲ ਕੀਤੀ ਬਿਰਤਾਂਤ ਨੂੰ ਸਮਝਣ ਵਾਸਤੇ, ਅਤੇ ਨਵੀਂ ਗੱਲ ਕੀਤੀ ਕਿ ਨਵਾਂ ਕੀ ਆ ਗਿਆ ਬਿਰਤਾਂਤ ਦੇ ਵਿੱਚ। ਪਹਿਲੀ ਉਹ ਕਹਿੰਦੇ ਕਿ ਜਿਹੜੇ ਡਿਸਕਵਰੀ ਟੂ ਇਨਵੈਂਸ਼ਨ, ਵੀ ਜਿਹੜਾ ਤੁਸੀਂ ਤੱਥਾਂ ਦੀ ਖੋਜ ਨਹੀਂ ਕਰਨੀ, ਸਿਰਫ ਤੱਥ ਸਿਰਜਣੇ ਆ। ਜਿਹੜਾ ਬਿਰਤਾਂਤ 'ਤੇ ਅਧਿਐਨ ਕਰ ਰਿਹਾ ਹੈਗਾ, ਗੱਲਾਂ ਥੋੜ੍ਹੀਆਂ ਜਿਹੀਆਂ ਔਖੀਆਂ, ਇਹ ਟੈਕਨੀਕਲ ਹੈ ਥੋੜ੍ਹੀਆਂ ਜਿਹੀਆਂ, ਜਿਹੜਾ ਸਮੀਖਕ ਹੈ ਜਾਂ ਸਿਧਾਂਤਕਾਰ ਹੈ ਉਹਨੇ ਸਿਰਫ ਪਏ ਹੋਏ ਤੱਥ ਨਹੀਂ ਗੇ ਵੀ ਜਿਹੜੇ ਤੁਹਾਨੂੰ ਕੱਢ ਕੇ ਦਿਖਾ ਦੇਣੇ ਆ ਨਾਵਲ ਦੇ ਵਿੱਚ ਵੀ ਆਹ ਪਏ ਹੈ ਜੀ, ਇਹ ਨਹੀਂ ਗਾ। ਉਹਨੇ ਸਿਰਜਣਾ ਕਰਨੀ, ਉਹਨਾਂ ਦੀ ਪੁਨਰ ਸਿਰਜਣਾ ਕਰਨੀ ਹੈ, ਇਨਵੈਂਸ਼ਨ ਕਰਨੀ ਹੈ, ਖੋਜ ਕਰਨੀ ਹੈ, ਜਾਣੀ ਉਹਨਾਂ ਨੂੰ ਨਵੇਂ ਅਰਥ ਤੁਹਾਡੇ ਸਾਹਮਣੇ, ਨਵੀਂ ਵਿਆਖਿਆ ਕਰਨੀ ਹੈ। ਉਹ ਕਹਿੰਦਾ ਵੀ ਜਿਹੜੇ ਦੂਜੇ ਉਹਨਾਂ ਦਾ ਸ਼ਬਦ ਹੈ, ਕੋ ਹਰ ਮਤਲਬ ਇਕਸਾਰਤਾ ਤੋਂ ਜਟਿਲਤਾ ਵੱਲ ਨੂੰ ਜਾਣਾ, ਕੋਹਰੈਂਸ ਤੋਂ ਕੰਪਲੈਕਸਿਟੀ ਵੱਲ ਨੂੰ ਜਾਣਾ, ਇਹ ਸ਼ਬਦ ਤੋਂ ਲੈ ਕੇ ਡਿਸਕੋਰਸ ਤੱਕ ਗੱਲ ਲਾਗੂ ਹੁੰਦੀ ਹੈ ਇਹ। ਅਤੇ ਤੀਜੀ ਹੈਗੀ ਉਹਨਾਂ ਦੀ ਧਾਰਨਾ, ਕਾਵਿ ਸ਼ਾਸਤਰ ਤੋਂ ਰਾਜਨੀਤੀ ਵੱਲ ਨੂੰ ਜਾਣਾ, ਪੋਇਟਿਕਸ ਤੋਂ ਪੋਲੀਟਿਕਸ ਵੱਲ ਨੂੰ ਜਾਣਾ। ਜਾਣੀ ਸੰਰਚਨਾਵਾਦੀ ਜਿਹਨੂੰ ਸਮਝਦੇ ਸੀ ਅਸੀਂ ਵੀ ਸਿਰਫ ਸੰਰਚਨਾ ਲੱਭ ਲੈਣੀ ਹੈ ਅਤੇ ਬਸ ਸਾਡਾ ਕੰਮ ਮੁੱਕ ਗਿਆ, ਅਸੀਂ ਸਿਰਫ ਰੂਪ ਦਾ ਅਧਿਐਨ ਕਰ ਲੈਣਾ, ਸਾਡਾ ਕੰਮ ਸਮਾਪਤ ਹੋ ਗਿਆ ਇੱਥੇ। ਇਹ ਕਹਿੰਦੇ ਵੀ ਨਹੀਂ, ਬਲਕਿ ਅਸੀਂ ਤਾਂ ਪੋਇਟਿਕਸ 'ਤੇ ਜਾ ਕੇ ਖੜ ਨਹੀਂ ਜਾਣਾ, ਪੋਇਟਿਕਸ ਤਾਂ ਇੱਕ ਮਾਧਿਅਮ ਹੈ ਜਿਹੜਾ ਤੁਹਾਨੂੰ ਉਹਦੀ ਵਿਚਾਰਧਾਰਕ ਸਮਝ ਵੱਲ ਲੈ ਕੇ ਜਾਊਗਾ। ਤੁਸੀਂ ਤਾਂ ਉਹਦੇ ਪਿੱਛੇ ਛੁਪੀਆਂ ਵੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਲੱਭ ਸਕੋਗੇ, ਨਹੀਂ ਤਾਂ ਨਹੀਂ ਲੱਭ ਸਕੋਗੇ।
ਆਖਰੀ ਗੱਲ ਜਿਹੜੀ ਇਹਨਾਂ ਨੇ ਕਹੀ ਉਹ ਕਹਿੰਦੇ ਕਿ ਵੀ ਜਿਹੜਾ ਜਿਹੜੇ ਦੌਰ 'ਚੋਂ ਅਸੀਂ ਲੰਘ ਰਹੇ ਹਾਂ ਹੁਣ, ਇਹਨੂੰ ਕਲਚਰਲ ਸਕੀਜ਼ੋਫਰੀਨੀਆ ਦਾ ਦੌਰ ਕਹਿੰਦੇ ਆ ਉਹ, ਜਿਹਦੇ 'ਚ ਲੋਕਾਂ ਦੇ ਮਾਨਸਿਕ ਸੰਤੁਲਨ ਡੋਲੇ ਹੋਏ ਆ, ਹਿੱਲੇ ਹੋਏ ਆ, ਇਹੋ ਜਿਹੇ ਦਬਾਅ ਪੈ ਰਹੇ ਆ ਆਲਿਓ ਦੁਆਲਿਓ, ਨਵੇਂ ਪੂੰਜੀਵਾਦ ਦੇ, ਉਪਭੋਗਤਾਵਾਦ ਦੇ, ਬਹੁਤ ਸਾਰੇ, ਜਿਹਦੇ ਕਰਕੇ ਸਾਡੇ ਚੇਤਨ ਅਵਚੇਤਨ ਦੇ ਵਿੱਚ ਕੜਮਾਸ ਮੱਚੀ ਪਈ ਹੈ। ਅਤੇ ਇਹੋ ਜਿਹੇ ਪਾਤਰ ਹੋਣਗੇ ਬਿਰਤਾਂਤ ਦੇ ਵੀ, ਫਿਰ ਇੱਥੋਂ ਹੀ ਆਉਣੇ ਪਾਤਰ, ਤਾਂ ਇਹਨਾਂ ਪਾਤਰਾਂ ਨੂੰ ਕਿਵੇਂ ਸਮਝਿਆ ਜਾਵੇ? ਜਾਣੀ ਇਹਨਾਂ ਪਾਤਰਾਂ ਨੂੰ ਸਮਝਣ ਵਾਸਤੇ ਉਹ ਕਹਿੰਦੇ ਆ ਕਿ ਇਸੇ ਤਰ੍ਹਾਂ ਦਾ ਬਿਰਤਾਂਤ ਸ਼ਾਸਤਰ ਜਿਹੜਾ ਹੈਗਾ ਤੁਹਾਨੂੰ ਕ੍ਰੀਏਟ ਕਰਨਾ ਪਊਗਾ, ਨਵਾਂ ਬਣਾਉਣਾ ਪਊਗਾ, ਤਾਂ ਤੁਸੀਂ ਇਹਨਾਂ ਨੂੰ ਜਿਹੜਾ ਹੈਗਾ ਉਹ ਸਮਝ ਸਕੋਗੇ। ਤਾਂ ਇਹਨਾਂ ਨੇ ਇੱਕ ਪਾਸੇ ਮੈਕਰੋ ਅਧਿਐਨ ਅਤੇ ਮਾਈਕਰੋ ਅਧਿਐਨ, ਯਾਨੀ ਇੱਕ ਵਿਸਥਾਰ ਦੇ ਵਿੱਚ, ਇੱਕ ਬਰੀਕੀ ਦੇ ਵਿੱਚ, ਦੋਵੇਂ ਤਰ੍ਹਾਂ ਦਾ ਕਰੋਗੇ ਤਾਂ ਤੁਹਾਨੂੰ ਸ਼ਬਦ ਸਮਝ ਆਊਗਾ, ਤਾਂ ਤੁਹਾਨੂੰ ਪਾਤਰ ਸਮਝ ਆਊਗਾ, ਤਾਂ ਤੁਹਾਨੂੰ ਡਿਸਕੋਰਸ ਸਮਝ ਆਊਗਾ, ਨਹੀਂ ਤਾਂ ਨਹੀਂ ਆਊਗਾ। ਇਹ ਬਿਰਤਾਂਤ ਸ਼ਾਸਤਰ ਨੂੰ ਜਿਹੜਾ ਹੈਗਾ ਇਹ ਅਜੇ ਵਿਕਸਿਤ ਹੋ ਰਿਹਾ, ਜਾਣੀ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਇਹ, ਤਾਂ ਇਹ ਤੀਜੀ ਵੰਨਗੀ ਹੈ ਬਿਰਤਾਂਤ ਸ਼ਾਸਤਰ ਦੀ। ਪਰ ਅੱਜ ਦੀਆਂ ਰਚਨਾਵਾਂ, ਖਾਸ ਤੌਰ 'ਤੇ ਫਿਲਮਾਂ, ਕਿਉਂਕਿ ਬਿਰਤਾਂਤ ਦੀ ਕਿਹੜਾ ਇੱਕ ਵੰਨਗੀ ਹੈ, ਰੋਲਾ ਬਾਰਤ ਕਹਿੰਦਾ ਹਰੇਕ ਵੰਨਗੀ ਬਿਰਤਾਂਤ ਦੀ, ਤਾਂ ਜਿਹਦੇ 'ਚ ਫਿਲਮਾਂ ਅੱਜ ਦਾ ਸਭ ਤੋਂ ਬਿਰਤਾਂਤ ਦਾ ਸ਼ਕਤੀਸ਼ਾਲੀ ਜਿਹੜਾ ਮਾਧਿਅਮ ਆ ਉਹ ਫਿਲਮਾਂ। ਜੇ ਤੁਸੀਂ ਫਿਲਮ ਨੂੰ, ਫਿਲਮ ਦੇ ਕਰੈਕਟਰ ਬੜੇ ਵੰਨ ਸੁਵੰਨੀਆਂ ਨੇ, ਫਿਲਮਾਂ ਤੁਹਾਡੇ ਮੂਹਰੇ ਕੋਈ ਵੀ ਫਿਲਮ ਆ ਜਾਂਦੀ ਆ, ਹੁਣੇ ਹੁਣੇ ਫਿਲਮ ਚੱਲ ਰਹੀ ਹੈ ਜਿਹੜੀ ਅੱਜ ਕੱਲ੍ਹ ਬਿਲਕੁਲ ਛਪਾਕ, ਤੁਸੀਂ ਹੁਣ ਸਾਨੂੰ ਸਮਝਣ ਲੱਗ ਪਓ, ਉਹਦੀ ਪਾਤਰ ਨੂੰ ਸਮਝਣ ਲੱਗ ਪਓ, ਉਹਦੇ ਪਾਤਰ ਦਾ ਉਹ ਹਾਲ ਕਰਨ ਵਾਲੇ ਨੂੰ ਸਮਝਣ ਲੱਗ ਪਓ, ਉਹਦਾ ਉਹਦੀ ਅਦਾਕਾਰੀ ਰਾਹੀਂ ਉਸ ਨੂੰ ਮੁੜ ਜਿਉਂਦਾ ਕਰਨ ਵਾਲੀ ਨੂੰ ਸਮਝਣ ਲੱਗ ਪਓ। ਇਹੋ ਜਿਹੇ ਲੋਕ ਕਿਹੋ ਜਿਹੀ ਸੁਸਾਇਟੀ 'ਚ ਪੈਦਾ ਹੁੰਦੇ ਆ, ਚੰਗੇ ਵੀ ਮਾੜੇ ਵੀ, ਉਹਨਾਂ ਨੂੰ ਸਮਝਣ ਲੱਗ ਪਓ, ਤਾਂ ਫਿਰ ਤੁਹਾਨੂੰ ਇਹ ਥਿਊਰੀ ਜਿਹੜੀ ਹੈਗੀ ਹੈ ਬਿਰਤਾਂਤ ਸ਼ਾਸਤਰ ਦੀ, ਇਹ ਨਵੀਂ ਵੰਨਗੀ ਜਿਹੜੀ ਹੈਗੀ ਹੈ ਉਹ ਬਹੁਤ ਮਦਦਗਾਰ ਸਾਬਤ ਹੋਊਗੀ। ਤਾਂ ਮੈਂ ਜਿਹੜੀ ਆਪਣੇ ਵੱਲੋਂ ਸਮਝਦਾ ਕਿ ਬਿਰਤਾਂਤ ਸ਼ਾਸਤਰ ਦੇ ਵਿੱਚ ਕੋਈ ਨਵੀਂ ਗੱਲ ਜੋੜ ਕੇ ਤੁਹਾਨੂੰ ਦੱਸਣ ਦਾ ਯਤਨ ਕੀਤਾ, ਉਹ ਇਹ ਕਿ ਬਿਰਤਾਂਤ ਸ਼ਾਸਤਰ ਇੱਕ ਵੰਨਗੀ ਦਾ ਨਹੀਂ, ਬਲਕਿ ਬਿਰਤਾਂਤ ਸ਼ਾਸਤਰ ਦੀਆਂ ਵੀ ਵੰਨਗੀਆਂ ਹੈਗੀਆਂ, ਅਤੇ ਇਹਨਾਂ ਵੰਨਗੀਆਂ ਦੇ ਵਿੱਚ ਜੋ ਫਰਕ ਨੇ ਇਹ ਤੁਸੀਂ ਧਿਆਨ 'ਚ ਰੱਖੋਗੇ, ਤੁਹਾਨੂੰ ਬਿਰਤਾਂਤ ਸ਼ਾਸਤਰ ਵੀ ਸਹੀ ਮਾਣਿਆਂ 'ਚ ਤਾਂ ਸਮਝ ਆਊਗਾ, ਨਹੀਂ ਤਾਂ ਤੁਸੀਂ ਬਿਰਤਾਂਤ ਸ਼ਾਸਤਰ ਨੂੰ ਵੀ ਅਕਹਿਰਾ ਮੰਨ ਕੇ ਚੱਲੋਗੇ ਅਤੇ ਉਹ ਤੁਹਾਨੂੰ ਅਕਹਿਰੇ ਢੰਗ ਨਾਲ ਹੀ ਸਮਝ ਆਊਗਾ, ਅਤੇ ਅੱਧਾ ਪਚੱਧਾ ਜਿਹੜਾ ਹੈਗਾ ਸਮਝ ਆਊਗਾ। ਇਸ ਕਰਕੇ ਇਹਦੀ ਪੂਰੀ ਸਮਝ ਵਾਸਤੇ ਇਹਨਾਂ ਸ਼ੇਡਸ ਨੂੰ, ਇਹਦੀਆਂ ਇਹਨਾਂ ਵੰਨਗੀਆਂ ਨੂੰ ਤੁਸੀਂ ਧਿਆਨ 'ਚ ਰੱਖੋਗੇ ਤਾਂ ਤੁਸੀਂ ਬਿਰਤਾਂਤ ਸ਼ਾਸਤਰ ਨੂੰ ਵੀ ਸਮਝ ਵੀ ਸਕੋਗੇ ਅਤੇ ਉਹ ਫਿਰ ਉਹਨੂੰ ਲਾਗੂ ਵੀ ਕਰ ਸਕੋਗੇ। ਜਿਹੜੀਆਂ ਨਵੀਆਂ ਰਚਨਾਵਾਂ ਖਾਸ ਤੌਰ 'ਤੇ ਅੱਜ ਕੱਲ੍ਹ ਬਿਰਤਾਂਤ ਦੇ ਵਿੱਚ ਪਤਾ ਨਹੀਂ ਕਿੰਨੀ ਵੰਨਗੀ ਆ, ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਇੰਨੀ ਵੰਨਗੀ ਹੈ, ਅਤੇ ਉਹਨਾਂ ਵੰਨਗੀਆਂ ਨੂੰ ਤਾਂ ਹੀ ਸਮਝ ਸਕੋਗੇ, ਨਹੀਂ ਤਾਂ ਨਹੀਂ ਸਮਝ ਸਕੋਗੇ।